ਇਹ ਗੱਲਾਂ ਸਾਡੇ ਜੀਵਨ ਚ ਆ ਜਾਣ। ਸੋ ਜਿਹੜੀਆਂ ਗੱਲਾਂ ਮੈਂ ਕਰਨ ਲੱਗਿਆ ਕਰੈਕਟਰ ਬਿਲਡਿੰਗ ਦੀਆਂ, ਇਹ ਇਸ ਕਰਕੇ ਕਰਨ ਲੱਗਿਆ, ਇਹ ਤੁਹਾਡੇ ਵਾਸਤੇ ਵੀ ਆ, ਮੇਰੇ ਵਾਸਤੇ ਵੀ ਆ, ਇੱਕ ਬੱਚੇ ਵਾਸਤੇ ਵੀ ਆ, ਇੱਕ 80 ਸਾਲ ਦੇ ਬਜ਼ੁਰਗ ਜੇ ਮੈਂ ਕਹਾਂ ਬਾਬਾ ਆਸਾਰਾਮ ਵਾਸਤੇ ਵੀ ਆ, ਮਤਲਬ ਸਾਰਿਆਂ ਵਾਸਤੇ ਨੇ ਇਹ ਗੱਲਾਂ। ਅਤੇ ਕਰੈਕਟਰ ਦੇ ਵਿੱਚ ਸਿਰਫ ਜਿਹੜੀ ਵਜਰ ਕਰੈਕਟਰਾਂ ਦੀ ਆਪਾਂ ਗੱਲ ਕੀਤੀ ਆ ਵੀ ਜਿਹੜਾ ਪਰਤਨ ਗਾਮੀ, ਇਕੱਲਾ ਇਹ ਨਹੀਂ ਆਉਂਦਾ, ਇਹ ਵੀ ਆਉਂਦਾ ਵਾ, ਪਰ ਕਰੈਕਟਰ ਦੇ ਵਿੱਚ ਬਹੁਤ ਕੁਝ ਆਉਂਦਾ, ਇੰਨਾ ਕੁਝ ਆਉਂਦਾ ਵੀ ਸਾਰਾ ਕੁਝ ਮੈਂ ਇੱਥੇ ਬਿਆਨ ਵੀ ਨਹੀਂ ਕਰ ਸਕਦਾ। ਬਹੁਤ ਪੱਖ ਰਹਿ ਜਾਣੇ ਨੇ, ਰਾਜਪਾਲ ਜੀ ਕਹਿਣਗੇ, ਹੱਥ ਖੜਾ ਕਰਨਗੇ ਵੀ ਵੀ ਜੀ ਆਹ ਵੀ ਗੱਲ, ਆਹ ਵੀ ਗੱਲ ਦਿਲਬਾਗ ਸਿੰਘ ਵੀ ਕਹਿਣਗੇ, ਹੈ ਨਾ। ਇਹ ਮੈਂ ਬੜਾ ਇਹਨੂੰ ਤਿਆਰ ਕਰਨ ਵਾਸਤੇ ਮੈਨੂੰ 4-5 ਦਿਨ ਲੱਗੇ ਸੀ, ਅਤੇ ਮੈਂ ਪਹਿਲਾਂ ਤਾਂ ਵਾਹਿਗੁਰੂ ਦਾ ਧੰਨਵਾਦ ਅਤੇ ਜਿਨ੍ਹਾਂ ਨੇ ਮਨ 'ਚ ਪਾਇਆ ਵੀ ਇਹ ਤਿਆਰ ਕਰੋ, ਅਤੇ ਉਹਨਾਂ ਨੇ ਹਿੰਮਤ ਬਖਸ਼ੀ, ਮੈਂ ਥੋੜ੍ਹੀ ਜਿਹੀ ਮਿਹਨਤ ਕੀਤੀ। ਦੂਜਾ ਧੰਨਵਾਦ ਮੈਂ ਆਪਣੀ ਡਾਕਟਰ ਇਲਾਜ ਦਾ ਕਰਦਾ ਜੀ, ਜਿਨ੍ਹਾਂ ਨੇ ਮੈਨੂੰ ਇਹਦੀ ਪਾਵਰ ਪੁਆਇੰਟਸ ਬਣਾ ਕੇ ਦਿੱਤੀਆਂ, ਕੋਲ ਬੈਠ ਕੇ ਸਾਰੀਆਂ ਫੋਟੋਜ਼ ਜੋ ਇਹਦੇ ਵਿੱਚ ਆਉਣ ਦਿਖਾਉਣੀਆਂ ਨੇ ਉਹਨਾਂ ਨੇ ਨੈੱਟ ਤੋਂ ਸਾਰੀਆਂ ਲੱਭ ਕੇ ਇਹਦੇ ਵਿੱਚ ਫਿਕਸ ਕੀਤੀਆਂ। ਅਤੇ ਆਓ ਆਪਾਂ ਕਰੈਕਟਰ ਬਿਲਡਿੰਗ ਦੀ ਗੱਲ ਸ਼ੁਰੂ ਕਰੀਏ, ਇਹਦੇ ਵੱਖ ਵੱਖ ਪੱਖ ਜਿਹੜੇ ਨੇ ਉਹਨਾਂ ਦੀ ਗੱਲ ਆਪਾਂ ਸ਼ੁਰੂ ਕਰੀਏ। ਜਪਜੀ ਸਾਹਿਬ ਅਸੀਂ ਪੜ੍ਹਦੇ ਹਾਂ, ਰੋਜ਼ ਪੜ੍ਹਦੇ ਹਾਂ, ਕੇਵ ਸਤਿਆਰਾਂ ਹੋਈ ਹੈ ਕੇਵ ਕੂੜੇ ਟੁੱਟੇ ਪਾ, ਅਤੇ ਅੱਗੇ ਜਵਾਬ ਵੀ ਮਿਲਦਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੇ ਆਹ ਵਾਲੀ ਖੇਡ ਸਮਝ ਲਈਏ ਵੀ ਸਤਿਆਰ ਕਿੱਦਾਂ ਬਣਨਾ, ਚੰਗੇ ਮਨੁੱਖ ਬਣ ਕੇ ਕਿੱਦਾਂ ਵਿਚਰਦੇ ਰਹਿ ਸਕਦੇ ਹਾਂ, ਜੇ ਰੱਬ ਦੇ ਵਾਹਿਗੁਰੂ ਦੇ ਹੁਕਮ 'ਚ ਉਹਦੇ ਭਾਣੇ ਵਿੱਚ ਆ ਜਾਈਏ, ਉਹਦੇ ਭਾਣੇ ਵਿੱਚ ਆਪਣੇ ਆਪ ਨੂੰ ਐਡਜਸਟ ਕਰ ਲਈਏ। ਅਤੇ ਇਹਦੀ ਸ਼ੁਰੂਆਤ ਮੈਂ ਪਹਿਲਾਂ ਉੱਥੋਂ ਹੀ ਕਰਦਾ, ਜਿਹਨੂੰ ਅਸੀਂ ਕਰੈਕਟਰ ਦੇ ਵਿੱਚ ਜ਼ਿਆਦਾ ਕਹਿੰਦੇ ਹਾਂ ਵੀ ਕਰੈਕਟਰ ਦਾ ਮਤਲਬ ਇਹੀ ਹੁੰਦਾ। ਸੋ ਇਹ ਗੱਲ ਕਈ ਵਾਰੀ ਅਸੀਂ ਪੜ੍ਹਦੇ ਹਾਂ ਵੀ, ਕਾਲਜ ਪੜ੍ਹਦੇ ਹਾਂ ਵੀ, ਸਕੂਲ ਪੜ੍ਹਦੇ ਹਾਂ ਵੀ, ਸਾਡੇ ਅਧਿਆਪਕ ਸਾਨੂੰ ਦੱਸਦੇ ਰਹੇ ਹਾਂ, ਅਸੀਂ ਪੜ੍ਹਦੇ ਰਹੇ ਹਾਂ ਵੀ ਵੈਲਥ ਇਜ਼ ਲੋਸਟ, ਨਥਿੰਗ ਇਜ਼ ਲੋਸਟ। ਕਹਿੰਦੇ ਵੀ ਧਨ ਗੁਆਚ ਗਿਆ ਅਤੇ ਸਮਝੋ ਕੁਝ ਵੀ ਨਹੀਂ ਗੁਆਚਿਆ, ਹੋਰ ਬਣ ਜਾਏਗਾ, ਹੋਰ ਆ ਜਾਏਗਾ, ਹੋਰ ਕਮਾ ਲਾਂਗੇ, ਹੋਰ ਮਿਹਨਤ ਕਰ ਲਾਂਗੇ। ਹੈਲਥ ਇਜ਼ ਲੋਸਟ, ਸਮਥਿੰਗ ਇਜ਼ ਲੋਸਟ। ਜੇ ਸਿਹਤ ਗਈ ਤਾਂ ਮਤਲਬ ਕੁਝ ਗਿਆ, ਇਹਦਾ ਧਿਆਨ ਰੱਖਣਾ ਚਾਹੀਦਾ ਸਾਨੂੰ, ਸਿਹਤ ਜਾਵੇ ਨਾ। ਪਰ ਕਹਿੰਦੇ ਜੇ ਕਰੈਕਟਰ ਇਜ਼ ਲੋਸਟ, ਐਵਰੀਥਿੰਗ ਇਜ਼ ਲੋਸਟ। ਅਤੇ ਜਦੋਂ ਕਰੈਕਟਰ ਚਲਾ ਜਾਂਦਾ, ਆਚਰਨ ਤੋਂ ਬੰਦਾ ਸਲਿਪ ਕਰ ਜਾਂਦਾ, ਤਾਂ ਫਿਰ ਰਹਿੰਦਾ ਕੱਖ ਨਹੀਂ। ਤਿੰਨ ਗੱਲਾਂ 'ਤੇ ਜਿਹਨਾਂ ਨੇ ਮੇਰੇ ਲੈਕਚਰ ਸੁਣੇ ਨੇ, ਰੋਜ਼ ਸੁਣਦੇ ਨੇ, ਇੱਕ ਰਫ਼ਤਾਰ, ਦੂਜਾ ਗੁਫ਼ਤਾਰ ਅਤੇ ਤੀਜਾ ਦਸਤਾਰ। ਹੁਣ ਰਫ਼ਤਾਰ ਜਿਹੜੀ ਆ ਇਹ ਗਤੀ ਹੈ, ਗਤੀ ਨੂੰ ਕਹਿੰਦੇ ਨੇ, ਹੈ ਨਾ। ਅਸੀਂ ਤੁਰਦੇ ਹਾਂ, ਇਹ ਵੀ ਗਤੀ ਹੈ, ਇਹ ਵੀ ਰਫ਼ਤਾਰ ਹੈ। ਕਈ ਵਾਰੀ ਮਾਪੇ ਕਹਿ ਦਿੰਦੇ ਨੇ ਕਾਕਾ ਤੇਰੀ ਟੋਰ ਬਦਲ ਗਈ, ਤੇਰੀ ਚਾਲ ਨਹੀਂ ਠੀਕ ਲੱਗੀ। ਹੁਣ ਇਹ ਕਮੈਂਟ ਜਿਹੜਾ, ਇਹਦਾ ਮਤਲਬ ਹੀ ਹੈ ਪਰਸਨੈਲਿਟੀ ਜ਼ੀਰੋ। ਇਹ ਸਿੱਧਾ ਹੀ ਸਾਡੇ ਕਿਰਦਾਰ 'ਤੇ ਗੱਲ ਆਉਂਦੀ ਹੈ। ਕੋਈ ਉਂਗਲ ਕਰੇ ਨਾ ਸਾਡੇ ਵੱਲ, ਕਿਉਂ ਉਂਗਲ ਕਰੇ ਕੋਈ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੱਛੋ ਤਾਈ। ਪਹਿਲਾਂ ਹੀ ਸੰਭਲ ਕੇ ਆਪਾਂ ਚੱਲੀਏ। ਗੁਫ਼ਤਾਰ ਵੀ ਸਾਡੀ ਬੋਲਚਾਲ ਦੀ ਗੱਲ ਆਉਂਦੀ ਹੈ, ਬੋਲਣ ਦਾ ਸਲੀਕਾ, ਨਿਮਰਤਾ, ਹਲੀਮੀ, ਸਹਿਨਸ਼ੀਲਤਾ, ਇਹ ਵੀ ਗੱਲਾਂ ਸਾਡੇ ਕਿਰਦਾਰ ਨੂੰ ਪ੍ਰਭਾਵਿਤ ਕਰਦੀਆਂ। ਦਸਤਾਰ ਜਿਹੜੀ ਆ ਇਹ ਜੁੜੀ ਸਾਡੇ ਕਿਰਦਾਰ ਦੇ ਨਾਲ। ਹਾਂਜੀ, ਵੀ ਜਿਹੜੇ ਸਿਰ 'ਤੇ ਦਸਤਾਰ ਹੋਵੇ ਉਹ ਗੁਰੂ ਦਾ ਸਿੱਖ ਹੈ, ਜਿਹੜੇ ਸਿਰ 'ਤੇ ਦਸਤਾਰ ਹੈ ਉਹ ਗੁਰੂ ਦਾ ਰੂਪ ਹੈ, ਖਾਲਸਾ ਮੇਰਾ ਰੂਪ ਹੈ ਖਾਲਸਾ। ਹਾਂਜੀ, ਅਤੇ ਉਹਦਾ ਤਾਂ ਕਿਰਦਾਰ ਹੀ ਜਿਹੜਾ ਸਿੱਖ ਦਾ ਉਹ ਦਸਤਾਰ ਦੇ ਵਿੱਚੋਂ ਝਲਕਦਾ। ਪਰ ਜੇ ਦਸਤਾਰ ਬੰਨ੍ਹ ਕੇ ਕੋਈ ਕਿਸੇ ਨੁੱਕਰ 'ਤੇ ਬੈਠਾ ਸਿਗਰਟ ਪੀਂਦਾ ਹੋਵੇ ਤਾਂ ਕਮੈਂਟ ਆਉਂਦਾ ਨਾ, ਸਰਦਾਰ ਹੋ ਕੇ ਜਾਂ ਪੱਗ ਬੰਨ੍ਹ ਕੇ ਸਿਗਰਟ ਪੀਂਦਾ, ਕੋਈ ਗਲਤ ਕੰਮ ਚੋਰੀ ਕਰ ਰਿਹਾ ਹੋਵੇ, ਜਿਹੜਾ ਸਰਦਾਰ ਪੱਗ ਬੰਨ੍ਹ ਕੇ ਆਹ ਕੰਮ ਕਰ ਰਿਹਾ, ਮਤਲਬ ਇੱਕ ਪੱਗ ਦਾ ਕਿਰਦਾਰ ਹੈ ਕਿ ਜਿਹੜੇ ਸਿਰ 'ਤੇ ਪੱਗ ਵਾ ਉਹ ਇਹ ਕੰਮ ਨਹੀਂ ਕਰ ਸਕਦੇ। ਫਿਰ ਅਸੀਂ ਗੁਰਬਾਣੀ ਪੜ੍ਹਦੇ ਹਾਂ ਵੀ ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ। ਭਈ ਸਭ ਤੋਂ ਉੱਚਾ ਜਿਹੜਾ ਨਾ, ਸਭ ਤੋਂ ਉੱਤੇ ਕੀ ਹੈ, ਸਾਡਾ ਆਚਾਰ, ਸਾਡਾ ਕਰੈਕਟਰ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ 62 ਅੰਕ 'ਤੇ ਲਿਖਿਆ ਹੋਇਆ। ਫਿਰ ਅਸੀਂ ਭਾਈ ਗੁਰਦਾਸ ਜੀ ਦੀਆਂ 12 ਨੂੰ ਗੁਰਬਾਣੀ ਦੀ ਕੁੰਜੀ ਕਹਿੰਦੇ ਹਾਂ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣ, ਪਰ ਨਾਰੀ ਧੀ ਭੈਣ ਬਿਠਾਉਣੀ। ਇੱਕ ਪ੍ਰਤੀ ਵਫ਼ਾਦਾਰੀ ਦਾ ਜਿਹੜਾ ਸਿਧਾਂਤ ਹੈ, ਇਹ ਸਾਡਾ ਕਿਰਦਾਰ ਹੈ, ਇਹ ਸਾਡਾ ਇੱਕ ਸਿੱਖ ਦਾ ਕਰੈਕਟਰ ਹੈ। ਇਹ ਸਾਰੀ ਦੁਨੀਆਂ ਦੇ ਕਿਰਦਾਰ ਹੋਣਾ ਚਾਹੀਦਾ, ਪਰ ਸਿੱਖ ਦਾ ਕਿਰਦਾਰ ਤਾਂ ਇਹ ਮੰਨਿਆ ਜਾਂਦਾ,
ਫਿਰ ਸਿਰਹਿਤ ਮਰਿਆਦਾ ਦੀ ਗੱਲ ਵੀਰ ਜੀ ਨੇ ਕੀਤੀ ਹੈ। ਸਿੱਖ ਰਹਿਤ ਮਰਿਆਦਾ ਜਿਹਨੂੰ ਸ਼੍ਰੋਮਣੀ ਕਮੇਟੀ ਸਾਡੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਪਬਲਿਸ਼ ਕਰਦੀ ਹੈ, ਉਹਨਾਂ ਨੇ ਇਹ ਇਹਦੇ 'ਚ ਜਿਹੜੀ ਗੁਰਮਤ ਦੀ ਰਹਿਣੀ ਦਾ ਇੱਕ ਇੱਕ ਹੈਡਲਾਈਨ ਆ ਗੁਰਮਤ ਦੀ ਰਹਿਣੀ, ਉਹਦੇ ਵਿੱਚ ਊੜਾ ਐੜਾ ਕਈ ਭਾਗ ਨੇ, ਉਹਦੇ 'ਚ ਇੱਕ ਟੈਂਕਾ ਭਾਗ ਹੈ, ਉਹਦੇ 'ਚ ਲਿਖਿਆ ਹੋਇਆ ਕਿ ਪਰ ਬੇਟੀ ਕੋ ਬੇਟੀ ਜਾਂਦੇ, ਪਰ ਇਸਤਰੀ ਕੋ ਮਾਤ ਬਖਾਨਾ, ਆਪਣੀ ਇਸਤਰੀ ਸੋ ਰੱਤ ਹੋਈ ਰਹਿਤਵੰਤ ਸਿੰਘ ਹੈ ਸੋ। ਭਈ ਪਰਾਈ ਇਸਤਰੀ ਜਿਹੜੀ ਆ ਉਹ ਮਾਂ ਧੀ ਭੈਣ ਦੇ ਬਰਾਬਰ ਹੈ ਇੱਕ ਪ੍ਰਤੀ, ਫਿਰ ਵਫ਼ਾਦਾਰੀ ਦੀ ਗੱਲ ਆ ਗਈ, ਮਤਲਬ ਜੋ ਸਾਡੀ ਰਹਿਤ ਮਰਿਆਦਾ, ਰਹਿਤ ਮਰਿਆਦਾ ਜਿਹੜੀ ਆ ਇਹ ਇਹ ਸਾਡਾ ਇੱਕ ਕੋਡ ਆਫ ਕੰਡਕਟ ਹੈ, ਇਹ ਸਾਡਾ ਇਹ ਸਾਡੇ ਲਈ ਇੱਕ ਹੁਕਮ ਹੈ। ਅਤੇ ਜੇ ਅਸੀਂ ਪੰਥਕ ਹਾਂ, ਜੇ ਅਸੀਂ ਪੰਥਕ ਜੁਗਤ ਵਿੱਚ ਵਿਚਰਦੇ ਹਾਂ, ਜੇ ਅਸੀਂ ਸਿੱਖ ਅਖਵਾਨੇ ਹਾਂ, ਅਤੇ ਫਿਰ ਇਹ ਸਾਡੇ ਲਈ ਇਸ ਸਿੱਖ ਜਮਾਤ ਵਿੱਚ ਰਹਿਣ ਲਈ ਇੱਕ ਗੁਰਮਤ ਦੀ ਰਹਿਣੀ ਹੈ, ਇੱਕ ਪੰਥਕ ਰਹਿਣੀ ਆ, ਇੱਕ ਸ਼ਖਸੀ ਰਹਿਣੀ ਹੈ। ਜਿਹੜੀ ਜਿਹੜੀ ਸ਼ਖਸੀ ਰਹਿਣੀ ਆ ਸਾਡਾ ਪਰਸਨਲ ਸਾਡੀ ਜਿਹੜੀ ਲਾਈਫ ਹੈ, ਜੇ ਅਸੀਂ ਪੰਥਕ ਜੁਗਤ ਵਿੱਚ ਵਿਚਰਨਾ ਵਾ ਇਹ ਸਾਡੇ ਲਈ ਹੁਕਮ ਹੈ, ਅਤੇ ਜੇ ਹੁਕਮ ਦੀ ਅਬਦੁੱਲੀ ਹੋ ਜਾਂਦੀ ਹੈ ਤਾਂ ਫਿਰ ਰਹਿਤ ਮਰਿਆਦਾ ਦੇ ਵਿੱਚ ਚਾਰ ਬਜ਼ੁਰਗ ਰਹਿਤਾਂ ਵੀਰ ਜੀ ਜ਼ਿਕਰ ਕਰਕੇ ਗਏ ਨੇ, ਉਹਦੇ ਚਾਰਾਂ ਵਿੱਚੋਂ ਇੱਕ ਲਿਖਿਆ ਹੋਇਆ ਪਰ ਇਸਤਰੀ ਜਾਂ ਪੁਰਸ਼ ਦਾ ਗਮਨ, ਕਿਸੇ ਵੀ ਪਰਾਏ ਤਨ ਦੇ ਨਾਲ ਸੰਬੰਧ ਬਣਾਉਣਾ, ਇਹ ਵਾਲਾ ਸਾਡੀ ਜਿਹੜੀ ਰਹਿਤ ਮਰਿਆਦਾ 'ਚ ਸਾਨੂੰ ਹੁਕਮ ਹੈ, ਸਾਡੇ ਲਈ ਸਟੇਟਸ ਕੋ ਹੈ, ਸਾਡੇ ਲਈ ਸਟੇ ਆਰਡਰ ਹੈ। ਵਾਹਿਗੁਰੂ ਜੀ। ਡਾਕਟਰ ਨਰਿੰਦਰ ਸਿੰਘ ਕਪੂਰ ਪਟਿਆਲਾ ਦੀ ਗੱਲ ਅਸੀਂ ਅਕਸਰ ਕਰਦੇ ਹਾਂ ਲੈਕਚਰਾਂ ਵਿੱਚ ਵੀ। ਹਾਂ, ਡਾਕਟਰ ਨਰਿੰਦਰ ਸਿੰਘ ਕਪੂਰ ਦੀਆਂ ਕਈ ਕਿਤਾਬਾਂ ਪੜ੍ਹਨ ਵਾਲੀਆਂ ਨੇ, ਇਹ ਕਿਤਾਬ ਉਹਨਾਂ ਦੀ ਮਾਲਾ ਦੀ ਮਣਕੇ ਆ, ਹੋਰ ਵੀ ਕਿਤਾਬਾਂ ਹੈਗੀਆਂ ਨੇ, ਅਤੇ ਉਹਦੇ 'ਚ ਉਹਨਾਂ ਨੇ ਲਿਖਿਆ ਕਿ ਜਿਹੜਾ ਜਵਾਨੀ ਵਿੱਚ ਬਦਨਾਮ ਹੋ ਗਿਆ ਬੁਢਾਪੇ ਵਿੱਚ ਉਹਦੇ ਕੋਲ ਦੱਸਣ ਲਈ ਕੁਝ ਵੀ ਨਹੀਂ ਬਚਦਾ। ਇਹ ਗੱਲ ਅਕਸਰ ਲੈਕਚਰ 'ਚ ਵੀ ਬੱਚਿਆਂ ਨਾਲ ਆਪਾਂ ਰੋਜ਼ ਕਰਦੇ ਹਾਂ। ਇਹਦੇ ਨਾਲ ਇੱਕ ਹਰਿਆਣੇ ਦੇ ਮੁੰਡੇ ਦੀ ਇੱਕ ਸਟੋਰੀ ਮੈਂ ਸੁਣਾਉਂਦਾ ਹੁੰਦਾ ਵੀ ਇੱਕ ਲੀਡਰ ਦਾ ਮੁੰਡਾ ਸੀ ਅਤੇ ਉਹ ਬੜੇ ਵਧੀਆ ਕਿਉਂਕਿ ਪੈਸਿਆਂ ਵਾਲਾ ਸੀਗਾ, ਅਮੀਰ ਸੀਗਾ। ਵਾਹਿਗੁਰੂ ਜੀ, ਇਹਨੂੰ ਇੱਕ ਵਾਰੀ ਦੁਬਾਰਾ ਕਰਨਾ, ਉਹ ਲਾਈਟ ਗ੍ਰੀਨ ਲਾਈਟ ਆਏਗੀ ਅਤੇ ਚਲੇਗਾ ਜਾਂ ਇੱਥੇ ਲਿਖ ਲਓ ਪ੍ਰੋਜੈਕਟਰ ਪੀ ਡਬਲਯੂ। ਕੋਈ ਨਹੀਂ, ਕੋਈ ਨਹੀਂ ਜੀ, ਤੁਸੀਂ ਇਹ ਹੌਲੀ ਹੌਲੀ ਚੱਲਦਾ ਰਹੇਗਾ, ਆਪਾਂ ਨਾਲ ਸਟਾਰਟ ਰੱਖਦੇ ਹਾਂ। ਇੱਕ ਹਰਿਆਣੇ ਦੇ ਮੁੰਡੇ ਦੀ ਇੱਕ ਸਟੋਰੀ ਜਿਹੜੀ ਮੈਂ ਅਕਸਰ ਸੁਣਾਉਂਦਾ, ਮੈਂ ਬਹੁਤਿਆਂ ਨੇ ਸੁਣੀ ਵੀ ਹੋਈ ਹੈ, ਫਿਰ ਗੱਲ ਦ੍ਰਿੜਤਾ ਦੀ ਹੈ ਕਿ ਉਹ ਸੋਹਣੇ ਕੱਪੜੇ ਪਾ ਕੇ ਸੋਹਣੀ ਕੋਠੀ ਵਿੱਚੋਂ ਨਿਕਲਿਆ ਅਤੇ ਸੋਹਣੀ ਕਾਰ 'ਚ ਬਹਿ ਕੇ ਠੇਕੇ ਪਹੁੰਚ ਗਿਆ। ਇੱਕ ਦੋਸਤ ਉਹਦੇ ਨਾਲ ਸੀ, ਉਹਨੇ ਆਪਣੇ ਦੋਸਤ ਦੇ ਨਾਲ ਸ਼ਰਾਬ ਦੀ ਬੋਤਲ ਲਈ, ਡਰਿੰਕ ਕੀਤੀ ਅਤੇ ਉਹ ਕਹਿੰਦਾ ਵੀ ਚਲੋ ਘੁੰਮਦੇ, ਜਿਹੜਾ ਪੀਅਰ ਪ੍ਰੈਸ਼ਰ ਆ ਨਾ ਉਹ ਨਾ ਛੋਟਿਆਂ ਨੂੰ ਵੱਸਦਾ ਨਾ ਵੱਡਿਆਂ ਨੂੰ ਵੱਸਦਾ। ਮਤਲਬ ਉਹ ਜੋ ਆਲੇ ਦੁਆਲੇ ਸਾਈਕਾਲੋਜੀ ਕਹਿੰਦੀ ਹੈ ਵੀ ਜੋ ਵੇਖ ਰਹੇ ਉਹੀ ਸੋਚ ਰਹੇ, ਉਹ ਜੋ ਸੋਚਦੇ ਉਹ ਡਿਜ਼ਾਇਰ ਬਣ ਜਾਂਦੀ ਆ, ਡਿਜ਼ਾਇਰ ਲੋੜ ਬਣ ਜਾਂਦੀ ਹੈ। ਹੁਣ ਉਹ ਜਦੋਂ ਸੜਕ 'ਤੇ ਘੁੰਮ ਰਹੇ ਆ ਅਤੇ ਉਹ ਸਮਝਦੇ ਆ ਵੀ ਉਹ ਸਟੇਟਸ ਹੈ, ਇਹ ਜ਼ਿੰਦਗੀ ਆ, ਉਹ ਆਪਣੀ ਕਾਰ ਇੱਕ ਲੜਕੀ ਦੇ ਪਿੱਛੇ ਲਾ ਦਿੰਦੇ ਨੇ, ਉਹ ਵੀ ਕਾਰ ਸਾਈਡ ਕਰ ਰਹੀ ਹੁੰਦੀ। ਹੁਣ ਉਹ ਤਾਂ ਪਲੈਨ ਕਰ ਰਹੇ ਵੀ ਰਾਤ ਐਂ ਫੜ ਲਓ, ਪਰ ਉਹ ਲੜਕੀ ਜਿਹੜੀ ਆ ਉਹ ਇੱਕ IAS ਅਫਸਰ ਦੀ ਧੀ ਹੁੰਦੀ ਆ, ਉਹ ਕੀ ਕਰਦੀ ਆ ਕਿ ਕਾਰ ਨੂੰ ਪਤਾ ਲੱਗ ਗਿਆ ਕਿ ਮੇਰੇ ਪਿੱਛਾ ਕਰ ਰਹੇ ਨੇ, ਉਹ ਕਾਰ ਬਣਾਉਂਦੀ ਆ, ਇੱਕ ਹੱਥ ਨਾਲ ਪੁਲਿਸ ਨੂੰ ਫੋਨ ਕਰ ਦਿੰਦੀ, ਅਗਲੇ ਇਲਾਕੇ ਦੇ ਮੁੰਡੇ ਪਕੜੇ ਜਾਂਦੇ। ਹੁਣ ਜਦੋਂ ਮੁੰਡੇ ਪਕੜੇ ਗਏ ਅਤੇ ਉਹ ਜੇਲ੍ਹ ਚਲੇ ਗਏ ਅਤੇ ਪੇਪਰ ਆ ਗਏ, ਜੱਜ ਨੇ ਉਹਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ, ਇਹ ਕਹਿ ਕੇ ਵੀ ਇਹ ਲੀਡਰ ਦਾ ਮੁੰਡਾ ਵਾ, ਇਹਦੇ ਕੋਲ ਪਾਵਰ ਹੈ, ਉਹ ਭਾਰਤੀ ਜਨਤਾ ਪਾਰਟੀ ਦੇ ਹਰਿਆਣੇ ਪ੍ਰਧਾਨ ਦਾ ਮੁੰਡਾ ਸੀ, ਮੈਂ ਅੰਦਰ ਬੈਠਿਆ ਮੈਂ ਬੋਲਦੇ ਨੇ, ਅਤੇ ਇਸ ਕਰਕੇ ਜ਼ਮਾਨਤ ਨਹੀਂ ਕੀਤੀ, ਜਿਹੜਾ ਇਹ ਦੂਜੇ ਨੂੰ ਭੁਕਾਏਗਾ, ਦੂਜੀ ਪਾਰਟੀ ਨੂੰ ਕੇਸ ਕਲੀਅਰ ਹੋਏਗਾ। ਉਹਦੇ ਪੇਪਰ ਹੈਗੇ ਅਤੇ ਉਹ ਸੋਹਣੇ ਸੂਟਾਂ ਵਾਲਾ ਮੁੰਡੇ ਦਾ ਜਿਹੜਾ ਕਰੀਅਰ ਉਹ ਤਬਾਹ ਹੋ ਗਿਆ ਅਤੇ ਵੱਡੀ ਕਾਰ ਵਾਲਾ ਮੁੰਡਾ ਬਦਨਾਮ ਹੋ ਗਿਆ। ਇਹੀ ਗੱਲ ਨਰਿੰਦਰ ਸਿੰਘ ਕਪੂਰ ਕਹਿੰਦੇ ਨੇ ਕਿ ਜਿਹੜਾ ਜਵਾਨੀ 'ਚ ਹੀ ਬਦਨਾਮ ਹੋ ਗਿਆ ਅਤੇ ਬੁਢਾਪੇ ਉਹਦੇ ਕੋਲ ਬੱਚਿਆਂ ਨੂੰ ਕੀ ਬਚਿਆ। ਜੇ ਜੇ ਇੱਕ ਬਾਪ ਅੰਦਰ ਵੜ ਕੇ ਰੋਵੇ ਕਿ ਹੁਣ ਧੀਏ ਮੈਂ ਕਿਵੇਂ ਹੋ, ਛੋਟੀ ਹੁੰਦੀ ਮਰ ਜਾਂਦੀ ਮੈਂ ਰੋਣਾ ਬੜਾ ਸੀ, ਮੇਰੀ ਧੀ ਮਰ ਹੌਲੀ ਹੌਲੀ ਚੁੱਪ ਕਰ ਜਾਂਦਾ ਸੀ, ਹੁਣ ਮੈਂ ਆਪਣੀ ਇੱਜ਼ਤ ਕਿੱਥੇ ਪਾਵਾਂ। ਜਿਹੜਾ ਬਾਪ ਰੋ ਰਿਹਾ
ਉਹ ਧੀ ਕਿਵੇਂ ਕਹੇਗੀ ਕਿ ਮੈਂ ਲੇਟੈਸਟ ਜ਼ਮਾਨੇ ਦੀ ਆ, ਮੈਂ ਟੈਕਨੋਲੋਜੀ ਜ਼ਮਾਨੇ ਦੀ ਆ, ਮੈਂ ਅਡਵਾਂਸ ਜ਼ਮਾਨੇ ਦੀ ਆ, ਮੈਂ ਮਾਡਰਨ ਜ਼ਮਾਨੇ ਦੀ ਆ? ਮਾਡਰਨ ਦੀ ਡੈਫੀਨੇਸ਼ਨ ਕੀ? ਜਿਹੜਾ ਹਰ ਹੁੰਦਾ ਤੇ ਹਰ ਵਿੱਚ ਕਿੰਨੇ ਲੋਕ ਵੱਧ ਜਾਂਦੇ? ਜਿਹੜਾ ਵੱਗਦੇ ਹੜ ਨੂੰ ਰੋਕਣ ਦੀ ਸਮਰੱਥਾ ਰੱਖਦਾ ਨਾ, ਉਹ ਮੋਡਰਨ ਰੁੜ ਗਿਆ ਤੇ ਖਤਮ ਹੋ ਗਿਆ। ਕਿ ਹੁਣ ਮੰਨ ਲਓ ਇਹ ਵੈਸਟਰਨ ਕਲਚਰ ਦੇ ਨਾਂ ਦਾ ਹੜ ਆ ਗਿਆ, ਇਹ ਹੜ ਵਿੱਚ ਜਿਹੜਾ ਰੁੜ ਗਿਆ ਉਹ ਤਾਂ ਨੈਤਿਕ ਤੌਰ ਤੇ ਖਤਮ ਹੋ ਗਿਆ, ਬਲਕਿ ਸਰੀਰਕ ਤੌਰ ਤੇ ਨਿਕਲ ਵੀ ਨਹੀਂ। ਬੱਚਿਆਂ ਗਾਵਾਂ ਵੀ ਸੜਕਾਂ ਭਰੀਆਂ ਕਰਦੀਆਂ, ਕੋਈ ਫਰਕ ਨਹੀਂ ਰਹੇਗਾ। ਤੇ ਗੁਰੂ ਜੀ ਕਹਿੰਦੇ ਨੇ ਆਖਾਂ ਜੀਵਾਂ ਸਲੈਮਾ ਦੇ ਜਵਾਂ, ਫਿਰ ਦਵਾਈ ਵੀ ਦੱਸਦੇ ਆ ਕਿ ਜੇ ਤੂੰ ਜੁੜਿਆ ਰਹੇਗਾ ਬਾਈ ਤੂੰ ਤੇ ਆਤਮਕ ਤੌਰ ਤੇ ਜਿੰਦਾ ਰਹੇਗਾ, ਜਿਹਦੇ ਡੰਗਰ ਤੇ ਤੇਰੇ ਚ ਫਰਕ ਨਹੀਂ। ਸੋ ਇਹ ਜਿਹੜਾ ਮਾਹੌਲ ਹੈ ਆਲਤ ਵਾਲਾ ਦਾ, ਇਹ ਵੀ ਸਾਨੂੰ ਕਈ ਵਾਰੀ ਪ੍ਰਭਾਵਿਤ ਕਰਕੇ ਗਲਤ ਪਾਸੇ ਵੱਲ ਲੈ ਜਾਂਦਾ। ਇੱਕ ਅਸੀਂ ਉਦਾਸ ਰੋਜ਼ ਕਰਦੇ ਹਾਂ, ਉਹਦੇ ਵਿੱਚ ਪੜ੍ਹਦੇ ਹਾਂ ਬਿਰਧ ਕੀ ਪੈਚ। ਮੈਨੂੰ ਬਿਰਧ ਦਾ ਅਰਥ ਨਹੀਂ ਸੀ ਪਤਾ ਲੱਗਦਾ। ਮੈਂ ਕਈ ਵਾਰੀ ਕਥਾ ਸੁਣਨੀ, ਕਿਤਾਬਾਂ ਪੜ੍ਹਨੀਆਂ, ਕਈਆਂ ਨੇ ਕਥਾ ਦੇ ਵਿੱਚ ਕਿਹਾ ਧੰਨਵਾਦ ਜੀ। ਹਾਂ, ਇੱਕ ਗੌਰਮੈਂਟ ਟੀਚਰ ਦੀ ਕਹਾਣੀ ਹੈ। ਹੁਣ ਇੱਕ ਸਾਡਾ ਜਿਹੜਾ ਮਾਹੌਲ ਹੈ ਉਹ ਅਸੀਂ ਰੋਜ਼ ਦੇਖਦੇ ਹਾਂ ਕਿੰਨੀ ਦੁਨੀਆਂ ਦੀ ਇਫੈਕਟ ਹੋਈ ਹੋਣੀ। ਮੈਂ ਪਹਿਲਾਂ ਗੱਲ ਕਹੀ ਸੀ ਕਿ ਸਾਈਕਾਲੋਜੀ ਕਹਿੰਦੇ ਯਾਰ ਜੋ ਦੇਖਦੇ ਉਹ ਨਹੀਂ ਸੋਚਦੇ, ਜਿਹੜੀ ਸੋਚ ਆ ਡਿਜ਼ਾਇਰ, ਜਿਹੜੀ ਡਿਜ਼ਾਇਰ ਆ ਉਹ ਲੋੜ ਬਣ ਜਾਂਦੀ ਹੈ। ਜਦੋਂ ਮਾੜਾ ਦੇਖਦੇ ਹਾਂ ਮਾੜੀ ਲੋੜ ਬਣ ਜਾਂਦੀ ਹੈ। ਲੋੜ ਨੂੰ ਅਚੀਵ ਕਰਨਾ ਹੁੰਦਾ, ਅਚੀਵ ਕਰਨ ਲਈ ਐਕਸ਼ਨ ਕਰਨਾ ਪੈਂਦਾ। ਜਦੋਂ ਮਾੜਾ ਐਕਸ਼ਨ ਕਰ ਰਹੇ ਹਾਂ ਤੇ ਲੋਕ ਮੂੰਹ ਚੁਗਲਾ ਭਰ ਦਿੰਦੇ ਨੇ, ਹਾਂ ਅਸੀਂ ਕਿਉਂ ਗੱਲ ਤੁਸੀਂ ਕੀ ਕਰੋ ਜੋ ਵੇਖ ਰਹੇ ਹਾਂ। ਹੁਣ ਇੱਕ ਤੱਕ ਕੋਈ ਚੀਜ਼ ਖਾਂਦੀ ਹੈ ਉਹ ਖਾਂਦੀ ਆ ਵੀ ਬੋਏਫ੍ਰੈਂਡ ਹੋਵੇ ਔਰ ਕਲੱਬਾਂ 'ਚ ਡਾਂਸ ਹੋਵੇ, ਸ਼ਰਾਬ ਪੀਤੀ ਜਾਵੇ, ਲੇਟ ਨਾਈਟ ਘਰ ਮੁੜਿਆ ਜਾਵੇ, ਛੋਟੇ ਛੋਟੇ ਕੱਪੜੇ ਪਾਏ ਜਾਣ, ਉਹ ਇਹ ਦਿਖਾਉਂਦੀ ਹੈ ਵੀ ਅੱਜ ਦਾ ਇਹ ਸਟੇਟਸ, ਅੱਜ ਦੀ ਇਹ ਜ਼ਿੰਦਗੀ ਹੈ। ਹੁਣ ਜਿਹੜਾ ਬੱਚਾ ਅੱਜ ਜੰਮਿਆ ਉਹਨੂੰ ਸਾਡੀਆਂ ਪੁਰਾਣੀਆਂ ਟ੍ਰੈਡੀਸ਼ਨ ਦਾ ਕੀ ਪਤਾ? ਉਹਨੂੰ ਲੱਗਦਾ ਵੀ ਇਹੀ ਜ਼ਿੰਦਗੀ ਹੈ। ਹੁਣ ਇਹਦੇ ਵਿੱਚੋਂ ਨਿਕਲਿਆ ਵੀ ਇਹ ਛੁੱਟੀਆਂ ਪੈਣ ਤੋਂ ਪਹਿਲਾਂ ਨਹੀਂ ਮਿਲ ਰਹੀ ਘਟਨਾ ਵਾ, ਇੱਕ ਲੜਕੀ ਬੀਐਡ ਕਰ ਲਈ, ਬੀਐਡ ਤੋਂ ਬਾਅਦ ਉਹਦਾ ਟੈਟ ਕਲੀਅਰ ਹੋ ਗਿਆ, ਟੈਟ ਤੋਂ ਬਾਅਦ ਉਹਦਾ ਸਬਜੈਕਟ ਪੇਪਰ ਕਲੀਅਰ ਹੋ ਗਿਆ, ਉਸ ਤੋਂ ਬਾਅਦ ਉਹਨੂੰ ਗੌਰਮੈਂਟ ਟੀਚਰ ਦੀ ਨੌਕਰੀ ਮਿਲ ਗਈ। ਹੋਣੀ ਚਾਹੀਦਾ ਸੀ ਗੌਰਮੈਂਟ ਜੋਬ ਅੱਜ ਦੇ ਮਨ ਮਿਲ ਜਾਣੀ, ਕਿੰਨੀ ਵੱਡੀ ਅਚੀਵਮੈਂਟ, ਕਿੱਡਾ ਵੱਡਾ ਮਤਲਬ ਸਟੇਟਸ ਹੈ, ਸਭ ਕੁਝ ਮਿਲ ਗਿਆ। ਪਰ ਉਹ ਜਿਹੜਾ ਸਾਈਕੋਲੋਜੀਕਲੀ ਜਿਹੜਾ ਕੀ ਹੈ ਪ੍ਰੈਸਰ ਸੀ, ਉਹ ਕੁੜੀ ਕਿੱਥੋਂ ਤੱਕ ਪਹੁੰਚ ਗਈ, ਚਿੱਟਾ ਕੰਮ ਸਭ ਕੁਝ ਹੁੰਦੀ, ਜ਼ਿੰਦਗੀ ਨਹੀਂ ਜਿਉਣੀ ਆਈ, ਸਭ ਕੁਝ ਜ਼ੀਰੋ ਹੋ ਗਿਆ। ਉਹ ਲੜਕੀ ਜਲੰਧਰ ਤੋਂ ਕਿਸੇ ਠੇਕੇ ਦੇ ਬਾਹਰੋਂ ਟਰੱਕ ਡਰਾਈਵਰ ਚੱਕੇ ਰਹਿ ਗਈ, ਚਾਰ ਦਿਨ ਤਿੰਨ ਦਿਨ ਧੂਰੀ ਵਾਲੇ ਪਾਸੇ ਉਹ ਬੰਦ ਕਮਰੇ ਚ ਗਿਆ। ਇੱਕ ਦਿਨ ਅਧਵਈ ਨੂੰ ਫਲੋਰ ਦੇ ਬਾਹਰ ਸੜਕ ਦੇ ਕਿਨਾਰੇ ਤੋਂ ਔਰ ਅਖਬਾਰਾਂ ਦੀ ਬ੍ਰੇਕਿੰਗ ਨਿਊਜ਼, ਫਿਰ ਨਿਊਜ਼। ਹੁਣ ਉਹਦੇ ਮਾਪੇ ਜਿਹੜੇ ਨੇ ਉਹ ਵਿਚਾਰੇ ਕਿੱਥੇ ਸਿਰ ਹੁੰਦੇ ਹੋ। ਇੱਕ ਪਟਿਆਲੇ ਘਟਨਾ ਹੋਈ, ਜਿਹੜਾ ਸਾਡੇ ਦਾ ਜਿਹੜਾ ਅਸੀਂ ਜਿਹਨੂੰ ਗੱਲ ਕਰ ਰਿਹਾ ਰੁਝਾਨ ਜੋ ਸੀਨੀਅਰ ਦਿਖਾਉਂਦਾ ਕਿ ਕਾਲਜਾਂ ਦੀਆਂ ਕੁੜੀਆਂ ਮੁੰਡੇ ਬਰਥਡੇ ਮਨਾਉਣ ਆ ਗਏ, ਉੱਥੇ ਚੱਲਦੇ ਫੈਕਟ, ਕੁੜੀਆਂ ਵੀ ਪੀਂਦੀਆਂ ਮੁੰਡੇ ਵੀ ਪੀਂਦੇ, ਕੁੜੀਆਂ ਜਿਹੜੀਆਂ ਸੀ ਉਹ ਡਰਿੰਕ ਇੰਨੀ ਜ਼ਿਆਦਾ ਕਰ ਲਈ ਕਿ ਉਹ ਸੜਕ ਦੇ ਉੱਤੇ ਡਿੱਗੀਆਂ, ਟ੍ਰੈਫਿਕ ਜਾਮ ਹੋ ਗਿਆ, ਪੁਲਿਸ ਨੇ ਆ ਕੇ ਟ੍ਰੈਫਿਕ ਖੋਲਿਆ, ਕੁੜੀਆਂ ਛੱਡਿਆ, ਘਿਓ ਕੁੜੀਆਂ, ਫਿਰ ਲੋਕਾਂ ਨੇ ਆਈਆਂ ਨੇ ਉਹਨਾਂ ਦੀਆਂ ਫੋਟੋਆਂ ਖਿੱਚੀਆਂ, ਖਿੱਚ ਕੇ ਫੇਸਬੁੱਕ 'ਤੇ ਪਾਈਆਂ, ਲੋਕਾਂ ਨੇ ਭੈੜੇ ਭੈੜੇ ਕਮੈਂਟਸ ਪਾਏ। ਹੁਣ ਕੋਈ ਕਿਸੇ ਦੀ ਧੀਕਾ ਨੂੰ ਉਂਗਲ ਨਹੀਂ ਕਰ ਸਕਦਾ, ਉੱਥੇ ਕਮੈਂਟ ਪਾਏ ਲੋਕਾਂ ਨੇ, ਭੈੜੇ ਗੰਦੇ ਕਮੈਂਟ ਪਾਏ। ਉਹਨਾਂ ਦੇ ਮਾਪੇ ਜਿਹੜੇ ਆ ਰਿਸ਼ਤੇਦਾਰਾਂ ਦੇ ਸਾਹਮਣੇ ਵੀ ਜਾਣਾ, ਸਮਾਜ ਵੀ ਆਉਣਾ, ਕਿ ਉਹਨਾਂ ਦਾ ਕਿੱਦਾਂ ਦੀ ਉਹਨਾਂ ਦੀ ਜਿਹੜਾ ਉਹਨਾਂ ਦਾ ਜੀਵਨ ਕਿੱਦਾਂ ਦਾ ਹੋ ਗਿਆ ਹੋਏਗਾ, ਕਾਹਦੇ ਲਈ। ਅੱਜ ਕਹਿੰਦੇ ਧੀਆਂ ਪੁੱਤਰਾਂ ਦਾ ਡੇਗ ਹੀ ਹੈ, ਜੇ ਆਪਾਂ ਫਿਰ ਵੀ ਕਦੇ ਕੋਈ ਡੇ ਬਣਾਉਂਦੇ ਹਾਂ, ਕਦੀ ਫਾਦਰ ਡੇ, ਕਦੀ ਮਦਰ ਡੇ, ਹੈਨਾ। ਫਾਦਰ ਵੀ ਜ਼ਿੰਮੇਵਾਰ ਬਣੇ ਆਪਣੇ ਸੰਸਕਾਰ ਚੰਗੇ ਦੇਵੇ, ਔਰ ਜਿਹਨੇ ਧੀਆਂ ਪੁੱਤਰ ਹੈ ਉਹ ਵੀ ਆਪਣੇ ਮਾਪਿਆਂ ਦੀ ਵੱਡੇ ਦੀ ਜਿਹਦਾ ਧਿਆਨ ਰੱਖੇ। ਪਰ ਧਿਆਨ ਰੱਖ ਨਹੀਂ ਪਾਉਂਦੇ, ਫਿਸਲ ਜਾਂਦੇ ਨੇ, ਕਿਉਂ? ਉਹ ਗੱਲਾਂ ਨਾਲ ਨਾਲ ਆਉਣਗੀਆਂ, ਕਦੇ ਹੱਲ ਵੀ ਆਪਾਂ ਕੱਢਾਂਗੇ। ਇਹ ਇੱਕ ਪੱਖ ਲਿਆ ਜੇ ਮੈਂ ਕਿਰਦਾਰ ਦਾ, ਆਪਾਂ ਅੱਗੇ ਚੱਲਦੇ ਹਾਂ। ਮੈਂ ਗੱਲ ਕਰ ਰਿਹਾ ਸੀ ਬਿਰਧ ਕੀ ਪੈ, ਇਹਦਾ ਅਰਦਾਸ ਵਿੱਚ ਰੋਜ਼ ਕਰਦੇ ਹਾਂ ਬਿਰਧ ਕੀ ਪੈ, ਮਤਲਬ ਇੱਕ ਵਾਈਫ ਨੂੰ ਮੰਗਦੇ ਹਾਂ ਬਿਰਧ ਕੀ ਪੈ। ਇੱਕ ਦਿਨ ਮੈਂ ਕਥਾ ਸੁਣ ਰਿਹਾ ਸੀ, ਉਹ ਭਾਈ ਸਾਹਿਬ ਕਹਿ ਰਹੇ ਸੀ ਵੀ ਬੁੱਢਿਆਂ ਦੀ ਪੈ, ਡਾਕਟਰ ਜਸਵੰਤ ਸਿੰਘ ਨੇਕੀ ਜੀ, ਮੈਂ ਤੁਹਾਨੂੰ ਫੋਟੋ ਵੀ ਦਿਖਾਉਂਗਾ, ਉਹਨਾਂ ਦੀ ਬੁੱਕ ਹੈ ਅਰਦਾਸ,
ਉਹਨਾਂ ਨੇ ਵਿਰਧ ਦਾ ਅਰਥ ਲਿਖਿਆ ਹੈ ਟਰੈਡੀਸ਼ਨ, ਮਤਲਬ ਪਰੰਪਰਾਵਾਂ। ਕਿਸੇ ਦੇਸ਼ ਦੀ ਪਰੰਪਰਾ ਹੁੰਦੀ ਹੈ, ਕਿਸੇ ਸਕੂਲ ਦੀ ਪਰੰਪਰਾ ਹੁੰਦੀ ਹੈ, ਕਿਸੇ ਪਰਿਵਾਰ ਦੀ ਆਪਣੀ ਪਰੰਪਰਾ ਹੁੰਦੀ ਹੈ, ਹੈ ਨਾ। ਸੋ ਜਿਹੜੀਆਂ ਜਿਹੜੀਆਂ ਸਾਡੀਆਂ ਸਿੱਖ ਧਰਮ ਦੇ ਵਿੱਚ ਪਰੰਪਰਾਵਾਂ ਨੇ ਉਹ ਕੀ ਹੈ? ਖਾਲਸਾ ਸੋਜੋ, ਨਿਰਧਨ ਲੋਕਾਂ। ਜੇ ਦਾੜੀ ਸਾਬਤ ਸੁਰਤ ਬੰਦਾ ਗੈਂਗਸਟਰ ਬਣ ਜਾਏ, ਲੋਕਾਂ ਦਾ ਧਨ ਖਾਣ ਲੱਗ ਪਏ, ਉਹਦਾ ਕੀ ਕਿਰਦਾਰ? ਫਿਰ ਸਾਡੀ ਪਰੰਪਰਾ ਤੇ ਰਹੀ ਹੈ ਪਰਾਈ ਇੱਜ਼ਤ ਨੂੰ ਬਚਾਉਣਾ, ਇਹੀ ਰਹੀ ਹੈ ਨਾ। ਇਹਦੇ ਇਸ ਟਰੈਡੀਸ਼ਨ ਵਿੱਚੋਂ ਇਹ ਗੱਲਾਂ ਨਿਕਲੀਆਂ, ਕਿਹੜੀਆਂ? ਰੰਨ ਗਈ ਬਸਰੇ ਨੂੰ ਗਈ ਮੋੜੀ ਬਾਬਾ ਕੱਛ ਵਾਲੇ, ਕਛਹਿਰੇ ਵਾਲੇ ਬਾਬਾ ਮੇਰੀ ਘਰਵਾਲੀ ਮੁਗਲ ਖੋਹ ਕੇ ਲੈ ਗਏ ਫੈਸਲਾ ਕੇ। ਉਹ ਕਛਹਿਰੇ ਵਾਲੇ ਕੋਲ ਕਿਉਂ ਆਉਂਦੇ ਸੀਗੇ ਦੱਸੋ? ਹੋਰ ਦੁਨੀਆਂ ਨਹੀਂ ਸੀ, ਉਹਦਾ ਆਪਣਾ ਪਰਿਵਾਰ ਨਹੀਂ ਸੀ। ਕਛਹਿਰੇ ਵਾਲੇ ਕੋਲ ਇਸ ਕਰਕੇ ਆਉਂਦੇ ਸੀ ਕਿ ਕਛਹਿਰੇ ਵਾਲੇ ਕਰੈਕਟਰ ਵਾਲੇ ਆ, ਤੇ ਕਛਹਿਰੇ ਵਾਲਿਆਂ ਕੋਲ ਕਿਰਪਾਨ ਹੈ ਜਿਹੜੀ ਮਜ਼ਲੂਮ ਦੀ ਰਾਖੀ ਵਾਸਤੇ, ਨਿਮਾਣੇ ਦੀ ਰਾਖੀ ਵਾਸਤੇ, ਗਰੀਬ ਦੀ ਰਾਖੀ ਵਾਸਤੇ, ਇੱਕ ਸੈਲਫ ਡਿਫੈਂਸ ਵਾਸਤੇ ਵੀ ਹੈ ਔਰ ਇੱਕ ਦੂਜੇ ਦੀ ਰਾਖੀ ਵਾਸਤੇ ਵੀ ਹੈ। ਖਾਲਸੇ ਧਰਮ ਦੀ ਡੈਫੀਨੇਸ਼ਨ ਕੀ ਹੈ? ਆਪ ਆਜ਼ਾਦ ਹੋਣਾ ਤੇ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆਂ ਨੂੰ ਆਜ਼ਾਦ ਕਰਵਾਉਣਾ, ਇਹ ਖਾਲਸੇ ਧਰਮ ਹੈ, ਸਾਡੀ ਤਾਂ ਆਹ ਪਰੰਪਰਾ ਰਹੀ ਹੈ। ਹਾਂਜੀ, ਆ ਗਏ ਕਛਹਿਰੇ ਵਾਲਿਆਂ ਕੋਲ ਕਿਰਪਾਨ, ਠੀਕ ਹੈ, ਔਰ ਖਾਲਸੇ ਧਰਮ ਦੀ ਡੈਫੀਨੇਸ਼ਨ ਵੀ ਮੈਂ ਕਰ ਲਈ ਗੱਲ। ਹੁਣ ਇੱਕ ਦੀ ਘਰਵਾਲੀ ਆਜ਼ਾਦ ਕਰਵਾਉਣ ਲਈ ਜੇ ਕੋਈ ਫਰਿਆਦ ਲੈ ਕੇ ਆ ਗਿਆ ਤੇ ਸੈਂਕੜੇ ਹਜ਼ਾਰਾਂ ਸਿੱਖ ਵੀ ਸ਼ਹੀਦ ਹੋਏ। ਹੁਣ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ, ਹਿੰਦੁਸਤਾਨ ਦੇ ਲੋਕਾਂ ਨੂੰ ਰੱਜ ਕੇ ਲੁੱਟਦਾ ਸੀ। ਇਹ ਲੋਕ ਇੰਨੇ ਕਮਜ਼ੋਰ ਸੀ, ਇੰਨੇ ਬੁਜ਼ਦਿਲ ਸੀ ਕਿ ਜਿਹੜਾ ਵੀ ਆਉਂਦਾ ਸੀ ਲੁੱਟਦਾ ਸੀ, ਮਾਰਦਾ ਸੀ, ਕੁੱਟਦਾ ਸੀ, ਇਹ ਲੰਮੇ ਪੈ ਕੇ ਸਸਤਾ ਖਾਂਦੇ ਸੀ। ਕੋਈ ਇਹ ਨਹੀਂ ਪੁੱਛਦਾ ਕਿ ਮੇਰਾ ਕਸੂਰ, ਮੁਗਲਾਂ ਨੇ ਵੀ ਲੁੱਟਿਆ, ਮਾਰਿਆ ਕੁੱਟਿਆ। ਜੇ ਇੱਧਰੋਂ ਆਏ ਅਫਗਾਨਿਸਤਾਨ ਤੋਂ ਅਬਦਾਲੀ ਦਾ ਪਿਓ ਆਇਆ, ਉਹਨੇ ਵੀ ਕੁੱਟਿਆ ਮਾਰਿਆ। ਅਬਦਾਲੀ ਆਇਆ ਤਾਂ ਉਹਨੇ ਵੀ ਕੁੱਟਿਆ ਮਾਰਿਆ। ਅਬਦਾਲੀ ਦਾ ਗਾਂ ਗਾਂ ਅੱਗੋਂ ਬੱਚੇ ਆਏ, ਉਹਨਾਂ ਨੇ ਵੀ ਕੁੱਟਿਆ ਮਾਰਿਆ। ਮਤਲਬ ਰੱਜ ਕੇ ਆ ਕੇ ਇੱਥੇ ਉਹਨਾਂ ਨੇ ਆਪਣੀ ਜਿਹੜੀ ਚਲਾਈ, ਆਪਣੀ ਗੱਲ, ਲੱਖਾਂ ਕਤਲ ਕੀਤੇ, ਲੱਖਾਂ ਕਰੋੜਾਂ ਦਾ ਜਿੱਥੋਂ ਲੁੱਟ ਕੇ ਲੈ ਜਾਂਦੇ ਨੇ। ਘੋੜੇ ਕੀ, ਹਾਥੀ ਕੀ, ਚੀਤੇ ਕੀ, ਕਾਰੀਗਰ ਕੀ, ਪੱਥਰ ਘਾੜੇ ਕੀ, ਮੀਨਾਕਾਰੀ ਕਰਨ ਵਾਲੇ ਕੀ, ਹਰ ਤਰ੍ਹਾਂ ਦੇ ਕਾਰੀਗਰ ਬੰਦੇ ਹਿੰਦੁਸਤਾਨੀ ਮੁਟਿਆਰਾਂ ਨੂੰ ਲੁੱਟ ਕੇ ਲੈ ਜਾਂਦੇ ਨੇ। ਹੁਣ ਜੇ ਨਾਦਰ ਸ਼ਾਹ ਦਿੱਲੀ ਦੇ ਵਿੱਚ 1,12,000 ਕਤਲ ਕਰਦਾ ਇੱਕੋ ਦਿਨ, 1,12,000 ਹਿੰਦੁਸਤਾਨੀ ਲਾਸ਼ਾਂ ਦੇ ਢੇਰ ਲਾ ਦਿੰਦਾ, ਤੇ ਸਾਰਾ ਕੁਝ ਲੁੱਟ ਕੇ ਭਰ ਕੇ ਮਾਲ ਵਾਪਸ ਤੁਰ ਪੈਂਦਾ, ਤੇ ਜਦੋਂ 2,200 ਕੁੜੀਆਂ ਜਿਹੜੀਆਂ ਨੇ ਹਿੰਦੁਸਤਾਨੀ ਮੁਟਿਆਰਾਂ ਯਾਦ ਕਰਵਾ ਕੇ ਲੈ ਕੇ ਤੁਰਦਾ, ਉਹਨਾਂ ਨੂੰ ਰੋਕਣਾ ਕੌਣ? ਗੌਰਮੈਂਟ ਹਿੰਦੁਸਤਾਨੀ ਲੋਕਾਂ 'ਚ ਜੁੜਤ ਨਹੀਂ ਆਈ ਹੈ ਕਿ ਨਾ, ਜਿਹਨਾਂ ਦਾ ਰਾਜ ਸੀ ਮੁਗਲਾਂ ਦਾ ਰਾਜ ਸੀ ਨਾ, ਤੇ ਅਬਦਾਲੀ ਨੇ ਹਮਲਾ ਕਰ ਦਿੱਤਾ, ਕੁੱਟਿਆ ਮਾਰਿਆ ਲੁੱਟਿਆ, ਪਰ ਮੁਗਲ ਵੀ ਨਹੀਂ ਉਹਨੂੰ ਕਾਊਂਟਰ ਕਰ ਪਾਏ। 2,200 ਕੁੜੀਆਂ ਉਹ ਆਪਣੇ ਨਾਲ ਲੈ ਕੇ ਤੁਰ ਕੇ ਗੁਲਾਮ ਬਣਾ, ਜਦੋਂ ਚੜਾਵ ਤੇ ਆ ਕੇ ਲੰਘਣ ਲੱਗੇ ਸਿੱਖਾਂ ਨੇ ਫਿਰ ਲੁਕਾ ਲਿਆ। 2,200 ਕੁੜੀਆਂ ਵੀ ਖੋਹੀਆਂ ਤੇ ਘਰ ਘਰ ਪਹੁੰਚਾਈਆਂ ਤੇ ਲੁੱਟਿਆ ਮਾਲ ਵੀ ਦੱਸਣਾ ਤੱਕ ਹੋਇਆ ਉਹਨੂੰ। ਇਹ ਕਿਰਦਾਰ ਦਸਤਾਰ ਵਾਲਿਆਂ ਦਾ ਆਹ ਕਿਰਦਾਰ ਹੈ। ਫਿਰ ਉਸ ਤੋਂ ਬਾਅਦ ਦੇਖੋ ਕਿ ਅਹਿਮਦ ਸਾਹਿਬ ਦਾਰੀਆ ਹੈ, ਉਹ ਕੀ ਕਰਦਾ ਸੀ? ਹਿੰਦੁਸਤਾਨੀ ਮੁਟਿਆਰਾਂ ਨੂੰ ਘਰਾਂ ਵਿੱਚੋਂ ਕੱਢਦਾ ਸੀ, ਰੱਸਿਆਂ ਨਾਲ ਬੰਨਦਾ ਸੀ, ਡੰਗਰਾਂ ਵਾਂਗ ਖਿੱਚਦਾ ਸੀ, ਤੇ ਕਿੱਥੇ ਰਹਿ ਜਾਂਦਾ ਸੀ? ਆਪਣੇ ਦੇਸ਼। ਹੁਣ ਗਜਨੀ ਦੇ ਬਾਜ਼ਾਰਾਂ 'ਚ ਜਾ ਕੇ ਮੰਡੀ ਲਾਉਂਦਾ ਸੀ। ਜਿਹੜੀ ਮੰਡੀ ਹੈ ਇੱਥੇ ਤੁਸੀਂ ਦੇਖੋ ਜਾ ਕੇ ਡੰਗਰਾਂ ਦੀ ਮੰਡੀ, ਇੱਦਾਂ ਕੰਮਾਂ ਕਿੱਦਾਂ ਵੇਖਦੀਆਂ? ਇੱਦਾਂ ਹੀ ਉੱਥੇ ਧੂੜ ਉੜਦੀ ਹੋਏਗੀ, ਹਿੰਦੁਸਤਾਨੀ ਮੁਟਿਆਰਾਂ ਮਠਾਈਆਂ ਹੁੰਦੀਆਂ ਗੁਲਾਮ ਬਣਾ ਕੇ, ਤੇ ਖਰੀਦਣ ਵਾਲੇ ਹੁੰਦੇ ਹੋਣਗੇ। ਉਦੋਂ ਪੈਸੇ ਦੀ ਵੈਲਿਊ ਹੁੰਦੀ ਸੀ, 2 ਪੈਸਿਆਂ ਦਾ ਟੱਕਾ ਹੁੰਦਾ ਸੀ। ਇੱਕ ਮੁਟਿਆਰ ਜਿਹੜੀ ਆ ਉਹ 1 ਟੱਕੇ ਵਿੱਚ, ਮਤਲਬ 2 ਪੈਸਿਆਂ ਵਿੱਚ ਵਿਕਦੀ ਸੀ। ਜਿਹਨੇ 2 ਪੈਸੇ ਦਿੱਤੇ ਉਹਨੇ ਮੁਟਿਆਰ ਖਰੀਦੀ ਤੇ ਆਪਣੀ ਬਣਾ ਕੇ ਆਪਣੇ ਘਰ ਲੈ ਗਏ। ਹੁਣ ਤੁਸੀਂ ਦਸਤਾਰ ਵਾਲਿਆਂ ਦਾ ਕਿਰਦਾਰ ਦੇਖੋ, ਇਹ ਕੀ ਕਰ ਰਹੇ? ਇਹ ਜਾਨਾ ਤਲੀ ਤੱਕ ਉੱਥੇ ਪਹੁੰਚ ਜਾਂਦੇ ਸੀ ਅਬਦਾਲੀ ਦੇ ਦੇਸ਼। ਹੁਣ ਉੱਥੇ ਜਾ ਕੇ ਕਹਿੰਦੇ ਨਾ 12 ਵੱਜ ਗਏ ਰਾਤ ਦੇ, 12 ਵਜੇ ਪਹਿਰੇਦਾਰ ਸਰਾਫਾ ਫਿਕਰ ਅੱਗੇ ਹੁੰਦੇ ਸੀ, ਇਹ ਅਟੈਕ ਕਰਦੇ ਸੀ ਤਾਂ ਕਿ ਉਹਨਾਂ ਨੂੰ ਉੱਥੇ ਖਤਮ ਕਰਕੇ ਰਾਹ ਪੱਧਰਾ ਹੁੰਦਾ ਸੀ। ਫਿਰ ਹਿੰਦੁਸਤਾਨ ਦੀ ਇੱਜ਼ਤ ਨੂੰ ਆਜ਼ਾਦ ਕਰਵਾ ਕੇ ਆਪਣੇ ਦੇਸ਼ ਲੈ ਕੇ ਆਉਂਦੇ ਸੀ, ਫਿਰ ਭੈਣ ਕਹਿ ਕੇ ਡਰੈਸ ਪੁੱਛ ਕੇ ਉਹਦੇ ਘਰ ਛੱਡ ਕੇ ਆਉਂਦੇ ਸੀ।
ਜਦੋਂ ਅਸੀਂ ਅਖਬਾਰਾਂ ਪੜ੍ਹਦੇ ਹਾਂ ਵੀ ਇੰਨੀਆਂ ਦਸਤਾਰਧਾਰੀਆਂ ਨੇ ਸਰੂਰਿਕ ਖਿਲਾਫ ਕਰ ਕਿੱਡਾ ਵੱਡਾ ਸਾਡਾ ਨੀ ਮਤਲਬ ਸਮਾਜ ਦਾ ਨੀ ਕਰਦਾ ਸਾਡੀ ਪੂਰੀ ਸੀ ਕੌਮ ਦਾ ਸੰਦੀਪ ਵੀ ਸਾਡਾ ਕਿਰਦਾਰ ਕੀ ਹੈ ਸਾਡਾ ਕਰੈਕਟਰ ਕੀ ਹੈ ਸਾਡਾ ਇਤਿਹਾਸ ਕੀ ਹੈ ਇਹ ਜਿਹੜਾ ਆਲੇ ਦੁਆਲੇ ਦਾ ਵਾਤਾਵਰਨ ਜਿਹੜਾ ਸਿਰਜਿਆ ਜਾ ਰਿਹਾ ਵਾ ਇਹ ਉਹਦੇ ਕਰਕੇ ਹੀ ਇਹ ਵਾਹਿਗੁਰੂ ਜੀ ਉਹਦੇ ਕਰਕੇ ਹੈ ਜੀ ਸਾਰਾ ਫਿਰ ਆ ਗਏ ਨਿਹੰਗ ਬੂਏ ਖੋਲ ਦੇ ਉਹਦੇ ਸੰਗ ਇਹ ਕੀ ਇਤਿਹਾਸ ਹੈ ਲੋਕ ਘਰਾਂ ਦੇ ਜਿਹੜੀ ਗੱਲਾਂ ਨਹੀਂ ਲੋਕ ਘਰਾਂ ਦੇ ਦਰਵਾਜ਼ੇ ਅੰਦਰੋਂ ਬੰਦ ਕਰਕੇ ਰੱਖਦੇ ਸੀ ਕਾਹਦੇ ਵਾਸਤੇ ਮੁਗਲਾਂ ਦੀਆਂ ਧਾਰਾਂ ਆਉਣਗੀਆਂ ਘਰ ਚ ਵੜ ਜਾਣਗੀਆਂ ਘਰ ਬੈਠੀ ਜਵਾਨ ਧੀ ਨੂੰ ਚੱਕ ਕੇ ਆ ਜਾਂਦੇ ਇਸ ਕਰਕੇ ਲੋਕਾਂ ਦੇ ਘਰ ਦੇ ਦਰਵਾਜ਼ੇ ਖੁੱਲ੍ਹੇ ਨਹੀਂ ਸੀ ਜਦੋਂ ਨਿਹੰਗ ਸਿੰਘ ਆਉਂਦੇ ਸੀ ਦਰਵਾਜ਼ੇ ਖੁੱਲ੍ਹ ਜਾਂਦੇ ਸੀ ਲੋਕ ਸੜਕਾਂ ਤੇ ਆ ਜਾਂਦੇ ਸੀ ਚਾਹ ਚੜ੍ਹ ਜਾਂਦਾ ਸੀ ਡਰ ਬਹਿ ਜਾਂਦਾ ਸੀ ਤੇ ਇੱਕ ਦੂਜੇ ਦਾ ਘਰ ਦਾ ਗੁਰੂ ਖਟਾਉਂਦੇ ਸੀ ਤੇ ਕੀ ਕਹਿੰਦੇ ਸੀ ਆ ਗਏ ਨਿਹੰਗ ਬੂਏ ਖੋਲ ਦੇ ਵੀ ਹੁਣ ਕਰੈਕਟਰ ਵਾਲੇ ਆ ਗਏ ਆ ਸਾਡੀ ਇੱਜ਼ਤ ਦੇ ਰੱਖ ਕੇ ਆ ਗਏ ਆ ਹੁਣ ਸਾਨੂੰ ਕੋਈ ਡਰ ਨਹੀਂ ਕੋਈ ਖਤਰਾ ਨਹੀਂ ਹੁਣ ਦਰਵਾਜ਼ੇ ਖੋਲ ਦਿਓ ਸਾਡਾ ਤਿਆਰ ਕਿਰਦਾਰ ਹੈ ਕਿ ਸਾਨੂੰ ਕੋਈ ਦੇਖੇ ਤੇ ਦਰਵਾਜ਼ੇ ਖੋਲ ਦਿਓ ਨਾ ਕਿ ਦਰਵਾਜ਼ੇ ਬੰਦ ਕਰ ਪਰ ਜਿੱਦਾਂ ਜਿੱਦਾਂ ਸਾਡਾ ਕਿਰਦਾਰ ਗਵਾਚ ਰਿਹਾ ਵਾ ਲੋਕਾਂ ਨੇ ਡਰਨਾ ਸ਼ੁਰੂ ਕਰ ਇੱਕ ਸਕੂਲ ਦੀ ਪ੍ਰਿੰਸੀਪਲ ਕਹੇ ਕਿ ਤੁਸੀਂ ਸਹਿਜ ਪਾਠ ਕਰਾਓ ਡੈਰੀ ਦਾ ਫਾਰਮ ਭਰਵਾਓ ਫਾਰਮ ਦੇ ਵਿੱਚ ਬੱਚੇ ਦਾ ਨਾਮ ਤੇ ਕਲਾਸ ਲਿਖ ਲਓ ਅਸੀਂ ਬੱਚੇ ਦਾ ਘਰ ਦਾ ਅਡਰੈਸ ਤੇ ਫੋਨ ਨੰਬਰ ਨਹੀਂ ਦੇਣਾ ਕਿਉਂ ਕਿਉਂਕਿ ਸਾਡਾ ਕਿਰਦਾਰ ਜਿਹੜਾ ਵਾ ਉਹ ਸਾਈਨ ਅਪ ਕਰੋਗੇ ਸਾਡਾ ਖਤਰਾ ਪੈਦਾ ਹੋ ਗਿਆ ਡਰ ਪੈਦਾ ਹੋ ਗਿਆ ਲੋਕਾਂ ਨੂੰ ਨਹੀਂ ਤਾਂ ਇੱਕ ਸਰਦਾਰ ਜਾਵੇ ਇੱਕ ਦਾੜੀ ਵਾਲਾ ਜਾਵੇ ਤੇ ਇਹ ਪ੍ਰਿੰਸੀਪਲ ਕਿਉਂ ਹੋਵੇ ਕਿਉਂਕਿ ਮਾਹੌਲ ਇੱਦਾਂ ਦਾ ਇਹ ਬਣ ਚੁੱਕਾ ਸਿਰਜਿਆ ਜਾ ਚੁੱਕਾ ਸਾਡੀਆਂ ਪਰੰਪਰਾਵਾਂ ਜਿਹੜੀਆਂ ਇਹਦਾ ਘਾਣ ਹੋ ਰਿਹਾ ਵਾ ਫਿਰ ਬਾਣੀ ਪੜ੍ਹਦੇ ਹਾਂ ਭਗਤ ਨਾਮਦੇਵ ਜੀ ਕੀ ਕਹਿੰਦੇ ਨੇ ਪਰ ਧਨ ਪਰ ਦਾਰਾ ਪਰ ਹਰੀ ਪਰਾਇਆ ਧਨ ਪਰਾਈ ਇਸਤਰੀ ਮੈਨੂੰ ਪਰੇ ਕਰ ਦਿਓ ਤਿੰਨ ਕੇ ਨਿਕਟ ਵਸੈ ਨਰ ਹਰੀ ਫਿਰ ਉਹਦੇ ਨੇੜੇ ਫਿਰ ਰੱਬ ਆਉਂਦਾ ਜੇ ਉਹਦੇ ਨੇੜੇ ਉਹਦੇ ਅੰਦਰ ਫਿਰ ਰੱਬ ਵਸਦਾ ਜੇ ਫਿਰ ਦਸ ਇੰਦਰੀ ਕਰ ਰਾਖੇ ਵਾਸ ਤਾਂ ਕਹਿ ਆਤਮਾ ਹੋਏ ਪ੍ਰਗਾਸ ਹੁਣ ਦਸ ਇੰਦਰੀ ਜਿਹੜੇ ਸਾਡੇ ਦਰਵਾਜ਼ੇ ਨੌ ਨੇ ਦਸਵਾਂ ਗੁਪਤਰ ਖਾਤਾ ਹੁਣ ਇਹਨਾਂ ਨੂੰ ਵਸ ਕਰਨਾ ਵਾ ਹਾਂਜੀ ਕਹਿੰਦੇ ਇਨ ਬਿਦ ਡੂਬੀ ਮਾਕੁਰੀ ਇਨ ਬਿਦ ਡੂਬੀ ਮਾਕੁਰੀ ਭਾਈ ਉਂਡੀ ਸਿਰਕੇ ਭਾਈ ਮੱਕੜੀ ਜਿਹੜੀ ਹੈ ਨਾ ਉਹ ਜਦੋਂ ਆਪਣੇ ਜਾਲ ਚ ਫਸ ਜਾਂਦੀ ਹੈ ਤੇ ਫਿਰ ਮੁੱਦੀ ਹੋ ਜਾਂਦੀ ਹੈ ਤੇ ਮੂੰਹ ਭਰ ਆ ਕੇ ਡਿੱਗਦੀ ਹੈ ਜੈਸਾ ਸੰਗ ਵਿਸੀਅਰ ਸਿਉ ਹੈਰੇ ਤੈਸੋ ਹੀ ਇਹ ਪਰਗ ਰਹੇ ਜਿੱਦਾਂ ਇੱਕ ਸੱਪ ਦਾ ਡੰਗ ਜਿਹੜਾ ਨਾ ਬੰਦੇ ਨੂੰ ਲੈ ਪੈਂਦਾ ਏਦਾਂ ਹੀ ਜਦੋਂ ਅਸੀਂ ਪਰਾਏ ਦਰਵਾਜ਼ੇ ਵੱਲ ਪਰਾਏ ਤਨ ਵੱਲ ਕਹਿ ਲਓ ਪਰਾਏ ਰੂਪ ਵੱਲ ਝਾਕਦੇ ਹਾਂ ਤੇ ਇਹ ਉਦਾਂ ਦਾ ਹੀ ਡੰਗ ਹੈ ਜਿਹੜਾ ਬੰਦੇ ਨੂੰ ਆਤਮਕ ਤੌਰ ਤੇ ਖਤਮ ਕਰ ਦਿੰਦਾ ਤੇ ਉਹ ਸਮਾਜ ਚ ਜੀਵਨ ਜੋਗਾ ਨਹੀਂ ਰਹਿ ਜਾਂਦਾ ਫਿਰ ਮਨ ਵਚਨ ਕਰਮ ਜੇ ਤੁਧ ਅਰਾਧੇ ਸੇ ਸਭੇ ਫਲ ਪਾਵਣੀ ਇੱਕ ਹੁੰਦਾ ਮਨ ਇੱਕ ਹੁੰਦੇ ਸਾਡੇ ਵਚਨ ਇੱਕ ਹੁੰਦੇ ਸਾਡੇ ਕਰਮ ਅਸੀਂ ਕਰਦੇ ਕੀ ਹੈ ਅਸੀਂ ਬੋਲਦੇ ਕੀ ਹੈ ਤੇ ਸਾਡੇ ਅੰਦਰ ਕੀ ਹੁਣ ਕਈ ਵਾਰੀ ਕਹਿੰਦੇ ਨਾ ਜਿੰਨ ਮਨ ਹੋਰ ਮੁੱਖ ਹੋਰ ਸਿਕਾਂਡੇ ਕੱਚੇ ਆ ਕਈ ਵਾਰੀ ਮਨ ਦੇ ਅੰਦਰ ਕੁਝ ਹੋਰ ਹੁੰਦਾ ਬਾਹਰ ਕੁਝ ਹੋਰ ਹੁੰਦਾ ਤਿੰਨਾਂ ਦਾ ਸੁਮੇਲ ਤਿੰਨਾਂ ਦੀ ਏਕਤਾ ਤਿੰਨਾਂ ਦੀ ਇੱਕ ਸੁਰਤਾ ਇਹ ਹੋਣੀ ਚਾਹੀਦੀ ਹੈ ਮਨ ਵਚਨ ਤੇ ਸਾਡਾ ਕੰਮ ਜੋ ਕੰਮ ਕਰ ਰਹੇ ਹਾਂ ਉਹ ਸਾਡੇ ਮਨ 'ਚ ਉਹੀ ਹੋਵੇ ਅਤੇ ਸਾਡੇ ਵਚਨਾਂ 'ਚ ਵੀ ਉਹੀ ਹੋਵੇ ਇਹ ਨਹੀਂ ਵੀ ਆਪਾਂ ਕਰ ਤਾਂ ਰਹੇ ਹਾਂ ਸਹਿਜ ਪਾਠ ਕਰਾ ਰਹੇ ਹਾਂ ਹੈ ਨਾ ਅਤੇ ਬੋਲ ਰਹੇ ਹਾਂ ਵਚਨ ਵਧੀਆ ਵੀ ਮੈਂ ਹੁਣ 8 ਪਾਠ ਕਰ ਲਏ ਮੈਂ ਹੁਣ 500 ਪਾਠ ਸ਼ੁਰੂ ਕਰਾ ਦੇਣਾ ਅੰਦਰ ਸਾਡੇ ਕੋਲ ਹੋਰ ਚੱਲਦਾ ਹੋਵੇ ਝੁਕਦੀ ਕਿ ਨਹੀਂ ਗੁਰਬਾਣੀ ਇਸ ਇੰਸੀਡੈਂਟ ਦੇ ਨਾਲ ਜਿਹੜਾ ਵਾਪਰਿਆ ਸੋ ਮਨ ਵਚਨ ਤੇ ਕਰਮ ਦਾ ਇੱਕ ਹੀ ਕਰਮ ਇੱਕ ਸੁਰਤਾ ਇਹ ਬਹੁਤ ਜ਼ਰੂਰੀ ਹੈ ਤਾਂ ਸਾਡਾ ਕਿਰਦਾਰ ਜਿਹੜਾ ਉਹ ਕਾਇਮ ਰਹਿ ਸਕਦਾ ਅਤੇ ਮੈਂ ਗੱਲ ਕਰ ਰਿਹਾ ਸੀਗਾ ਕਿ ਦਸ ਇੰਦਰੀਆਂ ਦੀ ਮੈਂ ਗੱਲ ਕਰ ਰਿਹਾ ਸੀ ਦਸ ਇੰਦਰੀਆਂ ਨੂੰ ਵਸ ਕਰਨਾ ਹੈ ਦੇਖੋ ਇਹ ਸਾਡੇ ਦਰਵਾਜ਼ੇ ਨੇ ਨੌ ਹੈ ਨਾ ਇਹਨਾਂ ਨੂੰ ਕਿੱਥੇ ਖੋਲ੍ਹਣਾ ਵਾ ਕਿੱਥੇ ਬੰਦ ਕਰਨਾ ਵਾ ਇਹ ਵਸ ਕਰਨਾ
ਹਨੇਰੀ ਆਉਂਦੀ ਹੈ ਨਾ ਜ਼ੋਰ ਦੀ, ਅਸੀਂ ਕੀ ਕਰਦੇ ਦਰਵਾਜ਼ੇ ਬੰਦ ਕਰ ਦਿੰਦੇ ਹਾਂ ਘਰ ਗੰਦਾ ਹੋ ਜਾਵੇ, ਹੈ ਨਾ। ਜਦੋਂ ਮਾੜੀ ਹਨੇਰੀ ਆਉਂਦੀ ਹੈ ਤਾਂ ਦਰਵਾਜ਼ੇ ਬੰਦ ਕਰ ਲਓ ਇਹ ਇੰਦਰੀਆਂ ਦੇ, ਜਦੋਂ ਚੰਗੀ ਹਵਾ ਆਉਂਦੀ ਹੈ ਤਾਂ ਅਸੀਂ ਕਹਿੰਦੇ ਦਰਵਾਜ਼ੇ ਖੋਲ ਦਿਓ ਯਾਰ ਅੰਦਰੋਂ ਭੜਾ ਜੀ ਨਿਕਲ ਜਾਏ, ਹੈ ਨਾ। ਸਰਦੀਆਂ ਹੁੰਦੀਆਂ ਥੋੜ੍ਹੇ ਜਿਹੇ ਆਹ ਪਰਦੇ ਪਾਸੇ ਕਰ ਦਿਓ ਜੀ ਧੁੱਪ ਥੋੜ੍ਹੀ ਅੰਦਰ ਆ ਜਾਏ, ਕਹਿੰਦੇ ਹੈ ਨਾ। ਹੁਣ ਕਦੋਂ ਸਾਨੂੰ ਕਿਹੜੀ ਹਵਾ ਸਾਨੂੰ ਚਾਹੀਦੀ ਹੈ ਕਿਹੜੀ ਨਹੀਂ ਚਾਹੀਦੀ, ਕਿੱਥੇ ਦਰਵਾਜ਼ੇ ਬੰਦ ਕਰਨੇ ਆ ਕਿੱਥੇ ਖੋਲ ਕੇ ਰੱਖਣੇ, ਇਹੀ ਸਾਡੇ ਦਰਵਾਜ਼ਿਆਂ ਦਾ ਹਿਸਾਬ। ਇੱਕ ਪੁੱਲ ਐਂਡ ਪੁੱਛ, ਆਹੀ ਚੀਜ਼ ਜਿਹੜੀ ਮੈਂ ਤੁਹਾਨੂੰ ਕਹੀ ਹੈ, ਧੁੱਪ ਮੰਨਣੀ ਹੈ ਤੇ ਠੰਡੀ ਹਵਾ ਲੈਣੀ ਹੈ ਤਾਂ ਦਰਵਾਜ਼ੇ ਖੋਲ ਲਓ, ਤੇ ਜੇ ਗੰਦੀ ਹਵਾ ਝੱਖੜ ਝੁੱਖੜ ਆ ਗਿਆ ਤਾਂ ਦਰਵਾਜ਼ੇ ਬੰਦ ਕਰ ਲੈਂਦੇ ਹਾਂ, ਇਹ ਇੱਦਾਂ ਹੀ ਸਾਡਾ ਮਨ ਹੈ। ਫਿਰ ਗਿਆਨ ਦੀ ਹਨੇਰੀ ਚੱਲੇ ਤਾਂ ਮਨ ਦੇ ਦਰਵਾਜ਼ੇ ਖੋਲ ਲਓ, ਤੇ ਜਦੋਂ ਵਿਕਾਰਾਂ ਦੀ ਚੱਲੇ ਇਹ ਦਰਵਾਜ਼ੇ ਬੰਦ ਕਰ ਲਓ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬੰਦੀ। ਭਗਤ ਕਬੀਰ ਜੀ ਕਹਿੰਦੇ ਨੇ ਵੀ ਜਦੋਂ ਜਦੋਂ ਗਿਆਨ ਪ੍ਰਵੇਸ਼ ਕਰਦਾ ਹੈ ਤੇ ਸਾਰੇ ਜਿਹੜੇ ਭਰਮ ਨੇ, ਜਿੱਦਾਂ ਛੱਪੜੀ ਨਹੀਂ ਹੁੰਦੀ, ਛੱਪੜੀ ਛੱਪੜ ਨਹੀਂ, ਛੱਪੜੀ ਜਿਹੜੀ ਸੱਤ ਹੁੰਦੀ ਹੈ ਅੱਖਾਂ ਦੀ, ਉਹ ਹਨੇਰੀ ਆਉਂਦੀ ਡਾ ਕੇ ਲੈ ਜਾਂਦੀ ਹੈ। ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਤੇ ਆ ਜਿੰਨੇ ਆ ਭਰਮ ਹੀ ਆ ਸਾਰੇ, ਉੱਠੇ ਕੰਮ ਵੀ ਭਰਮ ਹੀ ਹੁੰਦੇ ਨੇ, ਇਹ ਸਾਰਾ ਕੁਝ ਇਹ ਜਿਹੜੀ ਹੈ ਇਹਨੂੰ ਫਿਰ ਉਹ ਡਾ ਕੇ ਲੈ ਜਾਂਦੀ ਹੈ। ਸੋ ਮੂੰਦ ਲਈਏ ਦਰਵਾਜ਼ੇ ਬਾਜੀ ਵਾਲੇ ਅਨਹਦ ਬਾਜੀ। ਜੇ ਅਸੀਂ ਇਹ ਦਰਵਾਜ਼ਿਆਂ ਨੂੰ ਵਿਕਾਰਾਂ 'ਤੇ ਆ ਕੇ ਬੰਦ ਕਰ ਲਵਾਂਗੇ ਨਾ, ਇਹ ਦਰਵਾਜ਼ੇ ਬੰਦ ਕਰ ਲਾਂਗੇ ਅੰਦਰ ਨਹੀਂ ਵੜਦੇ ਨੇ, ਤੇ ਫਿਰ ਜਿਹੜਾ ਕਹਿੰਦੇ ਨਾ ਦਸਵਾਂ ਗੁਪਤ ਖਾਤਾ, ਜਿਹੜੇ ਕਹਿੰਦੇ ਨਾ ਆਵਾਜ਼ਾਂ ਆਉਂਦੀਆਂ ਅੰਦਰ, ਉਹ ਅਵਸਥਾ ਜਿਹੜੀ ਹੈ ਫਿਰ ਉਹ ਵਾਜੇ ਵੱਜਦੇ। ਦੇਖੋ ਕਈ ਵਾਰੀ ਹਨੇਰੀ ਆਉਂਦੀ ਹੈ ਤੇ ਅਸੀਂ ਦਰਵਾਜ਼ੇ ਬੰਦ ਕਰਦੇ ਹਾਂ ਨਾ, ਕਈ ਵਾਰ ਹਨੇਰੀ ਬੜੀ ਜ਼ੋਰਦਾਰ ਹੁੰਦੀ ਹੈ, ਦਰਵਾਜ਼ਿਆਂ ਵਿੱਚ ਛੋਟੀਆਂ ਜਿਹੀਆਂ ਝੀਠਾਂ ਮੋਹਰੀਆਂ ਜਿਹੀਆਂ ਹੁੰਦੀਆਂ ਨੇ, ਤੇ ਕਈ ਵਾਰੀ ਜਦੋਂ ਚੀਰ ਕੇ ਲੰਘਦੀ ਹੈ ਤੇ ਭੂ ਭੂ ਦੀਆਂ ਆਵਾਜ਼ਾਂ ਆਉਂਦੀਆਂ ਨੇ ਆਉਂਦੀਆਂ ਨਾ, ਇਹੀ ਹਿਸਾਬ ਨੇ ਆਪਣੇ ਅੰਦਰ ਦੇ ਅਵਸਥਾ ਦੀ ਕਰ ਲਓ। ਹਰੀ ਸਿੰਘ ਨਲੂਆ, ਜੋ ਗੱਲ ਕਿਰਦਾਰ ਦੀ ਚੱਲ ਰਹੀ ਹੈ, ਗੱਲ ਕਰੈਕਟਰ ਦੀ ਚੱਲ ਰਹੀ ਹੈ। ਹਰੀ ਸਿੰਘ ਨਲੂਆ ਇਹਨੇ ਦੋਨੇ ਚੀਜ਼ਾਂ ਵੱਸ ਕੀਤੀਆਂ, ਆਪਣੇ ਤਨ ਨੂੰ ਵੀ ਵੱਸ ਕੀਤਾ ਤੇ ਆਪਣੇ ਮਨ ਨੂੰ ਵੀ ਵੱਸ ਕੀਤਾ। ਇਤਿਹਾਸ ਕਿਸੇ ਨੇ ਪੜ੍ਹਿਆ ਹੋਣਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਕੁਸ਼ਤੀ ਹੋ ਰਹੀ ਹੈ, ਇੱਕ ਭਲਵਾਨ ਆਇਆ ਤੇ ਹਰੀ ਸਿੰਘ ਨਲੂਆ ਅਜੇ 17-18 ਸਾਲ ਦਾ ਸੀ, ਕਹਿੰਦੇ ਭੌਂ ਕੇ ਮਾਰਿਆ। ਹਰੀ ਸਿੰਘ ਨਲੂਆ ਕਹਿੰਦਾ ਨਹੀਂ ਮੇਰੀ ਤਸੱਲੀ ਨਹੀਂ ਹੋਈ, ਮਹਾਰਾਜਾ ਸਾਹਿਬ ਦੋ ਇਕੱਠੇ ਆਓ, ਦੋ ਇਕੱਠੇ ਭੇਜੋ। ਦੋ ਇਕੱਠੇ ਭਲਵਾਨ ਆਏ, ਦੋਨਾਂ ਨੂੰ ਹੀ ਢਾਤਾ ਉਹਨੇ। ਫਿਰ ਕਹਿੰਦੇ ਨਹੀਂ ਮਹਾਰਾਜ ਮੇਰੀ ਤਸੱਲੀ ਨਹੀਂ ਹੋਈ, ਪੰਜ ਇਕੱਠੇ ਭਲਵਾਨ ਭੇਜੋ, ਕੁਸ਼ਤੀ ਹੋ ਰਹੀ ਹੈ ਸਾਹਮਣੇ, ਤੁਸੀਂ ਪੜ੍ਹਿਆ ਹੋਣਾ ਵੀਰ ਜੀ। ਪੰਜ ਇਕੱਠੇ ਜਿੱਦਾਂ ਫਿਲਮ 'ਚ ਨਹੀਂ ਦੇਖਦੇ, ਉੱਧਰ ਲੱਤ ਮਾਰੀ, ਉੱਧਰ ਹੱਥ ਮਾਰਿਆ, ਉੱਧਰ ਕੁਝ ਕੂਣੀ ਮਾਰੀ, ਮੋਢਾ ਮਾਰਿਆ, ਪੰਜ ਦੇ ਪੰਜ ਹੀ ਢਾਲੇ। ਸਿਹਤ ਤੌਰ 'ਤੇ ਵੀ, ਸਿਹਤਕ ਤੌਰ 'ਤੇ ਵੀ ਉਹ ਤਗੜਾ ਯੋਧਾ ਸੀ। ਜਦੋਂ ਜਦੋਂ ਮਨ ਦੀ ਗੱਲ ਆਈ, ਹੁਣ ਜਦੋਂ ਇਹਦੇ ਕੋਲੋਂ ਅਫਗਾਨੀ ਹਾਰ ਗਏ, ਉਹ ਬਹਿ ਕੇ ਟਿੱਕੇ ਯਾਰ ਬੜੀ ਬੇਇੱਜ਼ਤੀ ਹੋ ਗਈ ਸਾਡੀ, ਸਾਨੂੰ ਤਾਂ ਹਰਾ ਹੀ ਕੋਈ ਨਹੀਂ ਸਕਦਾ, ਕਹਿੰਦੇ ਕਿੱਦਾਂ ਬਦਲਾ ਲਈਏ। ਕਹਿੰਦੇ ਵੀ ਇੱਕ ਇੱਕ ਸਲਾਹ ਆਈ, ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ, ਜੇ ਸਿੱਖ ਜਰਨੈਲ ਦਾ ਬੱਚਾ ਅਫਗਾਨ ਬੀਬੀ ਦੀ ਕੁੱਖ ਵਿੱਚੋਂ ਜੰਮੇ ਨਾ ਤਾਂ ਬੱਚਾ ਬਹਾਦਰ ਹੋਏਗਾ, ਬਹਾਦਰ ਬਣੇਗਾ, ਵੱਡਾ ਫਿਰ ਯੋਧਾ ਬਣੇਗਾ। ਜੰਮਣਾ ਬੱਚਾ ਕਿਹਦਾ ਵਾ? ਸਿੱਖ ਜਰਨੈਲ ਦਾ, ਗੱਲ ਅੰਡਰਸਟੈਂਡ ਕਰਨੀ ਹੈ। ਜੰਮਣਾ ਕਹਿੰਦੇ ਆ ਅਫਗਾਨ ਬੀਬੀ ਨੇ, ਤਾਂ ਬੱਚਾ ਅਫਗਾਨੀ ਖਵਾਏਗਾ, ਜਦੋਂ ਵੱਡਾ ਹੋਏਗਾ ਤੇ ਯੋਧਾ ਬਣੇਗਾ ਤੇ ਅਫਗਾਨੀਆਂ ਵੱਲੋਂ ਸਿੱਖਾਂ ਨਾਲ ਲੜੇਗਾ ਤੇ ਬਦਲਾ ਲਾਂਗੇ। ਇਤਿਹਾਸ ਵਿੱਚ ਲਿਖਿਆ ਕਿ ਉਹਨਾਂ ਨੇ ਇੱਕ ਬਿਊਟੀਫੁਲ ਗਰਲ ਬੀਬੀ ਬਾਨੋ ਉਹਨੂੰ ਭੇਜਿਆ। ਹੁਣ ਇਹ ਟੀਨੇਜਰ 18-19 ਸਾਲ ਦਾ, ਬੀਬੀ ਬਾਨੋ ਇੱਕ ਬਿਊਟੀਫੁਲ ਯੰਗ ਗਰਲ ਹੈ। ਅੱਜ ਦੇ ਹਾਲਾਤਾਂ ਨਾਲ ਕੰਪੇਅਰ ਕਰੋ, ਜੋ ਕਾਲਜਾਂ 'ਚ ਪਿਕਨਿਕ ਸਪੋਟ ਅਸੀਂ ਵੇਖਦੇ ਹਾਂ, ਜਿੱਦਾਂ ਬੱਚੇ ਖੜ੍ਹੇ ਹੁੰਦੇ ਨੇ, ਬੈਠੇ ਹੁੰਦੇ ਨੇ, ਜੋ ਕੁਝ ਚੱਲਦਾ ਹੈ। ਹੁਣ ਹਰੀ ਸਿੰਘ ਨਲੂਆ ਦੇ, ਜੇ ਮੈਂ ਅੱਜ ਦੇ ਈਡੀਅਮ 'ਚ ਗੱਲ ਕਰਾਂ, ਤੇ ਹਰੀ ਸਿੰਘ ਨਲੂਏ ਨੂੰ ਬੀਬੀ ਬਾਨੋ ਪ੍ਰਪੋਜ਼ ਕਰਦੀ ਹੈ। ਅੱਜ ਦੇ ਈਡੀਅਮ 'ਚ ਮੈਂ ਕਹਿੰਦਾ ਵੀ ਗੱਲ ਸੌਖੀ ਸਮਝਾ। ਉਹ ਕਹਿੰਦੀ ਹੈ ਵੀ ਹਰੀ ਸਿੰਘ ਨਲੂਆ, ਮੈਂ ਚਾਹੁੰਦੀ ਹਾਂ ਮੇਰੀ ਕੁੱਖ ਵਿੱਚੋਂ ਇੱਕ ਹਰੀ ਸਿੰਘ ਨਲੂਏ ਵਰਗਾ ਬੱਚਾ ਪੈਦਾ ਹੋਵੇ ਤੇ ਜਿਹੜਾ ਯੋਧਾ ਬਣੇ, ਤੇ ਮੈਂ ਉੱਥੇ ਪ੍ਰਾਊਡ ਕਰਾਂ।
ਹੁਣ ਹਰੀ ਸਿੰਘ ਮਤਲਬ ਜੰਗ ਮੁੰਡਾ ਸੀ, ਹੁਣ ਤਾਂ ਹੀ ਹਾਹਾ ਕਰਕੇ ਕਹਿਣਾ ਚਾਹੀਦਾ ਠੀਕ ਹੈ ਠੀਕ ਹੈ ਠੀਕ ਹੈ, ਕਹਿੰਦਾ ਬੀਬੀ ਭਾਨੋ ਇਹ ਨਹੀਂ ਹੋਣਾ। ਉਹ ਬੜੀ ਹੈਰਾਨ ਹੋਈ, ਕਹਿੰਦੀ ਕਿਉਂ? ਉਹਨੂੰ ਲੱਗਿਆ ਕਿ ਮੈਂ ਇੰਨੀ ਸੁੰਦਰ ਲੜਕੀ ਹਾਂ। ਕਹਿੰਦਾ ਬੀਬੀ ਬਾਨੋ ਜੋ ਤੂੰ ਕਹਿ ਰਹੀ ਹੈ ਇਹ ਸਾਡੀ ਟਰੈਡੀਸ਼ਨ ਨਹੀਂ ਹੈ। ਉਹ ਕਹਿੰਦੀ ਤੁਹਾਡੀ ਟਰੈਡੀਸ਼ਨ ਕੀ ਹੈ? ਕਹਿੰਦਾ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੀ, ਇੱਕ ਪ੍ਰਤੀ ਵਫਾਦਾਰੀ, ਬਾਕੀ ਮੇਰੀਆਂ ਧੀਆਂ ਭੈਣਾਂ ਸਨ। ਹੁਣ ਉਹਨੇ ਇਮੋਸ਼ਨਲ ਬਲੈਕਮੇਲ ਕੀਤਾ। ਕਹਿੰਦੀ ਮੈਂ ਸੁਣਿਆ ਸੀ ਗੁਰੂ ਨਾਨਕ ਦੇ ਸਿੱਖ ਦੇ ਦਰ ਤੋਂ ਕਿ ਖਾਲੀ ਨਹੀਂ ਮੁੜਦਾ। ਬੀਬੀ ਬਾਨੋ ਨਿਰਾਸ਼ ਹੋ ਕੇ ਚੱਲੀ, ਬੜੀ ਆਸ ਕਰਕੇ ਆਈ ਸੀ, ਬੜੀ ਨਿਰਾਸ਼ਾ ਨਾਲ ਮੈਂ ਪਰਤ ਰਹੀ ਹਾਂ, ਅਤੇ ਤੇਜ਼ ਕਰਮ ਕਦਮ ਤੁਰ ਪਈ ਉੱਥੇ, ਮਗਰ ਦੌੜਿਆ ਹਰੀ ਸਿੰਘ ਦਲੂਆ, ਆਵਾਜ਼ਾਂ ਮਾਰਦਾ ਜਾਂਦਾ, ਰੁਕ ਜਾ ਬੀਬੀ ਬਾਨੋ ਰੁਕ ਜਾ, ਤੂੰ ਮੇਰੇ ਗੁਰੂ ਨੂੰ ਮਿਹਣਾ ਮਾਰ ਕੇ ਚੱਲੀ, ਰੁਕ ਜਾ, ਤੈਨੂੰ ਖਾਲੀ ਨਹੀਂ ਜਾਣ ਦਿੰਦਾ, ਸਿੱਖ ਦੇ ਦਰ ਤੱਕ ਖਾਲੀ ਨਹੀਂ ਮੁੜਦਾ, ਹਰੀ ਸਿੰਘ ਨਲੂਏ ਵਰਗਾ ਪੁੱਤ ਲੈ ਕੇ ਜਾ। ਉਹ ਲੱਗਿਆ ਮੇਰਾ ਤੀਰ ਚੱਲ ਗਿਆ, ਰੁਕ ਗਈ, ਕੋਲ ਗਿਆ, ਕਹਿੰਦਾ ਹਰੀ ਸਿੰਘ ਨਲੂਏ ਵਰਗਾ ਪੁੱਤ ਚਾਹੀਦਾ? ਕਹਿੰਦੀ ਹਾਂ, ਮੈਂ ਇਤਿਹਾਸ ਕਰਕੇ ਆਈ। ਉਹਨੇ ਬੀਬੀ ਬਾਨੋ ਦੇ ਨੇੜੇ ਹੋਇਆ, ਬੀਬੀ ਦਾ ਹੱਥ ਫੜਿਆ ਅਤੇ ਆਪਣੇ ਸਿਰ 'ਤੇ ਰੱਖ ਲਿਆ। ਕਹਿੰਦਾ ਬੀਬੀ ਬਾਨੋ, ਹਰੀ ਸਿੰਘ ਨਲੂਏ ਵਰਗਾ ਹਰੀ ਸਿੰਘ ਨਲੂਆ ਹੋ ਸਕਦਾ ਕੋਈ ਹੋਰ ਨਹੀਂ ਹੋ ਸਕਦਾ, ਅਤੇ ਅੱਜ ਤੋਂ ਬਾਅਦ ਤੂੰ ਮੇਰੀ ਮਾਂ ਅਤੇ ਮੈਂ ਤੇਰਾ ਪੁੱਤ, ਸਾਡੀ ਤਾਂ ਆਰਡਰ ਨਹੀਂ ਸਕਦਾ। ਇਹ ਇਹਨੇ ਆਪਣੇ ਮਨ ਨੂੰ ਵੀ ਅਤੇ ਆਪਣੇ ਤਨ ਨੂੰ ਵੀ ਪੂਰਾ ਕਾਬੂ 'ਚ ਰੱਖਿਆ, ਬਣਾ ਕੇ ਰੱਖਿਆ। ਮਸਤ ਤਾਰਾ ਸਿੰਘ, ਮੈਂ ਉਹਨਾਂ ਦੀ ਇੱਕ ਵਾਰੀ ਕਿਤਾਬ ਪੜ੍ਹਿਆ ਸੀ, ਅਤੇ ਇਹ ਕਿਸੇ ਹੋਰ ਦੀ ਲਿਖੀ ਹੋਈ ਸੀ, ਉਹਨਾਂ ਦੀ ਆਪਣੀ ਨਹੀਂ ਸੀ। ਇਹਨਾਂ ਬਾਰੇ ਉਹ 'ਚ ਲਿਖਿਆ ਸੀਗਾ ਵੀ ਇੱਕ ਵਾਰੀ ਇਹ ਟ੍ਰੇਨ 'ਚ ਸਫ਼ਰ ਕਰ ਰਹੇ ਸੀ ਅਤੇ ਫਸਟ ਕਲਾਸ ਡੱਬਾ ਸੀ, ਕੁਝ ਲਿਖ ਰਹੇ ਸੀ, ਕੁਝ ਪੜ੍ਹ ਰਹੇ ਸੀ। ਇੱਕ ਪੱਤਰਕਾਰ ਬੀਬੀ ਨਾਲ ਸਫ਼ਰ ਕਰ ਰਹੀ ਸੀ, ਉਹਨੇ ਲਿਖਿਆ ਕਿ ਪੱਤਰਕਾਰ ਬੀਬੀ ਨੇ ਬਾਅਦ ਵਿੱਚ ਕਿਤੇ ਕਿਸੇ ਲਿਖਤ ਵਿੱਚ ਜ਼ਿਕਰ ਕੀਤਾ ਕਿ ਇੱਕ ਵਾਰੀ ਮੈਂ ਸਿੱਖ ਕੌਮ ਦੇ ਨਿਧੜਕ ਲੀਡਰ ਮਸਤ ਤਾਰਾ ਸਿੰਘ ਨਾਲ ਸਫ਼ਰ ਕੀਤਾ, ਇੱਕ ਘੰਟਾ ਮੈਂ ਟ੍ਰੇਨ 'ਚ ਫਸਟ ਕਲਾਸ ਡੱਬੇ 'ਚ ਇਕੱਲੀ ਉਹਨਾਂ ਦੇ ਨਾਲ ਬੈਠੀ ਰਹੀ, ਇੱਕ ਘੰਟਾ ਆਪਣਾ ਲਿਖਾ ਪੜ੍ਹਤੀ ਕੁਛ ਕਰਦੇ ਰਹੇ, ਇੱਕ ਸਿੰਗਲ ਵਾਰ ਵੀ ਮਸਤ ਤਾਰਾ ਸਿੰਘ ਨੇ ਅੱਖ ਪੱਟ ਕੇ ਮੇਰੇ ਵੱਲ ਨਹੀਂ ਦੇਖੀ। ਕਿਰਦਾਰ 'ਚ ਹੋਰ ਬੜਾ ਕੁਝ ਆਉਂਦਾ। ਕਹਿੰਦੇ ਡਾਕਟਰ ਜਸਵੰਤ ਸਿੰਘ ਨੇਕੀ, ਬੜੇ ਵੱਡੇ ਵਿਦਵਾਨ ਹੋਏ ਨੇ, ਦੁਨੀਆਂ ਦਾ ਨਹੀਂ ਆ, ਉਹ ਕਹਿੰਦੇ ਇੱਕ ਵਾਰੀ ਜਦੋਂ ਜੰਗ ਸੀਗੇ ਅਤੇ ਮਾਸਟਰ ਤਾਰਾ ਸਿੰਘ ਨੂੰ ਮਿਲਣ ਗਏ, ਅਤੇ ਘਰ ਦੇ ਕਹਿਣ ਲੱਗੇ ਜੀ ਮੁੰਡਾ ਵਿਆਹੁਣ ਗਏ ਨੇ। ਕਹਿੰਦੇ ਮੁੰਡਾ ਵਿਆਹੁਣ ਗਏ ਨੇ, ਲੱਗਦਾ ਤਾਂ ਨਹੀਂ ਮੁੰਡੇ ਵਿਆਹੁਣ ਵਾਲਾ ਮਾਹੌਲ। ਕਹਿੰਦੇ ਜੀ ਸਿਰਫ 5 ਸਿੰਘ ਗਏ ਨੇ। ਕਹਿੰਦੇ ਕਾਰ ਤਾਂ ਘਰ ਖੜ੍ਹੀ ਹੈ। ਕਹਿੰਦੇ ਨਹੀਂ ਜੀ ਉਹ ਟ੍ਰੇਨ 'ਚ ਗਏ ਨੇ। ਕਹਿੰਦੇ ਟ੍ਰੇਨ 'ਚ ਮੁੰਡਾ ਵਿਆਹੁਣ ਗਏ ਨੇ ਅਤੇ ਕਾਰ ਕਿਉਂ ਘਰ ਖੜ੍ਹੀ ਹੈ, ਇੱਥੇ ਚਲੇ ਜਾਂਦੇ? ਕਹਿੰਦੇ ਜੀ ਇਹ ਪੰਥ ਦੀ ਕਾਰ ਹੈ। ਮਤਲਬ ਸਾਡੀ ਅਵਸਥਾ ਨਹੀਂ ਹੈ, ਮਤਲਬ ਰੱਬ ਕਰੇ ਬਣ ਜਾਏ ਜੋ ਇਹ ਕਿਰਦਾਰ ਕਰਕੇ। ਅਤੇ ਦੇਖੋ ਇਹ ਬੰਦਾ, ਇਹ ਭਾਈ ਸਾਹਿਬ ਜੀ ਹਿੰਦੂ ਧਰਮ ਤੋਂ ਪੈਦਾ ਹੋਏ ਅਤੇ ਜਦੋਂ ਪ੍ਰਭਾਵਿਤ ਹੋਏ ਸਿੱਖ ਕਿਰਦਾਰ ਗੁਰਬਾਣੀ ਜੋ ਦੱਸਦੀ ਹੈ ਉਹਦੇ ਤੋਂ, ਅਤੇ ਸਿੱਖ ਬਣ ਗਏ। ਭਗਤ ਪੂਰਨ ਸਿੰਘ ਜੀ, ਹੁਣ ਇਹਨਾਂ ਇਹਨਾਂ ਦੇ ਨਿੱਕੇ ਨਿੱਕੇ ਟ੍ਰੈਕਟ ਬੜੇ ਪੜ੍ਹੇ ਜਾਂਦੇ। ਇੱਕ ਟ੍ਰੈਕਟ 'ਚ ਲਿਖਿਆ ਹੋਇਆ ਸੀ ਕਿ ਭਗਤ ਜੀ ਦਿੱਲੀ ਵਿੱਚ ਸਫ਼ਰ ਕਰ ਰਹੇ ਸੀ, ਇੱਕ ਦਿੱਲੀ ਦੀ ਬੱਸ ਵਿੱਚ, ਅਤੇ ਬੱਸ ਖਾਲੀ ਸੀ, ਕਿਤੇ ਕਿਤੇ ਸਵਾਰੀਆਂ ਬੈਠੀਆਂ ਸੀ, ਬਹੁਤ ਸੀਟਾਂ ਖਾਲੀ ਸੀ। ਇੱਕ ਅਲੱਗ ਸੀਟ 'ਤੇ 3 ਲੜਕੀਆਂ ਬੈਠੀਆਂ ਸੀ, ਦੋ 3 ਲੜਕੀਆਂ, 2 ਜਾਂ 3 ਸੀ। ਜਦੋਂ ਭਗਤ ਜੀ ਕਹਿੰਦੇ ਕਿ ਕਾਰ 'ਚ ਬੈਠੇ ਬੱਸ 'ਚ, ਅਤੇ ਨਾਲ ਦੀਆਂ ਸੀਟਾਂ 2 ਖਾਲੀ ਸੀ, ਅਤੇ ਦੋਨੇ ਕੁੜੀਆਂ ਭਗਤ ਜੀ ਨਾਲ ਅੱਗੇ ਬਹਿ ਗਈਆਂ, ਅਤੇ ਭਗਤ ਪੂਰਨ ਸਿੰਘ ਜੀ ਕਹਿੰਦੇ ਵੀ ਬੀਬਾ ਬੱਚੇ ਸਾਰੀ ਟ੍ਰੇਨ ਤਾਂ ਖਾਲੀ ਹੈ, ਤੁਸੀਂ ਉੱਥੇ ਵੀ ਸਾਰੀ ਬੱਸ ਤਾਂ ਖਾਲੀ, ਤੇ ਉੱਥੇ ਵੀ ਤਾਂ ਬੈਠੇ ਸੀ, ਤੁਸੀਂ ਮੇਰੇ ਕੋਲ ਕਿਉਂ ਆ ਗਏ ਹੋ? ਕਹਿੰਦੇ ਉਹਨਾਂ ਨੇ ਕਿਹਾ ਮੇਰੇ ਪਾਪਾ ਕਹਿੰਦੇ ਸੀ ਜਦੋਂ ਸਫ਼ਰ ਕਰਨਾ ਹੋਵੇ ਨਾ ਤੇ ਜੇ ਸਿੱਖ ਕੋਈ ਬੈਠਾ ਹੋਵੇ ਤੇ ਉਹਦੇ ਨਾਲ ਬਹਿ ਜਾਓ ਤੇ ਤੁਸੀਂ ਸੁਰੱਖਿਅਤ ਰਹੋਗੇ। ਮਤਲਬ ਇਹ ਫਿਰ ਇੱਕ ਕਿਰਦਾਰ 'ਚ ਹੋਰ ਗੱਲ ਵੀ ਆਉਂਦੀ ਹੈ। ਭਗਤ ਪੂਰਨ ਸਿੰਘ ਨੂੰ ਪਦਮ ਸ਼੍ਰੀ ਦਾ ਅਵਾਰਡ ਮਿਲਿਆ, ਪਦਮ ਸ਼੍ਰੀ ਦਾ ਅਵਾਰਡ, ਕਿੰਨਾ ਵੱਡਾ ਮਾਣ ਹੈ, ਰਾਸ਼ਟਰਪਤੀ ਕੋਲੋਂ ਮਿਲਦਾ ਦੇਸ਼ ਦਾ ਬਹੁਤ ਵੱਡਾ, ਸਭ ਤੋਂ ਵੱਡਾ ਮਾਣ ਇਹੀ ਹੈ ਮੇਰਾ ਖਿਆਲ। ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਇਹਨਾਂ ਨੂੰ ਇੰਨਾ ਜ਼ਿਆਦਾ ਇਹਨਾਂ ਦੇ ਮਨ ਨੂੰ ਲੱਗਿਆ ਸਦਮਾ, ਲੋਕ ਅਵਾਰਡ ਲੈਣ ਨੂੰ ਤਰਸਦੇ ਨੇ,
ਕਿ ਲੋਕ ਕੰਮ ਇਸ ਕਰਕੇ ਕਰਦੇ ਨੇ ਕਿ ਮੈਨੂੰ ਕੋਈ ਵਾਰਡ ਹੀ ਮਿਲ ਜੇ, ਕਈ ਵਾਰਡ ਇਕੱਠੇ ਕਰ ਕਰਕੇ ਰੱਖਦੇ ਨੇ ਵੀ ਇੰਨੇ ਵਾਰਡ ਮਿਲੇ ਮੈਨੂੰ। ਭਗਤ ਜੀ ਨੇ ਅਵਾਰਡ ਵਾਪਸ ਕਰ ਦਿੱਤਾ ਇੰਡੀਆ ਗੌਰਮੈਂਟ, ਕਹਿੰਦੇ ਤੁਸੀਂ ਅਵਾਰਡ ਮਤਲਬ ਸਨਮਾਨ ਦਿੰਦੇ ਹੋ ਅਤੇ ਫਿਰ ਦਰਬਾਰ ਸਾਹਿਬ 'ਤੇ ਫੌਜਾਂ ਭੇਜ ਕੇ ਸਾਡਾ ਅਪਮਾਨ ਕਰਦੇ ਹੋ, ਇਹ ਕਿੱਦਾਂ ਦਾ ਅਵਾਰਡ ਹੈ, ਮੈਨੂੰ ਨਹੀਂ ਚਾਹੀਦਾ। ਇਹਦੀ ਇੱਕ ਕਿਰਦਾਰ, ਮੈਂ ਕਹਿੰਦਾ ਕਿਰਦਾਰ 'ਚ ਇੱਕੋ ਗੱਲ ਨਹੀਂ ਆਉਂਦੀ, ਉਹ ਵਾਲੀ ਇਹ ਸਾਰਾ ਕੁਛ ਕਿਰਦਾਰ ਦੇ ਵਿੱਚ ਆਉਂਦਾ। ਪ੍ਰਿੰਸੀਪਲ ਗੰਗਾ ਸਿੰਘ ਹਿਊਮਨ ਬੀਇੰਗ ਆ, ਕਿੱਥੋਂ ਕੋਈ ਫਿਸਲ ਜਾਏ ਕੋਈ ਪਤਾ, ਬੜਾ ਵੱਡਾ ਸਿੱਖ ਕੌਮ ਦਾ ਇਹ ਵਿਦਵਾਨ ਹੈ, ਰਾਈਟਰ ਹੈ, ਇਤਿਹਾਸਕਾਰ ਹੈ, ਇਹ ਸ਼ਾਇਦ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦਾ ਪ੍ਰਿੰਸੀਪਲ ਵੀ ਰਿਹਾ। ਇਹ ਬਾਹਰ ਦੇ ਦੇਸ਼ ਗਿਆ ਜੀ ਪ੍ਰਚਾਰ ਕਰਨ, ਕਾਹਦਾ ਪ੍ਰਚਾਰ ਕਰਨ, ਸਿੱਖੀ ਦਾ। ਕੀ ਪ੍ਰਚਾਰ ਕਰਨਾ ਸੀ, ਦੇਖ ਪੜਾਈਆਂ ਚੰਗੀਆਂ। ਉੱਥੇ ਇੱਕ ਗੋਰੀ ਇਹਦੇ ਪ੍ਰਚਾਰ ਤੋਂ ਬੜੀ ਪ੍ਰਭਾਵਿਤ ਹੋਈ ਅਤੇ ਇਹਨੂੰ ਮਿਲਣ ਆਉਣ ਲੱਗ ਪਈ, ਅੱਥਾ ਇਹਨੂੰ ਪਿਆਰ ਦੇਣ ਲੱਗ ਪਈ। ਇਹ ਐਸਾ ਗੋਰੀ ਦੇ ਚੱਕਰ 'ਚ ਪਿਆ ਅਤੇ ਇਹ ਸਲਿਪ ਕਰ ਗਿਆ। ਸਲਿਪ ਕਿੱਦਾਂ ਕਰ ਗਿਆ, ਵੀ ਗੋਰੀ ਨੂੰ ਖੁਸ਼ ਕਰਨ ਵਾਸਤੇ ਇਹਨੇ ਵਾਲ ਕਟਾ ਲਿਆ। ਸਾਡੇ ਪ੍ਰਚਾਰਕ ਨੇ, ਸਾਡੇ ਵਿਦਵਾਨ ਨੇ, ਸਾਡੇ ਰਾਈਟਰ ਨੇ, ਇਹ ਟ੍ਰੂ ਸਟੋਰੀ ਹੈ। ਗੋਰੀ ਨੇ ਆਉਣਾ ਬੰਦ ਕਰਤਾ। ਇੱਕ ਦਿਨ ਸੋਚਦਾ ਵੀ ਗੋਰੀ ਪਿਆਰ ਬੜਾ ਕਰਦੀ ਸੀ, ਮੈਨੂੰ ਮਿਲਣ ਨਹੀਂ ਆਈ, ਬੜਾ ਚਿਰ ਹੋ ਗਿਆ, ਮੈਂ ਉਹਦੇ ਘਰ ਜਾ ਕੇ ਪੁੱਛਦਾ ਵੀ ਕਿੱਥੇ ਬਿਜ਼ੀ ਹੋ ਗਈ। ਜਦੋਂ ਘਰ ਗਿਆ ਨਾ, ਜਿਹੜਾ ਗੋਰੀ ਨੇ ਜਵਾਬ ਦਿੱਤਾ ਉਹ ਸੁਣਨ ਵਾਲਾ, ਕਹਿੰਦੀ ਮੈਂ ਆਪਣੇ ਈਸਾ ਨੂੰ ਬੜਾ ਪਿਆਰ ਕਰਦੀ ਹਾਂ, ਮੈਂ ਆਪਣੇ ਈਸਾ ਨੂੰ ਬੜਾ ਪਿਆਰ ਕਰਦੀ ਅਤੇ ਮੇਰਾ ਈਸਾ ਕੇਸ ਤੇ ਦਾੜੀ ਵਾਲਾ ਸੀ, ਮੈਨੂੰ ਕਿਤੇ ਈਸਾ ਦਿਖਦਾ ਨਹੀਂ ਸੀ, ਈਸਾ ਅਲੋਪ ਹੋ ਗਿਆ ਸਾਰੇ ਪਾਸੇ ਅਤੇ ਤੁਹਾਡੇ ਵਿੱਚੋਂ ਮੈਨੂੰ ਈਸਾ ਦੇ ਦਰਸ਼ਨ ਹੁੰਦੇ ਸੀ, ਮੇਰਾ ਪਿਆਰ ਤੁਹਾਡੇ ਨਾਲ ਨਹੀਂ ਈਸਾ ਨਾਲ ਸੀ। ਜਦੋਂ ਤੁਸੀਂ ਭੇਸ ਬਦਲ ਲਿਆ ਨਾ, ਤੁਹਾਡੇ ਵਿੱਚੋਂ ਈਸਾ ਅਲੋਪ ਹੋ ਗਿਆ ਅਤੇ ਮੈਂ ਤੁਹਾਡੇ ਕੋਲ ਆਉਣਾ ਬੰਦ ਕਰ ਦਿੱਤਾ, ਬਾਏ। ਬਦਰੰਗ ਵਾਪਸ ਆ ਗਿਆ। ਜਦੋਂ ਇਹ ਵਾਪਸ ਪੰਜਾਬ ਇੰਡੀਆ ਆਇਆ ਸੀ ਨਾ, ਬਾਈ ਏਅਰ ਜਦੋਂ ਵਾਪਸ ਆਇਆ, ਉਦੋਂ ਜਿੱਦਾਂ ਹੁਣ ਕਹਿੰਦੇ ਹਾਂ ਵੀ ਅਕਾਲੀ ਦਲ ਦੇ ਕੋਲ ਹੀ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਵਾ, ਉਹ ਇੱਕ ਸਮਾਂ ਸੀ ਜਦੋਂ ਸ਼੍ਰੋਮਣੀ ਕਮੇਟੀ ਦੇ ਇੱਕ ਧੜਾ ਕਾਬਜ਼ ਹੋਰ ਸੀ ਅਤੇ ਅਕਾਲੀ ਦਲ ਦਾ ਇੱਕ ਧੜਾ ਹੋਰ ਸੀ। ਜਿਹੜਾ ਵਿਰੋਧੀ ਧੜਾ ਸੀਗਾ ਉਹਨਾਂ ਨੇ ਏਅਰਪੋਰਟ 'ਤੇ ਕਾਲੀਆਂ ਝੰਡੀਆਂ ਦੇ ਨਾਲ ਇਹਦਾ ਸਵਾਗਤ ਕੀਤਾ ਸੀ, ਮਤਲਬ ਬੇਇੱਜ਼ਤੀ ਕੀਤੀ ਸੀ। ਫਿਰ ਅਕਾਲ ਤਖ਼ਤ 'ਤੇ ਪੇਸ਼ ਹੋਇਆ, ਫਿਰ ਇਹਨੇ ਮਾਫ਼ੀ ਮੰਗੀ, ਮਾਫ਼ੀ ਮੰਗ ਕੇ ਤਨਖਾਹ ਭੁਗਤ ਕੇ ਫਿਰ ਵਾਪਸ ਇਹ ਆਪਣੀ ਲੀਹ 'ਤੇ ਆ ਗਈ। ਮਤਲਬ ਕਿਤੇ ਵੀ ਕਿਰਦਾਰ ਜਿਹੜਾ ਉਹ ਕਿੱਥੇ ਡਿੱਗ ਜਾਏ ਕੋਈ ਨਹੀਂ ਜਾਣਦਾ, ਪਰ ਇਹਦਾ ਹੱਲ ਹੈਗਾ ਇਹਦਾ। ਬੀਬੀ ਅਨੂਪ ਕੌਰ ਦੀ ਕਹਾਣੀ, ਮੈਨੂੰ ਤੁਸੀਂ ਫੋਟੋ ਨਹੀਂ ਲੱਭ ਪਾਈ, ਮਾਫ਼ੀ ਲੱਭਾਂਗਾ ਜੇ ਕਿਤੇ ਲੱਭ ਗਈ ਤਾਂ ਜ਼ਰੂਰ ਲਵਾਂਗੇ, ਲੱਭੀ ਨਹੀਂ ਨੈੱਟ 'ਚੋਂ। ਬੀਬੀ ਅਨੂਪ ਕੌਰ ਇੱਕ ਯੰਗ ਗਰਲ ਸੀ, ਮੈਂ ਕੌਰ ਦੀ ਗੱਲ ਕਰਨ ਲੱਗਿਆ, ਇੱਕ ਲੜਕੀ ਦੀ ਗੱਲ ਕਰਨ ਲੱਗਿਆ ਕਿ ਇੱਕ ਲੜਕੀ ਆਪਣੇ ਕਿਰਦਾਰ ਪ੍ਰਤੀ ਕਿੰਨਾ ਸੁਚੇਤ ਹੈ, ਉਹ ਜਿੰਦਾ ਜੀ ਆਪਣੀ ਇੱਜ਼ਤ ਪਰਾਏ ਮਰਦ ਦੇ ਹੱਥ ਨਹੀਂ ਫੜਾਉਂਦੀ। ਇਹ ਸਾਡਾ ਇਤਿਹਾਸ ਹੈ। ਜੇ ਕੋਈ 10-20 ਪਾਠ ਕਰਕੇ ਵੀ ਪਰਾਈ ਮਰਦ ਨੂੰ ਸਮਰਪਿਤ ਕਰ ਦੇਵੇ ਮਾਪਿਆਂ ਤੋਂ ਬਾਹਰਿਆਂ ਹੋ ਕੇ, ਤੇ ਬਦਕਿਸਮਤੀ ਹੈ ਨਾ। ਬੀਬੀ ਅਨੂਪ ਕੌਰ ਦਾ ਇਤਿਹਾਸ ਕਹਿੰਦਾ ਵੀ ਇਹ ਮਾਤਾ ਗੁਜਰੀ ਦੀ ਸੇਵਾ ਸੰਭਾਲ ਕਰਦੀ ਹੁੰਦੀ ਸੀ, ਉਹਨਾਂ ਦੇ ਨਾਲ ਸੀ ਡਿਊਟੀ ਇਹਨਾਂ ਦੀ। ਜਦੋਂ ਸਰਸਾ ਨਦੀ 'ਤੇ ਪਰਿਵਾਰ ਵਿਛੜਿਆ ਨਾ, ਉਸ ਵੇਲੇ ਬੀਬੀ ਅਨੂਪ ਕੌਰ ਨੂੰ ਨਵਾਬ ਮਲੇਰਕੋਟਲਾ ਦੇ ਬੰਦੇ ਚੱਕ ਕੇ ਮਲੇਰਕੋਟਲੇ ਲਿਆ। ਹੁਣ ਤੁਸੀਂ ਕਹਿਣਾ ਵੀ ਨਵਾਬ ਮਲੇਰਕੋਟਲਾ ਬਹੁਤ ਚੰਗਾ ਸੀ, ਹੈ ਨਾ, ਉਹਨੇ ਉਹਨੂੰ ਤਾਂ ਸਿੱਖ ਸਤਿਕਾਰ ਕਰਦੇ ਨੇ, ਉਹਨੇ ਤਾਂ ਹਾਂ ਦਾ ਨਾਰਾ ਮਾਰਿਆ ਸੀ, ਨੋ ਡਾਊਟ। ਇਹ ਗੱਲ ਭੁੱਲੀਏ ਨਾ ਕਿ ਨਵਾਬ ਮਲੇਰਕੋਟਲਾ ਨਵਾਬ ਸੀ, ਨਵਾਬ ਮਤਲਬ ਮੁਗਲਾਂ ਦਾ ਹਿੱਸਾ ਸੀ, ਮੁਗਲਾਂ ਦੇ ਨਾਲ ਸੀ ਅਤੇ ਸਿੱਖਾਂ ਦੇ ਨਾਲ ਇਹ ਲੜਦਾ ਰਿਹਾ ਵਾ। ਉਹਦਾ ਇੱਕ ਘਟਨਾ ਵੀ ਜਦੋਂ ਇਹਦਾ ਸਕਾ ਭਰਾ ਸੀਗਾ ਜਰਨੈਲ ਨਾਹਰ ਖਾਨ, ਉਹ ਗੁਰੂ ਗੋਬਿੰਦ ਸਿੰਘ ਨੇ ਤੀਰਾਂ ਨਾਲ ਮਾਰਿਆ ਸੀ ਚਮਕੌਰ ਦੀ ਗਲੀ 'ਚ, ਅਤੇ ਜਦੋਂ ਬੱਚਿਆਂ ਨੂੰ ਦੀਵਾਰਾਂ 'ਚ ਚਿਣਨਾ ਸੀ ਅਤੇ ਜਲਾਦ ਕੋਈ ਨਹੀਂ ਸੀ ਆਉਂਦਾ, ਨਿੱਕੇ ਨਿੱਕੇ ਮਸੋ ਬੱਚੇ ਕਿੱਦਾਂ ਮਾਰੀਏ ਸੀ, ਅਤੇ ਸੂਬਾ ਸਰਹੰਦ ਨੇ ਨਵਾਬ ਮਲੇਰਕੋਟਲੇ ਨੂੰ ਬੁਲਾਇਆ ਸੀਗਾ ਭਈ ਤੇਰਾ ਭਰਾ ਮਾਰਿਆ ਗੁਰੂ ਗੋਬਿੰਦ ਸਿੰਘ ਨੇ, ਆਹ ਬਦਲਾ ਲੈ ਲਾ, ਆਹ ਬੱਚੇ ਤੇਰੇ ਹਵਾਲੇ ਕਰ ਦਿੰਦੇ ਹਾਂ ਦੀਵਾਰਾਂ 'ਚ। ਉਹਨੇ ਕਿਹਾ ਸੀ ਸੂਬਾ ਸਰਹੰਦ ਗੁਸਤਾਖੀ ਮਾਫ਼, ਮੇਰਾ ਭਰਾ ਮਾਰਿਆ ਗੁਰੂ ਗੋਬਿੰਦ ਸਿੰਘ ਨੇ,
ਮੈਂ ਪਤਾ ਲਊਂਗਾ ਗੁਰੂ ਗੋਬਿੰਦ ਸਿੰਘ ਕੋਲੋਂ ਇਹ ਬੱਚਿਆਂ ਦਾ ਕੀ ਕਸੂਰ ਹੈ। ਉਹਨੇ ਇਹ ਗੱਲ ਕਹੀ ਸੀ ਕਿ ਇਹ ਬੱਚਿਆਂ 'ਤੇ ਕੈਰ ਨਾ ਕਮਾਵੀਂ, ਪਿਓ ਦੀ ਸਜ਼ਾ ਪੁੱਤ ਨੂੰ ਨਾ ਦਿੰਦੀ। ਤੂੰ ਇਹ ਬੱਚੇ ਮਾਰ ਕੇ ਦਿੱਲੀ ਦਰਬਾਰ ਦੀ ਵਾਹਵਾ ਕੱਟ ਸਕਦਾ, ਪਰ ਭਵਿੱਖ ਨੇ, ਇਤਿਹਾਸ ਨੇ ਤੈਨੂੰ ਕਦੇ ਮਾਫ਼ ਨਹੀਂ ਕਰਨਾ, ਨਾ ਕਰੀ ਕੰਮ। ਇਹ ਗੱਲ ਕਹਿ ਕੇ ਵਾਕ ਆਊਟ ਕਰਾਇਆ ਸੀ ਉਹ ਕਚਹਿਰੀ ਵਿੱਚੋਂ। ਇਸ ਕਰਕੇ ਸਿੱਖ ਨੂੰ ਸਤਿਕਾਰ ਕਰ। ਜਦੋਂ ਬੀਬੀ ਅਨੂਪ ਇਹ ਲੜਨ ਗਿਆ ਸੀ ਉੱਥੇ, ਬੀਬੀ ਉੱਥੇ ਸਰਸਾ ਨਦੀ 'ਤੇ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਦੇ ਨਾਲ ਨਵਾਬ ਮੇਰੇਕੋਟਲਾ, ਜਦੋਂ ਬੰਦਾ ਸਿੰਘ ਬਹਾਦਰ ਚੜ੍ਹ ਕੇ ਆਇਆ ਸੀ ਅਤੇ ਮਾਝੇ ਦੇ ਤੁਹਾਡੇ ਸਿੱਖ ਸਾਰੇ ਇੱਧਰੋਂ ਕੀਰਤਪੁਰ ਸਾਹਿਬ ਇਕੱਠੇ ਹੋ ਗਏ ਅਤੇ ਜਾਣਾ ਕਿੱਥੇ ਸੀ? ਬੰਦਾ ਸਿੰਘ ਬਹਾਦਰ ਦੀਆਂ ਫੌਜਾਂ 'ਚ ਲੜਨ। ਅਤੇ ਸੂਬਾ ਸਰਹੰਦ ਨੂੰ ਨੀਂਦ ਨਹੀਂ ਸੀ ਆਉਂਦੀ ਪਈ ਵੀ ਜੇ ਮਾਝੇ ਦੇ ਲੋਕ ਵੀ ਆ ਕੇ ਰਲ ਗਏ ਅਤੇ ਬੰਦਾ ਸਿੰਘ ਬਹਾਦਰ ਦਾ ਫੌਜ ਵੱਡੀ ਹੋ ਜਾਏਗੀ ਅਤੇ ਮੇਰੀ ਮੌਜ ਕੀ ਨਹੀਂ ਹੈ। ਉਹਨੇ ਨਵਾਬ ਮਲੇਰਕੋਟਲੇ ਨੂੰ ਭੇਜਿਆ ਸੀ ਵੀ ਕੀਰਤਪੁਰ ਜਾ ਕੇ ਰੋਕ। ਇਤਿਹਾਸ ਕਹਿੰਦਾ ਜਿੰਨੇ ਬੰਦੇ, ਜਿੰਨੀਆਂ ਫੌਜਾਂ ਨਵਾਬ ਮਲੇਰਕੋਟਲਾ ਲੈ ਕੇ ਗਿਆ ਸੀ ਇਸ ਆਪਣੇ ਕੀਰਤਪੁਰ ਸਾਹਿਬ ਉਹਨਾਂ ਨੂੰ ਰੋਕਣ ਵਾਸਤੇ, ਸਾਰੇ ਮਾਰੇ ਗਏ ਸੀ। ਇਕੱਲਾ ਨਵਾਬ ਮਲੇਰਕੋਟਲਾ ਬਚਿਆ ਸੀ ਜਿਹਨੇ ਹਾਦਾ ਨਾਰਾ ਮਾਰਿਆ ਸੀ, ਇਕੱਲਾ ਉਹ ਬਚਿਆ ਸੀ। ਮੈਂ ਮੁੱਦੇ 'ਤੇ ਆਵਾਂ। ਬੀਬੀ ਅਨੂਪ ਕੌਰ ਨੂੰ ਲੈ ਗਏ ਉੱਥੇ। ਹੁਣ ਬੀਬੀ ਅਨੂਪ ਕੌਰ ਨੇ ਦੇਖਿਆ ਕਿ ਮੁਗਲ ਕਰਦੇ ਕੀ ਹੈ, ਸਿੱਖਾਂ ਦੀਆਂ ਬਹੁ ਬੇਟੀਆਂ ਚੱਕ ਕੇ ਲੈ ਜਾਂਦੇ ਅਤੇ ਜੰਗ ਲੜਕੀਆਂ ਚੱਕ ਕੇ ਲੈ ਜਾਂਦੇ ਆ ਅਤੇ ਉਹਨਾਂ ਦੀ ਇੱਜ਼ਤ ਨਾਲ ਖਿਲਵਾੜ ਕਰਦੇ ਆ। ਉਹਨੂੰ ਪਤਾ ਸੀ ਵੀ ਮੇਰੇ ਨਾਲ ਵੀ ਇਹ ਕੁਝ ਹੋਏਗਾ। ਉੱਥੇ ਇੱਕ ਖੰਜਰ ਪਿਆ ਸੀ, ਮੌਕਾ ਤਾੜ ਕੇ ਬੀਬੀ ਨੇ ਫੜ ਲਿਆ, ਫੜ ਕੇ ਆਪਣੇ ਮਾਰ ਲਿਆ ਅਤੇ ਬੀਬੀ ਸ਼ਹੀਦ ਹੋ ਗਈ। ਜਿੰਦਾ ਜੀ ਆਪਣਾ ਤਨ ਉਹਨੇ ਮੁਗਲਾਂ ਦੇ ਹਵਾਲੇ ਨਹੀਂ ਹੋਣ ਦਿੱਤਾ। ਫਿਰ ਉਹਨੂੰ ਦਫਨਾ ਦਿੱਤਾ ਸੀ ਨਵਾਬ ਮਲੇਰਕੋਟਲਾ ਨੇ। ਫਿਰ ਬੰਦਾ ਸਿੰਘ ਬਹਾਦਰ ਜਦੋਂ ਚੜ੍ਹ ਕੇ ਆਇਆ ਉਹਨੇ ਕਿਹਾ ਵੀ ਇੱਥੇ ਅਟੈਕ ਨਹੀਂ ਕਰਨਾ ਕਿਉਂਕਿ ਇਹ ਨਵਾਬ ਨੇ ਸਾਹਿਬਜ਼ਾਦਿਆਂ ਦੀ ਹਾਦਾ ਨਰਮ ਮਾਰਿਆ ਸੀ, ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਸਾਰਾ ਇਤਿਹਾਸ ਸੁਣਾ ਕੇ ਭੇਜਿਆ ਸੀ ਉੱਥੇ ਬੰਦਾ ਸਿੰਘ ਬਹਾਦਰ ਨੂੰ। ਉਹਨੇ ਕਿਹਾ ਸੀ ਬੀਬੀ ਅਨੂਪ ਕੌਰ ਦਾ ਸੰਸਕਾਰ ਕਰਨਾ ਵਾ, ਉਹ ਦੱਬਿਆ ਗਿਆ ਮੁਸਲਮਾਨੀ ਢੰਗ ਨਾਲ, ਅਸੀਂ ਸਿੱਖ ਮਰਿਆਦਾ ਦੇ ਨਾਲ ਉਹਦਾ ਸੰਸਕਾਰ ਕਰਨਾ। ਹੁਣ ਇਹ ਨਹੀਂ ਸੀ ਪਤਾ ਕਿ ਬੀਬੀ ਅਨੂਪ ਕੌਰ ਦੀ ਕਬਰ ਕਿਹੜੀ ਹੈ। ਫਿਰ ਕਹਿੰਦੇ ਆ ਵੀ ਬੰਦਾ ਸਿੰਘ ਬਹਾਦਰ ਨੇ ਆਰਡਰ ਕੀਤਾ ਫੌਜਾਂ ਨੂੰ ਸਾਰੀਆਂ ਡੈੱਡ ਬੋਡੀਜ਼ ਬਾਹਰ ਕੱਢ ਦਿਓ, ਸਾਰੀਆਂ ਕਬਰਾਂ ਖੋਲ੍ਹ ਦਿਓ ਅਤੇ ਲੱਭੋ ਬੀਬੀ ਅਨੂਪ ਕੌਰ ਕਿਹੜੀ ਹੈ, ਉਹਦਾ ਸੰਸਕਾਰ ਕਰੋ, ਬਾਕੀ ਦਫਨਾ ਦਿਓ। ਹੁਣ ਕਈ ਇਤਿਹਾਸਕਾਰ ਅੰਗਰੇਜ਼ ਪੱਖੀ ਸੀ, ਕਈ ਇਤਿਹਾਸਕਾਰ ਜਿਹੜੇ ਉਹ ਮੁਗਲ ਪੱਖੀ ਸੀ, ਕਈ ਇਤਿਹਾਸਕਾਰ ਸ਼ਰਾਰਤੀ ਸੀ। ਉਹਨਾਂ ਨੇ ਲਿਖ ਦਿੱਤਾ ਕਿ ਬੰਦਾ ਸਿੰਘ ਬਹਾਦਰ ਵਰਗਾ ਪਾਪੀ ਬੰਦਾ ਕੋਈ ਨਹੀਂ ਸੀ, ਇਹ ਤਾਂ ਮੁਰਦਿਆਂ ਨੂੰ ਦੁਸ਼ਮਣ ਨੂੰ ਕਬਰਾਂ 'ਚੋਂ ਕੱਢ ਕੱਢ ਕੇ ਮਾਰਦਾ ਸੀ। ਮਰੇ ਨੂੰ ਕੀ ਮਾਰਨਾ ਕਬਰਾਂ 'ਚੋਂ ਕੱਢ ਕੇ? ਐਕਚੁਲੀ ਕਬਰਾਂ 'ਚੋਂ ਕੱਢਿਆ ਸੀ ਕਾਹਦੇ ਲਈ? ਬੀਬੀ ਅਨੂਪ ਕੌਰ ਲੱਭਣ ਲਈ। ਉਹਨਾਂ ਨੇ ਕਿਹਾ ਜੀ ਦੇਖੋ ਜੀ ਮਰੇ ਜਿਹੜੇ ਮੁਗਲ ਮਰ ਗਏ ਉਹਨਾਂ ਨੂੰ ਵੀ ਕੱਢ ਕੱਢ ਕੇ ਮਾਰਦਾ ਸੀ। ਇਹ ਬੀਬੀ ਅਨੂਪ ਕੌਰ ਦੇ ਇੱਕ ਕਿਰਦਾਰ ਦੀ ਇੱਕ ਐਗਜ਼ਾਮਪਲ ਸਾਡੇ ਸਾਹਮਣੇ ਆ। ਇੱਕ ਹੁੰਦੀ ਆ ਬੇਸਿਕ ਹਿਸਟਰੀ ਅਸੀਂ ਰੱਟਾ ਲਾਉਂਦੇ ਹਾਂ, ਇੱਕ ਹੁੰਦਾ ਅਪਲਾਈਡ ਆਸਪੈਕਟ ਅਸੀਂ ਪ੍ਰੇਰਨਾ ਲੈਂਦੇ ਹਾਂ। ਇਤਿਹਾਸ ਪੜ੍ਹਿਆ ਹੀ ਪ੍ਰੇਰਨਾ ਲੈ ਲਈ ਜਾਂਦਾ, ਨਹੀਂ ਤਾਂ ਹਿਸਟਰੀ ਰਿਪੀਟ ਸਿਟਸਨ। ਜੇ ਸਾਹਿਬਾ ਘਰੋਂ ਤੁਰਦੀ ਹੈ ਬੁਆਏਫ੍ਰੈਂਡ ਨੂੰ ਮਿਲਣ ਵਾਸਤੇ, ਉਹਦੇ ਭਰਾ ਫਿਰ ਦੇਖ ਲਓ ਵੱਢ ਟੁੱਕ ਕੇ ਜੰਡ ਨਾ ਭਗਾ ਕੇ ਮਾਰਦੇ। ਹਿਸਟਰੀ ਰਿਪੀਟ ਸਿਟਸਨ। ਹੁਣ ਕਾਜੀ ਨੂਰ ਮੁਹੰਮਦ, ਇਹਦੀਆਂ ਕਿਤਾਬਾਂ ਤਾਂ ਨਹੀਂ ਹੈਗੀਆਂ ਸਾਡੇ ਕੋਲ। ਇਹ ਮੁਗਲ ਪੱਖੀ ਸੀ, ਕਾਜੀ ਸੀ, ਮੁਗਲਾਂ ਦੇ ਨਾਲ ਸੀ। ਇਹਨੇ ਕੁਝ ਜੰਗਾਂ ਦੇਖੀਆਂ ਸਾਡੀਆਂ, ਇਹਦੇ 'ਤੇ ਸੋਹਲ ਸਾਹਿਬ ਜ਼ਿਆਦਾ ਦੱਸ ਸਕਦੇ ਬਾਅਦ ਵਿੱਚ, ਕਿਉਂਕਿ ਕਿਤਾਬ ਦੁਰਲੱਭ ਹੈ ਇੱਕ ਉਹਨਾਂ ਦੀ। ਵਾਹ ਜੀ ਵਾਹ, ਬੋਲੇ ਸੋ ਨਿਹਾਲ। ਉਹ ਨਾਂ ਭੁੱਲ ਗਿਆ ਕਿਤਾਬ ਦਾ, ਜੰਗਨਾਮਾ ਬੁੱਕ ਹੈ ਉਹਨਾਂ ਦੀ, ਬੜੀ ਦੁਰਲੱਭ ਬੁੱਕ ਹੈ ਜੀ ਉਹ। ਅਤੇ ਉਹਦੇ ਵਿੱਚ ਹੁਣ ਹੈ ਤਾਂ ਮੁਗਲ ਪੱਕੀ ਸੀ, ਸਿੱਖਾਂ ਨੂੰ ਗਾਲਾਂ ਕੱਢਦਾ। ਇੱਕ ਸ਼ਬਦ ਲਿਖਦਾ ਵਾਰ ਵਾਰ ਸੱਗ, ਸੱਗ ਮੈਨੇ ਹੁੰਦਾ ਕੁੱਤੇ, ਸਾਨੂੰ ਕੁੱਤੇ ਕਹਿੰਦਾ ਉਹ। ਕਿਉਂ? ਉਹਦੇ ਮਨ 'ਚ ਨਫ਼ਰਤ ਹੈ, ਉਹ ਮੁਗਲ ਪੱਖੀ ਹੈ, ਸਿੱਖਾਂ ਦਾ ਦੁਸ਼ਮਣ ਆ। ਪਰ ਗਾਲਾਂ ਕੱਢਦਾ ਕੱਢਦਾ ਸੱਗ ਸ਼ਬਦ ਨਾਲ ਸਾਨੂੰ ਸੰਬੋਧਨ ਕਰਦਾ ਕਰਦਾ ਉਹਦੀ ਕਲਮ ਲਿਖ ਗਈ ਕਿ ਇਹ ਜੇ ਮੈਂ ਪੰਜਾਬੀ 'ਚ ਅਨੁਵਾਦ ਕਰਾਂ, ਇਹਨਾਂ ਕੁੱਤਿਆਂ ਨੂੰ ਕੁੱਤੇ ਨਾ ਆਖੋ। ਇਹ ਨਾਲ ਕਹੀ ਵੀ ਜਾਂਦਾ, ਇਹਨਾਂ ਕੁੱਤਿਆਂ ਨੂੰ ਕੁੱਤੇ ਨਾ ਆਖੋ, ਇਹ ਭੱਜੇ ਜਾਂਦੇ ਦੀ ਪਿੱਠ 'ਤੇ ਵਾਰ ਨਹੀਂ ਕਰਦੇ, ਇਹ ਪਰਾਇਆ ਨਾਲ ਜਰਾਨੇ ਨਹੀਂ ਲਾਉਂਦੇ, ਇਹ ਪਰਾਈ ਧੀ ਭੈਣ ਦੀ ਇੱਜ਼ਤ ਨੂੰ ਹੱਥ ਨਹੀਂ ਪਾਉਂਦੇ, ਇਹ ਹਰ ਔਰਤ ਨੂੰ ਬੁੜੀ ਕਹਿ ਕੇ ਮਾਂ ਕਹਿ ਕੇ ਬੁਲਾਉਂਦੇ ਆ। ਇਹ ਸਾਨੂੰ ਗਾਲਾਂ ਕੱਢਣ ਵਾਲਾ ਵੀ ਸਾਡੇ ਕਿਰਦਾਰ ਦੀ ਸਿਫਤ ਲਿਖਣ ਤੋਂ ਰਹਿ ਨਹੀਂ ਸਕਦਾ।
ਸਾਡਾ ਇਹ ਕਿਰਦਾਰ ਹੈ, ਸਾਡਾ ਆਹ ਇਤਿਹਾਸ ਹੈ, ਸਾਡੀਆਂ ਆਹ ਪਰੰਪਰਾਵਾਂ ਨੇ, ਤੇ ਫਿਰ ਕਹੀਏ ਸਾਡਾ ਫਲਾਣਾ ਬੱਚਾ ਫਿਸਲ ਗਿਆ ਮੰਦੇ ਭਾਗੀ ਨੇ। ਕਦ ਨੀ ਕਹਿੰਦੇ ਵੀ ਆਰ ਪ੍ਰਾਊਡ ਟੂ ਬੀ ਅਸੀਂ, ਆਈ ਐਮ ਪ੍ਰਾਊਡ ਟੂ ਬੀ ਅਸੀਂ, ਇਹਨਾਂ ਇਹਦੇ ਕਰਕੇ ਪ੍ਰਾਊਡ ਹੈ ਨਾ, ਤੇ ਫਿਰ ਪ੍ਰਾਊਡ ਕਿੱਥੇ ਗਿਆ, ਖਤਮ ਹੋ ਗਈ ਕਹਾਣੀ। ਫਿਰ ਤਾਂ ਰੋਟੀਆਂ ਕਾਰਨ ਕੂੜੇ ਤਾੜ ਰਹਿ ਕੀ ਗੱਲ ਸਾਰੀ। ਹੁਣ ਗੁਰੂ ਨਾਨਕ ਦੇਵ ਜੀ, ਚਲੋ ਉਹ ਗੁਰੂ ਸੀ, ਵੱਡੇ ਸੀ ਸਾਰੇ, ਹੈ ਨਾ, ਸਮਰੱਥ ਸੀਗੇ, ਉਹ ਕਾਬੂ ਕਰ ਸਕਦੇ ਸੀਗੇ। ਮੈਂ ਤਾਂ ਦੁਨਿਆਵੀ ਲੋਕਾਂ ਦੀਆਂ ਉਦਾਹਰਣਾਂ ਦਿੱਤੀਆਂ ਨੇ। ਹੁਣ ਗੁਰੂ ਨਾਨਕ ਦੇਵ ਜੀ ਜਦੋਂ ਸ੍ਰੀ ਲੰਕਾ ਵੱਲ ਗਏ ਨੇ, ਤੇ ਸਿਵ ਨਾਭ ਜਿਹੜਾ ਰਾਜਾ ਸੀ ਉਹਨੇ ਵੀ ਇੱਕ ਚਾਲ ਖੇਡੀ, ਉਹਨੇ ਜਵਾਨ ਜਿਹੜੀਆਂ ਲੜਕੀਆਂ ਸੀ ਗੁਰੂ ਸਾਹਿਬ ਦੇ ਅੱਗੇ ਭੇਜ ਦਿੱਤੀਆਂ, ਤੇ ਦੇਖਦੇ ਆ ਫਕੀਰ ਕਿੱਡਾ ਕੁ ਜੱਤੀ ਛੱਤੀ ਹੈ, ਤੇ ਬਾਬੇ ਨਾਨਕ ਨੇ ਕਿੱਦਾਂ ਬੁਲਾਇਆ ਸੀ ਉਹਨਾਂ ਨੂੰ, ਪੜ੍ਹਿਆ ਨਾ ਇਤਿਹਾਸ, ਗੁਰਬਾਣੀ 'ਚ ਵੀ ਲਿਖਿਆ 1187 ਅੰਕ 'ਤੇ, ਗਾਸੋ ਪੁੱਤਰੀ ਰਾਜਕੁਮਾਰ, ਜਾਓ ਪੁੱਤਰੀਓ ਜਾਓ, ਰਾਜਕੁਮਾਰੀਓ ਜਾਓ, ਪੁੱਤਰੀਆਂ ਕਹਿ ਕੇ ਸਰਮੰਦਿਆਂ ਕਰਕੇ ਵਾਪਸ ਤੋਰ ਦਿੱਤਾ। ਜਦੋਂ ਪੁੱਤਰੀ ਕਹਿ ਤਾ ਤੁਹਾਡੀ ਸਾਰੀ ਉੱਥੇ ਖਤਮ ਹੋ ਗਈ। ਜਦੋਂ ਤੁਸੀਂ ਬੇਟਾ ਕਹਿ ਲਿਆ, ਪੁੱਤਰੀ ਕਹਿ ਲਿਆ, ਵੀ ਜਾਓ ਪੁੱਤਰੀ ਹੋ ਤੁਸੀਂ ਮੇਰੇ ਕੋਲ ਕੀ ਕਰਨਾ ਹੀ ਆ। ਸੋ ਹੋਰ ਅੱਗੇ ਚਲੀਏ, ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਉਹ 1 ਦਸੰਬਰ ਏਡਸ ਅਵੇਅਰਨੈਸ ਡੇ ਵਜੋਂ ਮਨਾਉਂਦੀ ਹੈ, ਏਡਸ ਅਵੇਅਰਨੈਸ ਡੇ। ਕਿਉਂ ਮਨਾਉਂਦੀ ਹੈ, ਦੁਨੀਆਂ ਦੇ ਲੋਕਾਂ ਨੂੰ ਕੀ ਕਹਿੰਦੇ ਆ, ਕਹਿੰਦੇ ਕਰੈਕਟਰ ਬਿਲਡਿੰਗ, ਆਪਣਾ ਕਰੈਕਟਰ ਕਾਇਮ ਰੱਖੋ, ਜੇ ਨਹੀਂ ਗੱਲ ਮੰਨੋਗੇ ਨਾ ਤੁਹਾਨੂੰ ਏਡਸ ਹੋ ਜਾਏਗੀ, ਮਰ ਜਾਓਗੇ, ਇਹੀ ਕਹਿੰਦੀ ਹੈ ਨਾ। ਢੋਲ ਵਜਾ ਕੇ, ਧਮੱਕੇ ਦੇ ਨਾਲ, ਸੈਮੀਨਾਰਾਂ ਦੇ ਨਾਲ, ਅਖਬਾਰਾਂ ਦੇ ਵਿੱਚ, ਆਪਣੇ ਟੀਵੀ ਚੈਨਲਾਂ ਦੇ ਉੱਤੇ ਡਿਸਕਸ਼ਨ ਦੇ ਵਿੱਚ ਇਹੀ ਰੌਲਾ ਪੈਂਦਾ। ਅਤੇ ਗੁਰੂ ਜੀ 403 ਅੰਗ 'ਤੇ ਪਹਿਲਾਂ ਲਿਖ ਗਏ, ਕੀ ਭਲਾ ਕਿੱਡੀ ਵੱਡੀ ਗੱਲ, ਅਸੀਂ ਕਹਿੰਦੇ ਇੰਨੇ ਪਾਠ ਸਹਿਜ ਪਾਠ ਕਰ ਲਏ, ਉਹ ਸਹਿਜ ਪਾਠ ਗਏ ਕਿੱਥੇ। ਜਿੱਦਾਂ ਕਹਿੰਦੇ ਉਹਨੇ ਕਰੂਣੀ ਕਰਕੇ ਪਾਣੀ ਬਾਹਰ ਕੱਢਤਾ, ਉਹ ਤਾਂ ਉਹ ਕਰੂਣੀਆਂ ਹੋ ਗਈਆਂ। ਜੇ ਸਹਿਜ ਪਾਠ ਕੀਤੇ ਆ ਫਿਰ ਬੱਚਾ ਕਿੱਥੋਂ ਡਿੱਗ ਜਾਏਗਾ। ਜਿਹਨੇ ਪੜ੍ਹਿਆ ਨਿਮਖ ਕਾਮ ਸਵਾਦ ਕਾਰਨ, ਅੱਖ ਝਮਕਦੇ ਆ ਨਾ ਇੱਦਾਂ ਕਰਕੇ, ਕਿੰਨੀ ਦੇਰ ਲੱਗਦੀ ਹੈ, ਇੰਨੇ ਕੁ ਜਿਹੜੇ ਕਾਮ ਦਾ ਸਵਾਦ ਹੈ ਉਹਦੇ ਕਾਰਨ ਕੋਟ ਦਿਵਸ ਦੁੱਖ ਪਾਵੇ। ਇਹ ਕਿੱਥੇ ਲਿਖਿਆ ਵਾ, 403 ਅੰਗ ਤੇ ਗੁਰਬਾਣੀ ਦੇ। ਹੁਣ ਕਲੀਅਰ ਕੱਟ ਗੁਰੂ ਜੀ ਅੱਜ ਉਦੋਂ ਦੇ ਕਹਿ ਰਹੇ ਨੇ, ਸਾਇੰਸ ਅੱਜ ਕਹਿਣ ਲੱਗੀ ਹੈ ਵੀ ਬਾਬੇ ਨਾਨਕ ਦੀ ਗੱਲ ਮੰਨ ਲਓ, ਮਤਲਬ ਸਾਇੰਸ ਨੇ ਬਾਬੇ ਨਾਨਕ ਦੀ ਬਾਣੀ ਤੇ ਮੋਹਰ ਲਾ ਦਿੱਤੀ ਵੀ ਜੇ ਨਾ ਮੰਨੀ ਗਿਰਕ ਹੋ ਜਾਓਗੇ। ਮੈਂ ਕੱਲ ਕਰਦਾ ਹੁੰਦਾ ਬੱਚਿਆਂ ਨਾਲ ਰੋਜ਼ ਹੀ ਲੈਕਚਰ 'ਚ ਜਿਹੜੇ ਸੁਣਦੇ ਨੇ, ਧਰਮ ਧਰਮ ਨੂੰ ਡਿਫਾਈਨ ਕਰੀਏ ਤੇ ਧਰਮ ਨੇਕ ਨੀਤੀ ਆ, ਧਰਮ ਬੱਧ ਨੀਤੀ। ਜੇ 10 ਪਾਠ ਕਰ ਲਏ, 20 ਪਾਠ ਕਰ ਲਏ, 1000 ਨੂੰ ਪਾਠ ਕਰਾ ਲਿਆ ਤੇ ਫਿਰ ਮੇਰੇ ਕਰੈਕਟਰ ਤੇ ਉਂਗਲ ਆ ਗਈ, ਤੇ ਇਹਦਾ ਮਤਲਬ ਮੇਰੇ ਅੰਦਰ ਧਰਮ ਨਹੀਂ ਹੈਗਾ, ਉਹ ਦਿਖਾਵਾ ਵਾ, ਬੱਧ ਨੀਤੀ ਆ। ਬੱਧ ਨੀਤੀ ਮਤਲਬ ਅਧਰਮ ਹੈ। ਮੈਂ ਬੰਦਾ ਧਰਮੀ ਹੈ ਪਰ ਮੇਰਾ ਬੁਰਕਾ ਚੋਲਾ ਧਰਮ ਦਾ। ਤੇ ਜੇ ਇਹ ਗੱਲ ਆ ਤਾਂ ਫਿਰ ਗੁਰੂ ਜੀ ਕਹਿੰਦੇ ਨੇ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ ਆ। ਮੈਂ ਕਹਿੰਦਾ ਵੀ ਪੰਜਾਬ ਵਿੱਚ ਤਾਂ ਜਪਜੀ ਸਾਹਿਬ ਤਾਂ ਪਹਿਲੀ ਬਾਣੀ ਹੈ, ਕਿੰਨੀ ਦੁਨੀਆਂ ਪੜ੍ਹਦੀ ਹੈ, ਲਾਊਡ ਸਪੀਕਰ ਲਾ ਕੇ ਪੜ੍ਹਾਈ ਜਾਂਦੀ ਆ, ਸੁਣਾਈ ਜਾਂਦੀ ਆ ਸੜਕਾਂ 'ਤੇ, ਹਾਂਜੀ, ਉੱਚੀ ਉੱਚੀਆਂ ਆਵਾਜ਼ਾਂ ਕਰਕੇ। ਪੰਜਾਬ ਦੀ ਅੜਚ ਆਉਣੀ ਨਹੀਂ ਚਾਹੀਦੀ। ਹੁਣ ਪੰਜਾਬ ਦੇ ਵਿੱਚ 2017 ਦੇ ਦਸੰਬਰ ਤੱਕ 67,000 ਮਰੀਜ਼ ਸੀ, ਜਿਸ 'ਚੋਂ 7,000 ਦੀ ਮੌਤ ਹੋ ਗਈ ਸੀ ਅਤੇ ਬਾਕੀ 60,000 ਸੀ। ਹੁਣ ਕਿੰਨਾ ਹੋਏਗਾ ਇਸ ਸਾਲ 'ਚ ਉਹ ਮੈਨੂੰ ਪਤਾ ਨਹੀਂ, ਉਹ ਰਿਪੋਰਟ ਜੇ ਮੈਂ ਕਿਤੇ ਆਈ ਨਹੀਂ, ਉਹ ਵੀ ਸਾਲ ਦੇ ਐਂਡ 'ਚ ਆ ਜਾਏਗੀ। ਔਰ ਇਹ ਸਿਵਲ ਹਸਪਤਾਲਾਂ ਦਾ ਰਿਕਾਰਡ ਹੈ ਜਿਹੜਾ ਜਿਹੜੇ ਰਜਿਸਟਰਡ ਹੋ ਗਏ, ਜਿਹੜੇ ਕਈ ਪ੍ਰਾਈਵੇਟ ਹਸਪਤਾਲਾਂ ਦਾ ਆਰਡਰ ਹੁੰਦੇ ਨੇ ਵੀ ਤੁਸੀਂ ਡੇਂਗੂ ਦਾ, ਏਡਸ ਦਾ, ਇਹੋ ਜਿਹੀਆਂ ਬਿਮਾਰੀਆਂ ਦਾ ਕੋਈ ਪੇਸ਼ੈਂਟ ਹੈਗਾ ਅਤੇ ਉਹਦਾ ਸੈਂਪਲ ਅਤੇ ਉਹਦਾ ਵੇਰਵਾ ਉਹ ਸਿਵਲ ਹਸਪਤਾਲ ਨੂੰ ਦੇਣਾ ਵਾ, ਅਤੇ ਉਹ ਦਿੰਦੇ ਵੀ ਆ। ਇਹ 67,000 ਬਣਿਆ ਸੀ, ਅਤੇ ਜਿਹੜੇ ਕਈ ਗਰੀਬ ਬੰਦੇ ਡਾਇਗਨੋਜ਼ ਨਹੀਂ ਕਰਾ ਪਾਉਂਦੇ, ਪਤਾ ਹੀ ਨਹੀਂ ਹੁੰਦਾ ਬਿਮਾਰੀ ਕਿਹੜੀ ਹੁੰਦੀ, ਏਡਸ ਹੈ, ਉਹ ਮਰ ਮੁਰ ਜਾਂਦੇ ਨੇ, ਉਹ ਵਿੱਚ ਪਾ ਲਓ ਤਾਂ 1,00,000 ਦੇ ਉੱਪਰ ਪੰਜਾਬ 'ਚ ਏਡਸ ਦਾ ਪੇਸ਼ੈਂਟ ਹੈ। ਅਸੀਂ ਏਡਸ ਦੇ ਟਾਈਮ ਬੰਬ 'ਤੇ ਬੈਠੇ ਹਾਂ। ਮੈਂ ਕਹਿੰਦਾ ਪੰਜਾਬ 'ਚ ਏਡਸ ਨਹੀਂ ਹੋਣੀ ਚਾਹੀਦੀ, ਸਾਨੂੰ ਅਵਾਰਡ ਮਿਲਣਾ ਚਾਹੀਦਾ ਆਪਣੇ ਏਡਸ ਰਹਿਤ ਪੰਜਾਬ ਰਾਸ਼ਟਰਪਤੀ ਕੋਲੋਂ। ਫਿਰ ਇੱਥੇ ਸਭ ਅੱਛਾ ਅੰਮ੍ਰਿਤਸਰ ਸਿਫਤੀ ਦਾ ਘਰ ਸਭ ਤੋਂ ਮੰਦਾ ਹਾਲ ਇੱਥੇ ਆ, ਸਭ ਤੋਂ ਵੱਧ ਏਡਸ ਦਾ ਪੇਸ਼ੈਂਟ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ, ਔਰ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਜਿਹੜਾ ਵਾ ਉਹ ਮੇਰਾ ਖਿਆਲ ਮੋਗੇ ਵਿੱਚ ਹੈ, ਉੱਥੇ 1,500 ਹੈ ਅਤੇ ਅੰਮ੍ਰਿਤਸਰ ਸ਼ਾਇਦ 20,000 ਦੇ ਲੱਗੇ ਆ।
ਹਾਂਜੀ ਸਭ ਤੋਂ ਵੱਧ 6000 ਬਠਿੰਡੇ ਚ 83 ਚ ਲੁਧਿਆਣੇ ਚ 10000 ਪਟਿਆਲੇ ਚ ਨਹੀਂ ਪਟਿਆਲਾ ਦੋ ਤਿੰਨ ਜ਼ਿਲ੍ਹੇ ਰਲ ਕੇ ਪਟਿਆਲਾ ਫਰੀਦਕੋਟ ਇੱਥੇ 10000 ਹੈ ਬਠਿੰਡਾ 6000 ਸੋ ਸਭ ਤੋਂ ਵੱਧ ਅੰਮ੍ਰਿਤਸਰ ਆਪਾਂ ਅੱਗੇ ਚਲੀਏ ਭਾਈ ਬਘੇਲ ਸਿੰਘ ਜੀ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ ਅਤੇ ਉਹਨਾਂ ਦੇ ਇੱਕ ਇਤਿਹਾਸ ਵਿੱਚ ਮੈਨੂੰ ਝਲਕ ਮਿਲੀ ਸੀ ਜਿਹਦੇ ਕਿ ਜਲਾਲਾਬਾਦ ਦੇ ਹਾਕਮ ਮੁਹੰਮਦ ਖਾਨ ਨੇ ਜ਼ਬਰਦਸਤੀ ਇੱਕ ਬ੍ਰਾਹਮਣ ਦੀ ਲੜਕੀ ਨੂੰ ਆਪਣੇ ਘਰ ਰੱਖ ਲਿਆ ਸੀ ਤਾਂ ਭਾਈ ਸਾਹਿਬ ਤੁਰੰਤ ਜਲਾਲਾਬਾਦ ਪਹੁੰਚੇ ਅਤੇ ਲੜਕੀ ਨੂੰ ਆਜ਼ਾਦ ਕਰਵਾ ਕੇ ਉਹਦੇ ਘਰ ਪਹੁੰਚਾਇਆ ਇਹ ਘਟਨਾ ਇਹ ਵੀ ਹੈਗੀ ਆ ਇਹ ਭਾਈ ਬਘੇਲ ਸਿੰਘ ਜੀ ਜਲਾਲਾਬਾਦ ਦੀ ਇੱਕ ਘਟਨਾ ਕਿਸੇ ਹੋਰ ਜਗ੍ਹਾ ਦੀ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਦੀ ਵੀ ਹੈਗੀ ਆ ਉਹ ਮੈਂ ਸਮਾਂ ਥੋੜ੍ਹਾ ਕਰਕੇ ਨਹੀਂ ਉਹਨੂੰ ਨਹੀਂ ਉਹ ਸਪੈਲਿੰਗ ਮਿਸਟੇਕ ਹੈ ਆਚਰਨ ਭਾਈ ਜੋਗਾ ਸਿੰਘ ਜੀ ਹੁਣ ਭਾਈ ਜੋਗਾ ਸਿੰਘ ਦਾ ਇਤਿਹਾਸ ਅਸੀਂ ਪੜ੍ਹਦੇ ਹਾਂ ਹਾਂਜੀ ਜੇ ਤੂੰ ਗੁਰੂ ਜੋਗਾ ਅਤੇ ਗੁਰੂ ਵੀ ਤੇਰੇ ਜੋਗਾ ਹੈ ਨਾ ਕਿ ਲਾਵਾਂ ਛੱਡ ਕੇ ਇੱਕ ਲਾਂ ਰਹਿ ਗਈ ਸੀ ਕਹਿੰਦਾ ਹੁਕਮ ਆ ਗਿਆ ਤਾਂ ਛੱਡ ਕੇ ਤੁਰ ਪਿਆ ਸੀ ਹੁਣ ਇੱਕ ਮੈਂ ਸ਼ਬਦ ਲਿਖਿਆ ਵਾ ਟੈਂਪਟੇਸ਼ਨ ਟੈਂਪਟੇਸ਼ਨ ਦਾ ਅਰਥ ਜਿਹੜਾ ਉਹ ਡਿਕਸ਼ਨਰੀ 'ਚ ਲਿਖਿਆ ਹੋਇਆ ਉਹ ਹੈ ਲੁਭਾਵ ਫੁਸਲਾਵ ਲੁਭਾਣ ਲੁਭਾਣ ਦਾ ਤਰੀਕਾ ਲਾਲਚ ਜਿੱਦਾਂ ਕਹਿੰਦੇ ਨਾ ਵੀ ਇਹਨੂੰ ਫੁਸਲਾ ਲਿਆ ਇਹ ਫੁਸਲ ਗਿਆ ਇਹ 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 ਲੋਭ 'ਚ ਆ ਗਿਆ ਇਹ ਤਿਲਕ ਪਿਆ ਇਹ ਗਲਤ ਪਾਸੇ ਤੁਰ ਪਿਆ ਇਹ ਜਿਹੜੀਆਂ ਟੈਂਪਟੇਸ਼ਨਸ ਨੇ ਇਹਨਾਂ ਨੂੰ ਕਾਬੂ ਕਿੱਦਾਂ ਕਰਨਾ ਦੇਖੋ ਜੇ ਭਾਈ ਜੋਗਾ ਸਿੰਘ ਗੁਰੂ ਨਾਲ ਜੁੜਿਆ ਸੀ ਬਾਣੀ ਨਾਲ ਜੁੜਿਆ ਸੀ ਸੇਵਾ ਨਾਲ ਜੁੜਿਆ ਸੀ ਸਿਮਰਨ ਨਾਲ ਜੁੜਿਆ ਸੀ ਅਤੇ ਇੰਨਾ ਸਮਰਪਿਤ ਸੀ ਵੀ ਇੱਕ ਲਾਂ ਸਿਰਫ ਰਹਿ ਗਈ ਸੀ ਅਤੇ ਬਥੇਰਾ ਕਿਹਾ ਸਾਰਿਆਂ ਨੇ ਵੀ ਤੂੰ ਇੱਕ ਲਾਂ 'ਤੇ ਲੈ ਜਾ ਵਿਆਹ ਤਾਂ ਕਰ ਲਾ ਪੂਰਾ ਫਿਰ ਤੂੰ ਜਾ ਕਹਿੰਦਾ ਨੇ ਹੁਕਮ ਆ ਗਿਆ ਗੁਰੂ ਦਾ ਤੁਰ ਪਿਆ ਵਿੱਚੋਂ ਜਦੋਂ ਫੁਸਲਾਵ ਆਇਆ ਮਤਲਬ ਉਹ ਬੇਸਵਾ ਦੇ ਬੂਹੇ ਵੱਲੋਂ ਤੁਰ ਪਿਆ ਰਾਹ ਦੇ ਵਿੱਚ ਜੋ ਇਤਿਹਾਸ ਪੜ੍ਹਦੇ ਆ ਕਈ ਇੱਕ ਇੱਕ ਗਰੁੱਪ ਅੱਜ ਉਹਨੂੰ ਮੰਨਦਾ ਨਹੀਂ ਗਾ ਇਹ ਝੂਠ ਹੈ ਉਹ ਗਰੁੱਪ ਉਹਨੂੰ ਵੀ ਨਹੀਂ ਮੰਨਦਾ ਜਿਹੜੇ 40 ਮੁਕਤੇ ਨੇ ਇੱਕ ਵੱਖਰੀ ਡਿਸਕਸ਼ਨ ਹੈ ਜੇ ਆਪਾਂ ਨੂੰ ਮੰਨ ਲਈਏ ਅਤੇ ਜਦੋਂ ਇਹਦੇ 'ਚ ਫਿਸਲਾਵ ਆਉਣ ਲੱਗਾ ਲੁਭਾਣ ਆਉਣ ਲੱਗਾ ਅਸੀਂ ਗੱਲ ਕਵੀ ਕਹਿੰਦੇ ਨੇ ਜਿਹੜੇ ਕਵਿਤਾਵਾਂ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਪਹਿਰੇਦਾਰ ਬਣ ਕੇ ਖੜ ਗਏ ਇਹ ਵੀ ਮੰਨਿਆ ਜਾ ਸਕਦਾ ਇਹ ਵੀ ਮੰਨਿਆ ਜਾ ਸਕਦਾ ਇਹਦਾ ਮਤਲਬ ਕਿ ਗੁਰੂ ਗੋਬਿੰਦ ਸਿੰਘ ਜੀ ਪਹਿਰੇਦਾਰ ਬਣ ਗਏ ਮਤਲਬ ਉਹਦਾ ਅੰਦਰ ਜਾਗ ਪਿਆ ਕਿ ਮੈਂ ਇੱਕ ਲਾਂ ਛੱਡ ਕੇ ਆਇਆ ਤਾਂ ਮੈਂ ਤੁਰ ਕਿੱਧਰ ਪਿਆ ਇਹਦਾ ਰਾਹ ਹੀ ਮੇਰਾ ਇਹ ਜਿਹੜਾ ਟੈਂਪਟੇਸ਼ਨ ਸੀ ਜਿਹੜਾ ਉਹਦਾ ਫੁਸਲਾਪ ਉਸਨੇ ਹੋ ਰਿਹਾ ਸੀਗਾ ਅਤੇ ਉਹ ਜੋ ਉਹਦੇ ਕੋਲ ਉਹ ਨਿਤਨੇਮ ਬਾਣੀ ਪਾਠ ਜੋ ਵੀ ਗੁਰੂ ਸਾਹਿਬ ਦੇ ਨਾਲ ਰਹਿੰਦਿਆਂ ਜੁੜਿਆ ਸੀ ਉਹਦਾ ਅਸਰ ਜਿਹੜਾ ਉਹ ਅੰਦਰੋਂ ਜਾਗ ਪਿਆ ਹੈ ਨਾ ਤਾਂ ਮੈਂ ਇੱਥੇ ਲਿਖਿਆ ਵਾ ਵੀ ਇਹ ਟੈਂਪਟੇਸ਼ਨ ਨੂੰ ਕਿਵੇਂ ਐਡਜਸਟ ਕਰਨਾ ਨਿਤਨੇਮ ਸਹਿਜ ਪਾਠ ਕੀਰਤਨ ਸਿਮਰਨ ਇਹੀ ਚੀਜ਼ਾਂ ਨੇ ਵੀਰ ਜੀ ਇਹ ਚੀਜ਼ਾਂ 'ਚ ਜਿੱਦਾਂ ਕਿਸੇ ਆਪਣੇ ਆਪ ਨੂੰ ਸੰਭਾਲ ਲਵਾਂਗੇ ਅਤੇ ਇਹ ਚੀਜ਼ਾਂ ਸਾਰੀਆਂ ਕਾਬੂ ਹੋ ਜਾਣਗੀਆਂ ਪਰ ਜਿਹੜੀ ਗੱਲ ਪਹਿਲਾਂ ਗੱਲ ਸ਼ੁਰੂ ਹੋਈ ਸੀ 2004 'ਚ ਰਾਜਪਾਲ ਜੀ ਨੂੰ ਪਤਾ ਆਓ ਰੋਜ਼ਾਨਾ ਸਹਿਜ ਪਾਠ ਕਰੀਏ ਪਹਿਲਾਂ ਕਰਦਾ ਕੋਈ ਨਹੀਂ ਸੁਣਦਾ ਪਹਿਲਾਂ ਕਰੀਏ ਦਾ ਨਾਰਾ ਆਇਆ ਸੀ ਫਿਰ ਬਦਲ ਗਿਆ ਆਓ ਰੋਜ਼ਾਨਾ ਸਹਿਜ ਪਾਠ ਕਰੀਏ ਅਤੇ ਵਿਚਾਰੀਏ ਫਿਰ ਵਿਚਾਰੀਏ ਤੱਕ ਰਹਿ ਗਿਆ ਫਿਰ ਬਦਲ ਗਿਆ ਆਓ ਰੋਜ਼ਾਨਾ ਸਹਿਜ ਪਾਠ ਕਰੀਏ ਵਿਚਾਰੀਏ ਅਤੇ ਕਮਾਈਏ ਜੇ 50 ਵਾਰੀ ਕਰ ਲਿਆ ਤੇ ਫਿਰ ਮਾਪਿਆਂ ਤੋਂ ਚੋਰੀ ਪਰਾਏ ਮਰਦੇ ਹਵਾਲੇ ਕਰ ਦਿੱਤਾ ਤਾਂ ਬੇਦ ਕਹਾਣੀ ਹੋਈ ਹੋਗੀ ਮਤਲਬ ਉਹਨੇ ਕੀਤਾ ਵਾ ਗਿਣਤੀਆਂ ਕਰ ਲਈਆਂ ਫੜਾ ਫੁੱਟ ਉਹਨੇ ਵਿਚਾਰਿਆ ਨਹੀਂ ਜੇ ਵਿਚਾਰਦੇ ਤਾਂ ਤਾਂ ਹੀ ਕਮਾਉਣਾ ਸੀ ਤਾਂ ਹੀ ਜੀਵਨ ਚਾਹਣਾ ਸੀ ਹਾਂਜੀ 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 ਜੀ ਆਪਣੀ ਵੱਖਰੀ ਵੱਖਰੀ ਨਾ ਮੀਟਿੰਗ ਕਰੋ ਇੱਧਰ ਸੁਣਿਆ ਸਾਰੇ ਹਾਂਜੀ ਮਤਲਬ ਕਿ ਜਿਹੜੀ ਬੱਚੇ ਪਾਣੀ ਪੜ੍ਹਦੇ ਪਾਣੀ ਤੋਂ ਮਤਲਬ ਇਹ ਗੱਲ ਤਾਂ ਨਹੀਂ ਕਿ ਅਸੀਂ ਜੋ ਮਰਜ਼ੀ ਕਰੀਏ ਅਸੀਂ ਪਾਣੀ
ਬੜੀ ਬੜੀ ਸਾਡਾ ਮਾਪ ਹੋ ਗਿਆ ਠੀਕ ਹੈ ਇੱਕ ਮਾਇਨ ਇਹ ਸੰਦਰ ਦੀ ਗੱਲ ਹੈਗੀ ਕਿ ਜਿਹੜੇ ਆਪਾਂ ਸੰਦਰਸ ਦੇ ਰਹੇ ਹਾਂ ਸਕੂਲਾਂ ਵਿੱਚ ਚਾਰ ਭਾਗਾਂ ਵਾਲੇ ਦੇਖੋ ਸਾਰੇ ਜਿੰਨੇ ਵੀ ਪਹਿਲਾਂ ਕੋਈ ਸਾਰੇ ਨੂੰ ਨੌਲੇਜ ਲੱਗੀ ਗਈਆਂ ਹੋ ਹਨ ਅਤੇ ਸ਼ਾਇਦ ਪੜ੍ਹਨਾ ਕਾਫੀ ਦੇਰ ਤੋਂ ਰੁਕੇ ਹੈ ਉਹ ਆਪ ਪੜ੍ਹਦੇ ਹੋਣਗੇ ਤਾਂ ਉਹਨਾਂ ਨੂੰ ਪਹਿਲੇ ਅੱਜ ਸਮਝ ਆ ਜਾਂਦੇ ਹੈ ਪਰ ਇੱਕ ਬੱਚਾ ਤੁਸੀਂ ਕਹਿ ਕੇ ਅਲੂਣੀ ਜਿੱਦ ਚੱਟੀ ਹੈ ਕਿ ਅਲੂਣੀ ਹੈ ਸਵਾਦ ਨਹੀਂ ਆਉਂਦਾ ਕਿਉਂਕਿ ਆਪਾਂ ਜਦੋਂ ਪਾਠ ਕਰਦੇ ਹਾਂ ਤਾਂ ਬੱਚਾ ਕਰੀ ਜਾ ਰਿਹਾ ਉਹਨੂੰ ਸਮਝ ਨਹੀਂ ਆ ਰਿਹਾ ਬੋਲ ਵੀ ਹੋ ਰਿਹਾ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਤਾਂ ਕੀ ਗੱਲ ਕਰਨਾ ਚਾਹੀਦਾ ਨਹੀਂ ਹੁੰਦਾ ਕਿ ਉਹਦੀ ਜਿਹੜਾ ਆਪਾਂ ਅਰਥਾਂ ਵਾਲੇ ਜਾਂ ਆਪਾਂ ਭੋਗਾਂ ਦੇ ਵਿੱਚ ਜਾਂ ਪਾਠਾਂ ਦੇ ਚੱਕਰਾਂ 'ਚ ਨਾ ਪੈ ਕੇ ਸਰਪੰਚ ਸਾਹਿਬ ਵੀ ਤਾਂ ਇੱਕ ਟੀਕਾ ਦਈਏ ਜਦੋਂ ਉਹ ਟੀਕਾ ਹੋਵੇ ਫਿਰ ਦੂਜਾ ਦਈਏ ਫਿਰ ਤੀਸਰਾ ਦਈਏ ਫਿਰ ਚੌਥਾ ਦਈਏ ਤਾਂ ਜੋ ਤੁਸੀਂ ਪਾਠ ਦੇ ਦਾ ਉਹ ਅਰਥ ਦੇਖੇ ਹੁਣ ਅਰਥ ਨਹੀਂ ਸਮਝ ਆ ਰਹੇ ਤੇ ਅਸੀਂ ਪਾਠ ਦਾ ਤਾਂ ਸਮਝ ਹੀ ਨਹੀਂ ਬਣੀ ਬੰਦ ਲੱਗ ਗਏ ਜੇ ਅਸੀਂ ਮੀਨਿੰਗ ਹੀ ਦੇਖਦੇ ਸ਼ੁਰੂ 'ਚ ਮੀਨਿੰਗ ਦੇਖ ਲਏ ਕਹਿੰਦੇ ਆ ਜਦੋਂ ਅਭਿਆਸ ਬਣ ਜਾਂਦਾ ਫਿਰ ਆਪਣੇ ਆਪ ਅੰਦਰੋਂ ਖੁੱਲ ਗਿਆ ਫਿਰ ਉਸਦੇ ਤਾਂ ਕੋਈ ਟ੍ਰੇਨਿੰਗ ਲੈਣੀ ਪੈਂਦੀ ਠੀਕ ਹੈ ਜੀ ਅਸੀਂ 70 ਬੰਦੇ ਹਾਂ ਜੇ ਇੱਕ 'ਚ ਫਿਸਲਾਵ ਆ ਗਿਆ ਤਾਂ 79 ਤਾਂ ਚੰਗੇ ਹਨ ਕੋਈ ਨਾ ਕੋਈ ਅਭਾਗਾ ਕਈ ਵਾਰੀ ਪੂਰਵਲੇ ਕਰਮ ਵੀ ਹੁੰਦੇ ਨੇ ਹੈ ਨਾ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਇਆ ਸਿਆ ਹੈ ਨਾ ਕੋਈ ਅਭਾਗੇ ਹੁੰਦੇ ਨੇ ਮਤਲਬ ਜਿਹੜੇ ਇਸ ਮਾਹੌਲ ਦੇ ਵਿੱਚੋਂ ਵੀ ਖਿਸਕ ਜਾਂਦੇ ਨੇ ਹੈ ਨਾ ਹੁਣ ਸਾਡਾ ਕਿੰਨਾ ਸੋਹਣਾ ਪਰਿਵਾਰ ਹੈ ਜਿਹੜਾ ਖਿਸਕ ਜਾਏਗਾ ਉਹ ਪਰਿਵਾਰ ਕੱਢੇਗਾ ਨਾ ਇਹ ਮਾਹੌਲ ਕਿੱਥੋਂ ਮਿਲੇਗਾ ਉਹਨੂੰ ਹੈ ਨਾ ਜੀ ਕੁਛ ਕਹਿਣ ਲੱਗੇ ਤੁਸੀਂ ਹਾਂਜੀ ਹਜ਼ਾਰਾਂ ਦੇ ਬਰਾਬਰ ਬਿਲਕੁਲ ਸਹੀ ਗੱਲ ਹੈ ਜੀ ਮੇਰਾ ਨਾ ਸਾਰਾ ਲੈਕਚਰ ਇਹਦੇ ਦੁਆਲੇ ਹੁੰਦਾ ਜਿੰਨੇ ਵੀ ਸਵਾ ਘੰਟਾ ਹੁੰਦਾ ਨਾ ਜਿਹੜੇ ਕਰਾਉਂਦੇ ਨੇ ਟੋਟਲੀ ਇਸ ਮਾਹੌਲ ਦੇ ਦੁਆਲੇ ਘੁੰਮਦਾ ਇਹ ਥੋੜ੍ਹਾ ਜਿਹਾ ਮੈਂ ਹੋਰ ਤਰੀਕੇ ਨਾਲ ਕਰ ਲਿਆ ਵੀ ਵੱਡਿਆਂ ਨੂੰ ਸੁਣਾਉਣਾ ਬੱਚਿਆਂ ਨਾਲ ਥੋੜ੍ਹਾ ਬੱਚਿਆਂ ਦੇ ਲੈਵਲ 'ਤੇ ਹੁੰਦਾ ਹਾਂਜੀ ਹਾਂਜੀ ਇਹ ਨਾ ਘਟਨਾ ਵਾਪਰੀ ਉਹ ਬੇਟੀ ਜਿਹੜੀ ਸਾਡੀ ਚਲੀ ਗਈ ਬੜੇ ਦਿਨ ਪਰੇਸ਼ਾਨ ਰਿਹਾ ਮੈਂ ਦੋ ਤਿੰਨ ਦਿਨ ਉੱਪਰ ਵੀਰ ਜੀ ਨਾਲ ਸ਼ਾਇਦ ਸਾਨੂੰ ਪਤਾ ਨਾ ਹੋਵੇ ਸਾਨੂੰ ਪਤਾ ਜੀ ਤੁਹਾਨੂੰ ਕਿ ਨਹੀਂ ਪਤਾ ਨਹੀਂ ਪਤਾ ਪਿਛਲੀ ਵੀ ਉਹ ਬੱਚੀ ਇੱਥੇ ਹੀ ਲੈਕਚਰ ਕਰਕੇ ਗਈ ਸੀ ਉਹਨੇ ਕੋਈ 100 ਤੋਂ ਵੱਧ ਪਾਠ ਸ਼ੁਰੂ ਕਰਵਾਇਆ ਸੀ ਆਪ ਵੀ 4-5 ਪਾਠਾਂ ਦੇ ਭੋਗ ਪਾਏ ਸੀ ਅਤੇ 150 ਬੱਚਿਆਂ ਨੂੰ ਜੋੜਿਆ ਸੀ ਇੱਥੋਂ ਲੈਕਚਰ ਕਰਨ ਤੋਂ ਬਾਅਦ ਉਹ ਕਿੱਥੇ ਚਲੀ ਗਈ ਪਰ ਜਾਣ ਲੱਗੇ ਕਹਿ ਕੇ ਗਏ ਕਿ ਹੁਣ ਮੈਂ 500 ਪਾਠ ਸ਼ੁਰੂ ਕਰਾਉਣੇ ਫਟਾਫਟ ਅਤੇ ਉਹ ਸੇਵਾ ਮਤਲਬ ਕਿ ਕਰਦੀ ਗਈ ਤੋ ਇੱਥੋਂ ਸਿੱਧਾ ਚਲੀ ਗਈ ਕਿਤੇ ਹੋਰ ਘਰ ਵਾਪਸ ਨਹੀਂ ਪਹੁੰਚੀ ਅਸੀਂ 2-3 ਦਿਨ ਬੜਾ ਪਰੇਸ਼ਾਨ ਰਹੇ ਉਸ ਤੋਂ ਬਾਅਦ ਹੋਰ ਉਸ ਤੋਂ ਬਾਅਦ ਜਦੋਂ ਪਤਾ ਲੱਗ ਗਿਆ ਹੋਰ ਜ਼ਿਆਦਾ ਪਰੇਸ਼ਾਨ ਹੋ ਗਏ ਉਸ ਤੋਂ ਬਾਅਦ ਜਦੋਂ ਉਹਨੇ ਇੱਕ ਵਾਰ ਇੱਕ ਹਿੰਦੂ ਬੱਚੇ ਦੇ ਨਾਲ ਹਿੰਦੂ ਸਿੱਖ ਦੀ ਗੱਲ ਕੋਈ ਨਹੀਂ ਪਰ ਹਿੰਦੂ ਲੜਕੇ ਨਾਲ ਜਾ ਕੇ ਜਿਹੜਾ ਬਿਲਕੁਲ ਕਰੈਕਟਰ ਡਾਊਨ ਜਿਹੜਾ ਉਹਦੇ ਨਾਲ ਜਾ ਕੇ ਵਿਆਹ ਕਰਵਾ ਲਿਆ ਮਾਂ ਪਿਓ ਤੋਂ ਮਾਤਾ ਪਿਤਾ ਦੇ ਹੋਏ ਸਭ ਕੁਝ ਹੋਇਆ ਇਹ ਪਹਿਲੀ ਜ਼ਿੰਦਗੀ 2004 ਤੋਂ ਲੈ ਕੇ 2014 ਤੱਕ 18 ਤੱਕ 14 ਸਾਲਾਂ 'ਚ ਪਹਿਲੀ ਘਟਨਾ ਵਾਪਰੀ ਜੀ ਮੇਰੀ ਜ਼ਿੰਦਗੀ 'ਚ ਮੈਂ ਬੜਾ ਜ਼ਿਆਦਾ ਪਰੇਸ਼ਾਨੀ ਹੋਇਆ ਅਤੇ ਉੱਪਰ ਕਿਸੇ ਨੇ ਵਿਚਾਰਾਂ ਵੀ ਕੀਤੀਆਂ ਗੁਰਸਾਹਿਬ ਭੋਗ ਬਣਾਵਾਂ ਲਿਆ ਮੈਂ ਗੁਰਸਾਹਿਬ ਨੂੰ ਬੜੇ ਪਿਆਰ ਨਾਲ ਸਮਝਾਇਆ ਸਾਰੀਆਂ ਗੱਲਾਂ ਫਿਰ ਜਪਜੀ ਸਾਹਿਬ ਵਿੱਚ ਹੁੰਦਾ ਹੁਕਮੀ ਉੱਤਮ ਹੈ ਤਾਂ ਉਹਦਾ ਹੁਕਮ ਸਾਰਾ ਉੱਪਰ ਵੀਰ ਜੀ ਵੀ 2 ਦਿਨ ਨਾ ਮੈਨੂੰ ਕਹਿੰਦੇ ਤੂੰ ਅੱਜ ਮੇਰੇ ਨਾਲ ਕੱਲ੍ਹ ਵੀ ਗੱਲ ਕੀਤੀ ਫਿਰ ਵਿਚਾਰ ਕੀਤੀ ਫਿਰ ਕਹਿੰਦੇ ਮੈਨੂੰ ਇੱਕ ਦਿਨ ਬਾਅਦ ਫੋਨ ਕਰੀ ਫਿਰ ਵਿਚਾਰ ਕੀਤੀ ਵੀਰ ਜੀ ਨੇ ਬੜੀ ਵਿਚਾਰ ਕਰਨ ਤੋਂ ਬਾਅਦ ਕਹਿੰਦੇ ਮੈਂ ਨਾ ਦੇਖਿਆ ਵੀ ਉਹਦੇ ਕਰਮ ਬਹੁਤ ਜ਼ਿਆਦਾ ਹੀ ਮਾੜੇ ਸੀ ਇੰਨੇ ਜ਼ਿਆਦਾ ਮਾੜੇ ਕਰਮ ਸੀ ਨਾ ਕਿ ਪੁੱਛੋ ਕੁਝ ਨਾ ਜਿਹਨਾਂ ਕਰਕੇ ਖਾਰਜ ਹੋ ਗਿਆ ਕਿਉਂਕਿ ਕਰਮ ਜ਼ਰੂਰੀ ਨਹੀਂ ਪੂਰਵ ਕਲਮ ਹੁੰਦੇ ਇਹ ਵੀ ਇਹ ਜਿਹੜਾ ਆਪਾਂ ਅੱਜ ਕਰ ਰਹੇ ਹਾਂ ਅੱਧਾ ਘੰਟਾ ਪਹਿਲੋਂ 5 ਸਾਲ ਪਹਿਲੋਂ ਨਹੀਂ 50 ਸਾਲ ਪਹਿਲੋਂ 5000 ਸਾਲ ਪਹਿਲੋਂ ਵੀ ਕੋਈ ਕਰਮ ਆ ਸਕਦਾ ਗੁਰਬਾਣੀ ਇਹਨਾਂ ਚੀਜ਼ਾਂ ਨੂੰ ਮੰਨਦੀ ਹੈ ਅਤੇ ਥਾਂ ਥਾਂ 'ਤੇ ਇਹ ਗੱਲ
ਕਰ ਦਈਏ ਅਸੀਂ ਤੋਂ ਆਪਾਂ ਅੱਜ ਕਿਉਂ ਮਾਰ ਖਾਧੀ ਸਿੱਖ ਪੰਥ ਨੇ ਅਸੀਂ ਇਹਨਾਂ ਗੱਲਾਂ ਤੋਂ ਭੱਜ ਗਏ ਉਹਨਾਂ ਗੱਲਾਂ 'ਤੇ ਜਿੱਥੇ ਆਪਾਂ ਵਿਸ਼ ਦ੍ਰਿੜ ਕਰਨਾ ਸੀ ਮੈਂ ਬਸ ਥੋੜ੍ਹਾ ਜਿਹਾ ਦੂਜੇ ਪਾਸੇ ਲੈ ਕੇ ਜਾਣਾ ਵਾਪਸ ਇੱਥੇ ਆਵਾਂਗਾ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਭੱਜ ਗਏ ਅਸੀਂ ਉਹਨਾਂ ਗੱਲਾਂ ਤੋਂ ਜਿਹੜਾ ਸਾਡੇ ਟਰੈਕਟਰ ਹੁਣ ਭਾਈ ਜੋਗਾ ਜੀ ਦੀ ਗੱਲ ਹੈ ਇੱਕ ਸਾਥੀ ਸੀ ਮੈਂ ਤੁਹਾਨੂੰ ਕਦੇ ਦੱਸਿਆ ਵਾ ਵੀ ਮੈਂ ਆਪਣੇ ਸਿਰ ਦੇ ਉੱਤੋਂ ਅੱਜ ਤੱਕ ਜ਼ਿੰਦਗੀ 'ਚ ਕਦੀ ਢੱਕਣ ਤੋਂ ਬਗੈਰ ਰੋਟੀ ਨਹੀਂ ਖਾਧੀ ਜਿਹੜੀ ਕਿ ਇੱਕ ਨਿੱਕੀ ਜਿਹੀ ਗੱਲ ਸੀ ਬੜੇ ਧਿਆਨ ਨਾਲ ਸੁਣਨਾ ਤੁਸੀਂ ਨਿੱਕੀਆਂ ਨਿੱਕੀਆਂ ਸਾਖੀਆਂ ਬੱਚਿਆਂ ਜ਼ਰੂਰ ਸੁਣਿਆ ਕਰੋ ਮੇਰੀ ਮੈਡਮ ਨੇ ਇੱਕ ਸਿਖਾਈ ਸਾਖੀ ਬਣਾਈ ਸੀ ਡੇਢ ਮਿੰਟ ਦੋ ਮਿੰਟ ਹੈਗੀ ਹੈ ਉਹ ਕਹਿੰਦੇ ਪੁੱਤਰ ਜਦੋਂ ਤੁਹਾਨੂੰ ਪਤਾ ਦਰਬਾਰ ਸਾਹਿਬ ਬਣਿਆ ਉੱਥੇ ਕੀ ਹੋਇਆ ਜੇ ਸ਼ੁਰੂ ਸ਼ੁਰੂ ਬਣਿਆ ਸੀ ਮੈਂ ਕਿਹਾ ਜੀ ਅਸੀਂ ਕਿਹਾ ਨਹੀਂ ਉਹ ਮੈਡਮ ਜੀ ਦੋ ਢਾਈ ਮਿੰਟ ਸਮੇਂ ਕਹਿੰਦੇ ਇੱਥੇ ਨਾ ਜਦੋਂ ਚਾਰ ਦੀਵਾਰੀ ਕੀਤੀ ਨਾ ਜਗ੍ਹਾ ਦੀ ਜੋ ਕੋਈ ਪਲਾਟ ਖਰੀਦਦਾ ਆਪਣੀ ਚਾਰ ਦੀਵਾਰੀ ਕਰਦਾ ਹੈ ਨਾ ਨੀਹਾਂ ਕਰਦਾ ਹੈ ਨਾ ਜਦੋਂ ਉਹ ਜਗ੍ਹਾ ਖਰੀਦੀ ਹੈ ਤਿੰਨਾਂ ਪਿੰਡਾਂ ਕੋਲੋਂ ਸਾਰੇ ਹੀ ਤੁੰਗ ਬਾਲਾ ਤੋਂ ਸੁਲਤਾਨ ਪਿੰਡ ਤੋਂ ਅਤੇ ਪਰਲੇ ਪਾਸਿਓਂ ਮਾਰੇ ਨੇ ਗੁਰੂ ਅਮਰਦਾਸ ਪਾਤਸ਼ਾਹ ਨੇ ਖਰੀਦ ਕੇ ਆਪਣੀ ਜਵਾਈ ਵੀ ਦਿੱਤੀ ਕਿ ਤੂੰ ਉੱਥੇ ਲੈ ਭਾਈ ਇਹ ਕਰ ਗੁਰੂ ਅਮਰਦਾਸ ਨੇ ਖਰੀਦੀ ਗੁਰੂ ਅਮਰਦਾਸ ਦੇ ਨਾਮ 'ਤੇ ਰਜਿਸਟਰੀ ਹੈਗੀ ਉਹ ਕਹਿੰਦੇ ਜੀ ਜਦੋਂ ਚਾਰ ਦੀਵਾਰੀ ਕੀਤੀ ਨਾ ਅਤੇ ਅਗਲੇ ਦਿਨ ਚਾਰ ਦੀਵਾਰੀ ਢਹਿ ਨੀਂਹ ਢਹਿ ਜਾ ਕਰੇ ਕਹਿੰਦੇ ਫਿਰ ਕੀਤੀ ਫਿਰ ਢਹਿ ਜਾ ਕਰੇ ਜਦੋਂ ਚਾਰ ਪੰਜ ਵਾਰੀ ਇੱਦਾਂ ਹੋ ਗਿਆ ਸੰਗਤਾਂ ਨੇ ਗੁਰੂ ਰਾਮਦਾਸ ਮਾਰਗ ਕਿਹਾ ਮਹਾਰਾਜ ਜੀ ਸਾਨੂੰ ਨਹੀਂ ਪਤਾ ਸੀ ਬੜੇ ਪਹਿਰੇ ਲਾ ਕੇ ਦੇਖੇ ਰਾਤ ਨੂੰ ਜਿਹੜੀ ਹੈ ਨਾ ਇਹ ਕੰਧਾਂ ਢਹਿ ਜਾਂਦੀਆਂ ਨੇ ਸਾਨੂੰ ਨਹੀਂ ਪਤਾ ਕਿੱਦਾਂ ਢਹਿੰਦੀਆਂ ਨੇ ਮਹਾਰਾਜ ਮੁਸਕਰਾ ਕੇ ਕਹਿੰਦੇ ਕੋਈ ਨਹੀਂ ਅੱਜ ਸਵੇਰੇ ਤੁਹਾਡੇ ਨਾਲ ਮੈਂ ਚੱਲੂੰਗਾ ਅਤੇ ਮਹਾਰਾਜ ਨੇ ਜਾ ਕੇ ਉਹ ਜਿਹੜੀ ਨੀਂਹ ਸੀ ਨਾ ਚਾਰ ਦੀਵਾਰੀ ਦੀ ਉਹ ਦੁਬਾਰਾ ਆਪ ਰੱਖੀ ਉਹ ਮੈਡਮ ਨੇ ਮੈਂ ਤੁਹਾਨੂੰ ਸਾਖੀ ਸੁਣਾ ਰਿਹਾ ਉਹਦਾ ਤੱਕ ਤੁਹਾਨੂੰ ਦੱਸੂੰਗਾ ਇਹਦੇ ਨਾਲ ਜੁੜਦਾ ਉਹ ਜਦੋਂ ਰੱਖੀ ਨੀਂਹ ਅਗਲੇ ਦਿਨ ਉਹ ਨੀਂਹ ਨਹੀਂ ਟੁੱਟੀ ਪਰ ਅਗਲੇ ਦਿਨ ਰਾਤ ਨੂੰ ਕੀ ਹੋਇਆ ਬਹੁਤ ਸਾਰੇ ਭੂਤ ਪ੍ਰੇਤ ਇਕੱਠੇ ਹੋ ਕੇ ਨਾ ਗੁਰੂ ਮਹਾਰਾਜ ਦੇ ਕੋਲ ਆ ਗਏ ਕਹਿੰਦੇ ਮਹਾਰਾਜ ਜੀ ਇਹ ਜਾੜਵੀ ਆ ਬਾਂਸ ਸੀ ਜੰਗਲ ਸੀ ਅਸੀਂ ਇੱਥੇ ਰਹਿੰਦੇ ਹਾਂ ਹੁਣ ਤੁਸੀਂ ਤੇ ਨਗਰ ਵਸਾ ਦਿਓਗੇ ਪਰਮਾਤਮਾ ਦਾ ਸਿਮਰਨ ਕਰੋਗੇ ਕੀਰਤਨ ਕਰੋਗੇ ਸਤਸੰਗ ਚੱਲੇਗਾ ਸੇਵਾ ਹੋਏਗੀ ਤੇ ਅਸੀਂ ਕਿੱਥੇ ਜਾਵਾਂਗੇ ਮਾਰੇ ਕਹਿੰਦੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਉਹ ਕਹਿੰਦੇ ਤੁਸੀਂ ਇੱਥੇ ਰਹੋ ਕਹਿੰਦੇ ਪਰ ਆਪਾਂ ਖਾਵਾਂਗੇ ਕੀ ਪੀਵਾਂਗੇ ਕੀ ਘੁੰਮਾਂ ਉਹ ਕਹਿੰਦੇ ਤੁਸੀਂ ਜਿਹੜੇ ਮੇਰੇ ਸਾਡੇ ਸਿੱਖ ਨੇ ਨਾ ਉਹ ਨੰਗੇ ਸਿਰ ਰੋਟੀ ਖਾਂਦੇ ਨੇ ਨਾ ਉਹਨਾਂ ਨਾਲ ਬਹਿ ਕੇ ਰੋਟੀ ਖਾ ਲਿਆ ਕਰੋ ਇਹ ਮੇਰੀ ਮੈਡਮ ਨੇ ਕਿਹਾ ਠੀਕ ਹੈ ਜੀ ਆਪਾਂ ਉਦੋਂ ਤੀਸਰੀ ਕਲਾਸ ਵਿੱਚ ਪੜ੍ਹਦੇ ਹੁੰਦੇ ਸੀ ਤੀਸਰੀ ਕਲਾਸ ਦਾ ਬੱਚਾ ਕੀ ਹੁੰਦਾ ਤੁਸੀਂ ਸਮਝ ਸਕਦੇ ਹੋ ਤੁਹਾਡੇ ਘਰਾਂ 'ਚ ਬੱਚੇ ਨੇ ਅਤੇ ਮੈਂ ਕਿਹਾ ਅੱਛਾ ਅਸੀਂ ਸਾਰੇ ਡਰ ਗਏ ਅਤੇ ਕਹਿੰਦੇ ਮੈਡਮ ਕਹਿੰਦੇ ਅੱਜ ਤੁਸੀਂ ਘਰ ਜਾ ਕੇ ਨਾ ਰੋਟੀ ਛੇਟਾ ਕੇ ਖਾਇਓ ਤੁਹਾਨੂੰ ਰੋਟੀ ਬੜਾ ਸਵਾਦ ਲੱਗੂਗੀ ਛਿੱਤ ਕੇ ਖਾਇਓ ਹੈ ਚੰਗੀ ਤਰ੍ਹਾਂ ਅਤੇ ਨਾਲ ਨਾ ਤੁਸੀਂ ਅੱਗੇ ਹੋਰ ਆ ਜਾਓ ਹੋਰ ਆ ਜਾਓ ਅੱਜ ਤੁਸੀਂ ਸਿਰ ਕਰਾਊਗਾ ਤੁਹਾਨੂੰ ਸਿਰ ਢੱਕ ਕੇ ਰੱਖਿਓ ਠੀਕ ਹੈ ਅਤੇ ਨਾਲੇ ਸਿਰ ਨੰਗੇ ਸਿਰ ਘੁੰਮਿਓ ਨਾ ਫਿਰ ਭੂਤਰੇ ਤੁਹਾਡੇ ਨਾਲ ਨਿਕਲਦੇ ਲੜਾਈ ਝਗੜੇ ਹੁੰਦੇ ਨਾ ਬਾਹਰ ਹਾਂ ਉਹ ਭੂਤ ਬ੍ਰੇਧ ਕਰਾਉਂਦੇ ਤੁਹਾਡੇ ਝਗੜੇ ਸਿਰ ਢੱਕ ਕੇ ਰੱਖੋ ਕਿ ਤੁਹਾਡੇ ਲੜਾਈ ਝਗੜੇ ਹੋਣਗੇ ਲਓ ਜੀ ਉਹ ਸਿਰ 'ਤੇ ਢੱਕ ਲਿਆ ਇਸ ਡਰ ਰਹੇ ਭੂਤ ਬ੍ਰੇਧ ਦੇ ਡਰੋਂ ਅਤੇ ਉਹ ਟੱਕ ਟੱਕਦੇ ਢੱਕਦੇ ਰੱਖਦੇ ਆ ਦਿੱਤੇ ਆ ਗਏ ਹੁਣ ਸਾਨੂੰ ਸੋਝੀ ਮਿਲ ਗਈ ਹੈਂ ਸੋ ਇਹ ਨਿੱਕੀਆਂ ਨਿੱਕੀਆਂ ਜਿਹੜੀਆਂ ਸਾਖੀਆਂ ਜਿਹਨਾਂ ਤੋਂ ਆਪਾਂ ਦੂਰ ਕਰ ਦਿੱਤਾ ਨਾ ਬੱਚਿਆਂ ਨੂੰ ਇਹੀ ਗੱਲ ਦੀ ਸਮਾਪਤੀ ਕਰ ਲੱਗਾ ਮੈਂ ਇਹੀ ਗੱਲ ਮੈਂ ਚਰਨਜੀਤ ਸਿੰਘ ਜੀ ਕੋਹਲੀ ਸਾਹਿਬ ਜਿਹੜਾ ਮੇਨ ਹੁੰਦਾ ਸੀ ਨਾ ਉਹਦੇ ਬੱਚਿਆਂ ਨੂੰ ਸੁਹਾਣੇ ਕਹਿ ਸੁਣਾਈ ਛੋਟੇ ਛੋਟੇ ਬੱਚੇ ਦੋਵੇਂ ਕੁੜੀਆਂ ਉਹਨਾਂ ਦੀਆਂ ਆਈਆਂ ਉਹ ਸੁਣਾ ਦਿੱਤੀ ਅੱਜ ਦਾ ਦਿਨ ਅਤੇ ਉਹ ਦਿਨ ਜਿੱਦਣ ਦੀ ਮੈਂ ਸਾਖੀ ਸੁਣਾਈ ਉਹ ਵੱਡੀਆਂ ਹੋ ਗਈਆਂ ਨੇ ਉਹ ਇੱਕ ਡਾਕਟਰ ਬਣ ਚੱਲੀ ਹੈ ਉਹਨੇ ਕਦੀ ਨੰਗੇ ਸਿਰ ਰੋਟੀ ਨਹੀਂ ਖਾਧੀ ਕਹਿੰਦੇ ਵੀ ਅੰਕਲ ਨੇ ਸਾਨੂੰ ਦੱਸਿਆ ਸੀ ਵੀ ਜੇ ਨੰਗੇ ਸਿਰ ਕੋਈ ਰੋਟੀ ਖਾਂਦਾ ਤਾਂ ਸਾਡੇ ਲਾਗੇ ਬਦਰੂਹਾਂ ਮਿੱਟੀਆਂ ਹੁੰਦੀਆਂ ਦੇਖੋ ਉਹ ਭਾਵੇਂ ਵੱਡੀ ਹੋ ਗਈ ਹੁਣ ਡਾਕਟਰ ਬਣ ਗਈ ਹੁਣ ਸਾਰੀ ਸੋਝੀ ਆ ਗਈ ਪਰ ਸਿਰ ਢੱਕਣ ਦੀ ਜਿਹੜੀ ਆਦਤ ਪੈ ਗਈ ਉਹ ਪੈ ਗਈ ਸੋ ਇਸੇ ਤਰ੍ਹਾਂ ਸਾਨੂੰ ਕਰੈਕਟਰ ਦੀਆਂ ਗੱਲਾਂ ਸਾਡੇ ਬੱਚਿਆਂ ਦੇ ਨਾਲ ਕਰਨੀਆਂ ਚਾਹੀਦੀਆਂ ਭਾਈ ਜੋਗਾ ਦੀ ਸਾਖੀ ਸੁਣਾਉਣੀ ਚਾਹੀਦੀ ਇੱਦਾਂ ਦੀਆਂ ਹੋਰ ਸਾਰੀਆਂ ਅੱਜ ਭਾਈ ਸਾਹਿਬ ਨੇ ਜਿਹੜੀ ਦੱਸੀ ਹੈ ਉਹ ਬੀਬੀ ਬਾਨੂ ਵਾਲੀ ਗੱਲ ਅਤੇ ਧੀਆਂ ਦੀ ਗੱਲ ਬੀਬੀ ਸੁੰਦਰੀ ਦੀ ਗੱਲ ਕਿਉਂ ਜੀ ਸੁੰਦਰੀ ਕਿਤਾਬ ਜੀ ਨੇ ਪੜ੍ਹ ਲਈ ਉਹ ਕਿੰਨੀ ਵਾਰੀ ਮੌਕਾ ਮਿਲਿਆ ਸੋ ਇਹ ਗੱਲਾਂ ਸਾਨੂੰ ਕਰਨੀਆਂ ਪੈਣੀਆਂ ਨਿੱਕੇ ਨਿੱਕੇ ਲੈਵਲ 'ਤੇ ਜਿਹੜੀ ਭੈਣ ਜੀ ਨੇ ਗੱਲ ਕਹੀ ਹੈ ਨਾ ਮੈਂ ਮੰਨਦਾ ਠੀਕ ਹੋਏਗੀ ਪਰ ਜਦੋਂ ਤੁਸੀਂ ਇਹ ਵੀ ਹੋ ਸਕਦਾ ਕੋਈ ਬਦਨਾਮੀ ਕਰਨ ਵਾਲਾ ਕਹਿ ਰਿਹਾ ਹੋਵੇ ਤੁਸੀਂ ਕੀ ਉਹਨਾਂ ਦੇ ਬੱਚਿਆਂ ਨੂੰ ਮਿਲੇ ਹੋ ਉਹਨਾਂ ਦੇ ਮਾਤਾ ਪਿਤਾ ਨੂੰ ਮਿਲੇ ਹੋ ਨਹੀਂ ਮਿਲੇ ਹਾਲੇ ਨਹੀਂ ਨਾ ਮਿਲੇ ਮਿਲਣਾ ਨਾ ਹਾਲੇ ਕਿਸੇ ਹੋਰ ਸਕੂਲ ਦੀ ਗੱਲ ਉਸ ਸਾਡੇ ਐਂਟੀ ਦੀ ਨਹੀਂ ਗੱਲ ਹੈਗੀ ਵਰਕਰ ਸਾਡਾ ਹੀ ਹੈ ਆ ਤਾਂ ਫਿਰ ਤੁਸੀਂ ਉਹ ਪਤਾ ਕਰੀਏ ਨਾ ਬੜਾ ਕਿਉਂ ਜੀ ਇਹ ਲਾਮਾ ਜਿਹੜਾ ਆਇਆ ਕਿੱਡਾ ਵੱਡਾ ਕਿਉਂ ਜੀ ਇਹ ਲਾਮਾ ਵਾ ਜਦ ਕਿ ਆਪਾਂ ਰੋਲਾ ਪਾਉਂਦੇ ਰਹਿੰਦੇ ਹਾਂ ਜਿਹੜਾ ਬੱਚਾ ਸਹਿ ਪੜ ਗਿਆ ਇਹ ਤਾਂ ਕਰੋੜਾਂ 'ਚੋਂ ਇੱਕ ਹੋਈ ਅਤੇ ਆਪਾਂ ਇਹ ਗੱਲ ਦਾ ਖਿਆਲ ਰੱਖਣਾ ਅਤੇ ਉਸਦੇ ਇੱਥੇ ਹੁਣ ਵੀ ਨੋਟ ਕਰਿਓ ਇਹ ਪੁਆਇੰਟ ਦੇ ਉੱਤੇ ਇੱਥੇ ਆਪ ਜਾ ਕੇ ਭਾਈ ਦਿਲਬਾਗ ਸਿੰਘ ਜੀ ਤੁਹਾਡਾ ਲੱਗਾ ਹੈ ਤੁਸੀਂ ਆਪ ਜਾ ਕਰੋ ਮੈਨੂੰ ਦੱਸੋ ਮੈਂ ਜਾਵਾਂਗਾ ਧੰਨਵਾਦ ਅਤੇ ਇੱਥੇ ਸੇਵਾ ਨਾਲ ਸਮਾਂ ਬੜੀ ਤੇਜ਼ੀ ਨਾਲ ਲੰਘ ਰਿਹਾ ਜੀ ਛੋਟੀਆਂ ਛੋਟੀਆਂ ਗੱਲਾਂ ਗੁਰਬਾਣੀ ਜਵਾਬ ਦਿੰਦੀ ਹੈ ਕਿ ਮਨ ਡਿੱਗਦਾ ਕਿਉਂ ਹੈ ਇਹ ਮਨ ਚੰਚਲ ਆ ਜੋ ਪਤਾਈ ਕਿੰਨੇ ਨਾ ਪਾਇਆ ਇਹ ਚੰਚਲ ਹੈ ਫਿਰ ਇਹ ਮਨ ਸ਼ੈਤਾਨ ਹੈ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੇ ਲੱਗਦਾ ਕਈ ਮੀਟਿੰਗ ਸ਼ੁਰੂ ਹੋ ਗਈਆਂ ਜੀ ਪਲੀਜ਼ ਸੰਦੀਪ ਸਿੰਘ ਜੀ ਇੱਧਰ ਫੋਨ ਲੱਗੇ
ਤਾਂ ਗੁਰਬਾਣੀ 'ਚ ਕਿਹਾ ਮਨ ਮੈਲਾ ਹੈ। ਹੁਣ ਸਮਾਂ ਘੱਟ ਕਰਕੇ ਪੰਕਤੀਆਂ ਨਾਲ ਗੁਰਬਾਣੀ 'ਚ ਹੈਗੀਆਂ ਨੇ, ਮਨ ਗੁਰਬਾਣੀ ਕਹਿੰਦੀ ਮਨ ਅੰਧਾ ਹੈ, ਇਹ ਮਨ ਅੰਧਾ ਕੁੱਤਾ ਘੜਿਆਰ। ਗੁਰਬਾਣੀ 'ਚ ਮਨ ਨੂੰ ਬਾਲਕ ਕਿਹਾ, ਜਿੱਦਾਂ ਬੱਚਾ ਦੌੜਾ ਫਿਰਦਾ ਮਨ ਦੌੜਾ ਫਿਰਦਾ, ਮਨ ਨੂੰ ਪੰਛੀ ਵੀ ਕਿਹਾ, ਜਿੱਦਾਂ ਪੰਛੀ ਉੱਡਿਆ ਫਿਰਦਾ ਮਨ ਵੀ ਉੱਡਿਆ ਫਿਰਦਾ। ਕਈ ਵਾਰੀ ਅਸੀਂ ਬੈਠੇ ਕਲਾਸ 'ਚ ਹੁੰਦੇ ਹਾਂ, ਮਨ ਕਿਤੇ ਹੋਰ ਹੁੰਦਾ, ਹੈ ਨਾ। ਮਨ ਨੂੰ ਸਿੱਖਿਆ ਵੀ ਦੇਖੋ ਗੁਰਬਾਣੀ ਨੇ ਵੀ ਮਨ ਨੂੰ ਕਿੱਦਾਂ ਸਮਝਾਇਆ, ਇਹ ਮਨ ਮੇਰੇ ਆ ਆਪਣਾ ਬਣਾ ਕੇ, ਤੂੰ ਸਦਾ ਰਹੋ ਹਰ ਨਾਲੇ। ਫਿਰ ਇਹ ਮਨ ਚੰਚਲਾ, ਚੰਚਲਾ ਵੀ ਕਿਹਾ, ਜਿੱਦਾਂ ਮਾਂ ਪਿਆਰ ਨਾ ਕਵੇ ਅਤੇ ਨਾ ਮੰਨੇ, ਥੋੜ੍ਹਾ ਪ੍ਰੈਸ਼ਰ ਨਾਲ ਕਹਿੰਦੀ ਹੈ, ਹੈ ਨਾ, ਅਤੇ ਮੰਨ ਜਾਏ। ਫਿਰ ਗੁਰਬਾਣੀ ਦੇ ਵਿੱਚ ਪਿਆਰਾ ਵੀ ਕਿਹਾ ਮਨ ਨੂੰ, ਇਹ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਇਹ ਕੁਟੰਬ ਤੁਝੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ। ਸੋ ਇਹ ਸਾਰਾ ਆਪਾਂ ਪੜ੍ਹਦੇ ਹਾਂ, ਸਾਹ ਤੇਰੇ ਚੱਲੇ ਨਾ ਹੀ ਕਿਸ ਨਾਲ ਕਿਉਂ ਚਿੱਤ ਲਾਈ ਹੈ। ਜਦੋਂ ਜਿਹੜੀ ਰਾਜਪਾਲ ਜੀ ਕਹਿੰਦੇ ਵੀ ਜਦੋਂ ਅਸੀਂ ਇਹਨੂੰ ਵਿਚਾਰਾਂਗੇ, ਇਹਨੂੰ ਅੰਡਰਸਟੈਂਡ ਕਰਾਂਗੇ, ਅਤੇ ਫਿਰ ਆਪਣਾ ਇਹ ਕੁਟੁੰਬ ਜਿਹੜੇ ਝੂਠੇ ਮੋਹ ਨੇ ਆਪੇ ਹੀ ਸਾਡਾ ਉਹਦੇ ਨਾਲੋਂ ਨੇਹ ਜਿਹੜਾ ਹੈਗਾ ਉਹ ਟੁੱਟੇਗਾ। ਸੋ ਮਨ ਜੀਤੈ ਜਗ ਜੀਤ। ਹੁਣ ਇਹ ਮਨ ਪੁਆੜੇ ਦੀ ਜੜ੍ਹ ਹੈ, ਜੇ ਇਹ ਕਾਬੂ 'ਚ ਆ ਗਿਆ ਤਾਂ ਬੰਦਾ ਤਾਂ ਨੇਕ ਤਾਂ ਸਫਲ ਇਨਸਾਨ ਬਣ ਗਿਆ, ਅਤੇ ਪਰਸਨੈਲਿਟੀ ਅਤੇ ਕਿਰਦਾਰ ਹੁੰਦਾ ਹੀ ਜਿਹੜਾ ਸਫਲ ਆ, ਜਿਹੜਾ ਨੇਕ ਹੈ। ਫਿਰ ਇਹ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਗੁਰਬਾਣੀ ਦੀਆਂ, ਸਮੇਂ ਨੂੰ ਘੱਟ ਕਰਕੇ ਮੈਂ ਅੱਗੇ ਵੱਧ ਰਿਹਾ ਤੇਜ਼ੀ ਨਾਲ। ਫਿਰ ਗੁਰੂ ਸਾਹਿਬ ਕਹਿੰਦੇ ਮਨ ਨਾਲ ਝਗੜਾ ਵੀ ਕਰਨਾ ਚਾਹੀਦਾ, ਵਾਹਿਗੁਰੂ ਜੀ, ਮਨ ਨਾਲ ਝਗੜਾ ਵੀ ਆਓ ਜੀ, ਗਿਆਨ ਨੂੰ ਝਗੜਾ ਵੀ ਕਰਨਾ ਚਾਹੀਦਾ ਜੀ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਤ ਹੁੰਦਾ ਕਿ ਸਾਹ ਜੀ, ਸੱਤ ਸੋਰੀ। ਹੁਣ ਮਨ ਕਹਿੰਦਾ ਵੀ ਇੱਧਰ ਜਾਣਾ, ਹੈ ਨਾ, ਇਹ ਬੜਾ ਲੁਭਾਉਣਾ ਜਿਹਾ ਵਾ, ਜਿਹੜੀ ਮੈਂ ਪਹਿਲਾਂ ਟੈਂਪਟੇਸ਼ਨ ਦੀ ਗੱਲ ਕੀਤੀ ਹੈ, ਹਾਂਜੀ, ਉੱਥੇ ਫਟਾਫਟ ਮਨ ਦੇ ਮਗਰ ਤੁਰ ਪੈਣਾ। ਕਿਉਂ ਨਾ ਅਸੀਂ ਮਨ ਨਾਲ ਝਗੜਾ ਕਰੀਏ, ਅੜੀਏ ਮਨ ਤੇ ਭਾਰੂ ਹੋ ਜਾਈਏ, ਹੈ ਨਾ, ਆਪਣੇ ਮਨ ਨੂੰ ਅੰਦਰੋਂ ਸਮਝਾਈਏ ਕਿ ਨਹੀਂ ਨਹੀਂ ਇੱਦਾਂ ਨਹੀਂ ਜਾਣਾ, ਆਪਾਂ ਕਿੰਨਾ ਕੁ ਜ਼ੋਰ ਆ ਮਨ 'ਚ। ਫਿਰ ਅਖੀਰ ਦੀ ਮੈਂ ਗੱਲ 'ਚ ਕੱਟ ਕੇ ਆਉਂਦਾ ਵੀ ਕਹਿੰਦਾ ਕੱਪੜੇ ਤੇ ਸ੍ਰੀਮਤੀ ਧੋ ਦਏਗੀ, ਮਨ ਤੇ ਆਪ ਹੀ ਧੋਣਾ ਪੈਣਾ, ਉਹ ਤਾਂ ਨਹੀਂ ਨਾ ਸ੍ਰੀਮਤੀ ਨੇ ਧੋ ਕੇ ਦੇਣਾ, ਹੈ ਨਾ। ਬੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾ ਵਹਿ ਕੇ ਰੰਗ। ਸੋ ਸਾਈਕਾਲੋਜੀ ਦੀ ਗੱਲ ਵੀ ਆਪਾਂ ਕਰ ਚੁੱਕੇ ਹਾਂ ਕਿ ਜੋ ਵੇਖਦੇ ਹਾਂ ਉਹੀ ਸੋਚਦੇ ਹਾਂ, ਜੋ ਸੋਚਦੇ ਹਾਂ ਉਹ ਡਿਜ਼ਾਇਰ ਬਣ ਜਾਂਦੀ ਹੈ, ਜਿਹੜੀ ਡਿਜ਼ਾਇਰ ਹੈ ਉਹ ਲੋੜ ਬਣ ਜਾਂਦੀ ਹੈ। ਸੀਰੀਅਲ ਦੀ ਗੱਲ ਵੀ ਕਰ ਰਹੇ ਹਾਂ ਵੀ ਇਹ ਸਾਨੂੰ ਕੀ ਦਿਖਾਉਂਦੇ ਨੇ, ਜਿਹਦੇ ਕਰਕੇ ਸਾਡੇ ਬੱਚੇ ਜਿਹੜੇ ਗਲਤ ਪਾਸੇ ਨੂੰ ਜਾਂਦੇ ਨੇ। ਇਹ ਤਾਂ ਹੋ ਗਿਆ ਆਚਰਨ ਦਾ ਇੱਕ ਪੱਖ, ਜਿਹੜਾ ਆਪਾਂ ਬੜਾ ਲੰਬਾ ਘੰਟਾ ਲਾ ਕੇ ਆਪਾਂ ਡਿਸਕਸ਼ਨ ਕੀਤੀ ਹੈ, ਅਤੇ ਇਹਦੇ 'ਚੋਂ ਬਚਣ ਦੇ ਤਰੀਕੇ ਵੀ ਗੁਰਬਾਣੀ ਵਿੱਚੋਂ ਹੀ ਲੱਭੇ ਨੇ। ਦੂਜੇ ਪੱਖ 'ਤੇ ਆਪਾਂ ਚੱਲੀਏ, ਉਹ ਕਿਹੜਾ ਹੈ? ਆ ਕੁਝ ਹੋਰ ਪੱਖ ਸਾਡੇ ਕਰੈਕਟਰ ਦੇ, ਅਸੀਂ ਪੜ੍ਹਦੇ ਹਾਂ ਹੱਕ ਹਲਾਲ ਦੀ ਕਮਾਈ, ਗੁਰਬਾਣੀ ਵੀ ਸਾਨੂੰ ਉਪਦੇਸ਼ ਦਿੰਦੀ ਹੈ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ। ਪਰ ਗੁਰਬਾਣੀ 'ਚ ਇਹ ਵੀ ਲਿਖਿਆ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਸਾਡੀਆਂ ਗੱਲਾਂ ਵਧੀਆ ਨੇ ਪਰ ਸਾਡੇ ਕਰੈਕਟਰ, ਸਾਡੇ ਕਿਰਦਾਰ ਉਹ ਬੁਰੇ ਹੋ ਜਾਂਦੇ ਨੇ। ਹੁਣ ਤੁਸੀਂ ਦੱਸੋ ਵੀ ਇੱਕ ਪਾਸੇ ਭਾਈ ਲਾਲੋ ਹੈ, ਇੱਕ ਪਾਸੇ ਮਲਕ ਭਾਗੋ ਹੈ। ਹੁਣ ਮਲਕ ਭਾਗੋ ਤਾਂ ਵੱਡਾ ਬੰਦਾ, ਜੇ ਕੋ ਨਾਂ ਰਖਾਏ ਕੇ ਜਸ ਕੀਰ ਜਗ ਲੇ ਆਪਾਂ ਪੜ੍ਹਦੇ ਹਾਂ ਨਾ, ਬਹੁਤ ਵੱਡਾ ਬੰਦਾ, ਬੜਾ ਅਮੀਰ ਬੰਦਾ, ਵੱਡੇ ਵੱਡੇ ਲੰਗਰ ਲਾਉਂਦਾ, ਅਤੇ ਮਲਕ ਭਾਗੋ ਭਾਈ ਲਾਲੋ ਉਹ ਰੁੱਖੀ ਰੋਟੀ ਖਾਂਦਾ, ਹਾਂਜੀ। ਅਤੇ ਹੁਣ ਤੁਸੀਂ ਦੱਸੋ ਕਿ ਕਿਰਦਾਰ ਕਿਹੜਾ ਵਾ, ਕੜਾ ਪੂੜੇ ਖਾਣ ਵਾਲੇ ਦਾ ਕਿ ਪਿਆਜ਼ ਨਾਲ ਆਲੂ ਨਾਲ ਲੂਣ ਨਾਲ ਰੋਟੀ ਖਾਣ ਵਾਲੇ ਦਾ, ਇੱਥੇ ਕਿਰਦਾਰ ਕਿਹੜਾ ਆ? ਭਾਈ ਲਾਲੋ ਦਾ, ਰੁੱਖੀ ਮਿੱਸੀ ਖਾਣ ਵਾਲੇ ਦਾ, ਕਿਉਂਕਿ ਭਾਣੇ 'ਚ ਵਿਚਰੇ ਆ, ਹੱਕ ਹਲਾਲ ਦੀ ਕਮਾਈ ਜਿੰਨੀ ਕਰ ਪਾਇਆ ਉਹਦੇ ਨਾਲ ਉਹਨੇ ਗੁਜ਼ਾਰਾ ਕੀਤਾ, ਮਤਲਬ ਕਿ ਇਹਦਾ ਹੱਕ ਨਹੀਂ ਖੋਇਆ। ਜੇ ਅਸੀਂ ਕੋਈ ਆਪਣੇ ਕੰਮ ਵਿੱਚ, ਕੋਈ ਆਪਣੇ ਪੈਸੇ ਵਿੱਚ, ਕੋਈ ਆਪਣੇ TA ਵਿੱਚ, ਕੋਈ ਆਪਣੇ ਕਿਲੋਮੀਟਰ ਦੇ ਵਿੱਚ ਵੀ ਜੇ ਅਸੀਂ ਕੋਈ ਫਰਕ ਪਾ ਲੈਂਦੇ ਹਾਂ, ਕੁਛ ਰਾਹ ਲੱਭ ਲੈਂਦੇ ਹਾਂ, ਤਾਂ ਫਿਰ ਕੀ ਇਹ ਭਾਈ ਲਾਲੋ ਦਾ ਰਾਹ ਨਹੀਂ, ਇਹ ਮਲਕ ਭਾਗੋ ਦਾ ਰਾਹ ਨਹੀਂ? ਮਤਲਬ ਇੱਕ ਸਾਰੇ ਚੰਗੇ ਹਾਂ, ਕਿਸੇ ਨੂੰ ਬਲੇਮ ਨਹੀਂ ਹੈਗਾ, ਇੱਕ ਪਰਪੱਕਤਾ ਦੀ ਗੱਲ ਆਪਾਂ ਕਰ ਰਹੇ ਹਾਂ। ਮੂਲ ਮੰਤਰ ਅਸੀਂ ਰੋਜ਼ ਪੜ੍ਹਦੇ ਹਾਂ, ਇਹਦੇ 'ਚ ਕੀ ਹੈ? ਨਿਰਭਉ ਅਤੇ ਨਿਰਵੈਰ ਦਾ ਸੰਕਲਪ ਹੈ। ਹੁਣ ਨਿਰਭਉ ਦਾ ਮਤਲਬ ਕੀ ਹੁੰਦਾ ਜੀ? ਡਰ ਨਹੀਂ, ਡਰ ਰਹਿਤ,
ਤਾਂ ਹੀ ਹੋਵਾਂਗੇ ਨਾ ਸਾਡੇ ਅੰਦਰ ਸੱਚ ਹੋਏਗਾ। ਜੇ ਗੁਰੂ ਨਾਨਕ ਸਾਹਿਬ ਦੇ ਅੰਦਰ ਸੱਚ ਸੀਗਾ ਤੇ ਤਾਂ ਹੀ ਬਾਬਰ ਨੂੰ ਜਾ ਕੇ ਕਹਿਤਾ ਨਾ ਬਾਬਰ ਤੂੰ ਜਾਬਰ ਹੈ, ਤਾਂ ਹੀ ਕਹਿਤਾ ਨਾ ਰਾਜੇ ਸੀ ਮੁਕਦਮ ਕੁੱਤੇ ਜੀ ਹੱਥ ਕਹਿੰਦੇ ਹੁੰਦੇ ਨਾ ਕਾਰ ਵੱਲ ਤੇ ਚਿੱਤ ਵਾਹਿਗੁਰੂ ਵੱਲ। ਸੋ ਪਾਣੀ ਪੀਂਦੇ ਆ, ਪਾਣੀ 'ਚ ਗਵਾਚਣਾ ਨਹੀਂ ਆਪਾਂ, ਫਿਰ ਮੇਰੀ ਗੱਲ ਗਵਾਚ ਜਾਏਗੀ ਜੇ ਮੈਂ ਬ੍ਰੇਕ ਕਰਾਂਗਾ ਫਿਰ ਪਿਛਲਾ ਸਿਸਟਮ ਸਾਰਾ ਜਾਏਗਾ, ਹੈ ਨਾ। ਸੋ ਇਹ ਵੀ ਸਕਿੱਲਸ ਨੇ ਸਾਡੀਆਂ ਆਪਣੇ ਵੀਰ ਜੀ ਮੇਰੇ ਵੱਲ ਮੂੰਹ, ਇਹ ਤਾਂ ਬੱਚਿਆਂ ਨੂੰ ਕਹਿੰਦਾ ਹੁੰਦਾ ਨਾ ਮੇਰੇ ਵੱਲ ਮੂੰਹ, ਵੱਡਿਆਂ ਨੂੰ ਨਹੀਂ ਕਹਿਣਾ ਪੈਣਾ ਚਾਹੀਦਾ। ਹਾਂਜੀ ਮੈਂ ਗੱਲ ਕਰ ਰਿਹਾ ਸੀਗਾ ਵੀ ਤਾਂ ਹੀ ਬਾਬਰ, ਤਾਂ ਹੀ ਗੁਰੂ ਸਾਹਿਬ 'ਚ ਜੁੜਤ ਆਈ ਨਾ। ਭਾਈ ਸਾਹਿਬ ਜੀ ਸੈਕਿੰਡ ਟਾਈਮ ਨਾ ਕਰੋ ਗੱਲਾਂ ਕਰਨ 'ਚ, ਜਾਂ ਕੋਈ ਅੱਡ ਹੋ ਜਾਓ ਜਾਂ ਗੱਲਾਂ ਨਾ ਕਰੋ, ਨਹੀਂ ਪਲੀਜ਼ ਉਠਾ ਟਾਈਮ ਨਹੀਂ, ਮੈਨੂੰ ਕਹਿਣ ਦਾ ਮੌਕਾ ਮਿਲਣਾ ਚਾਹੀਦਾ, ਹੈ ਨਾ। ਮਾਫ਼ੀ ਮਾਫ਼ੀ ਨਾਲੇ ਨਿਰਵੈਰ ਇੱਥੇ ਤੁਹਾਨੂੰ ਠੀਕ ਕਰ ਦਿਓ ਜੇ ਮੈਂ ਗਲਤ ਹੋਵਾਂ। ਜਹਾਂਗੀਰ ਨੇ ਉਹਦੀ ਆਪਣੀ ਨੀਤੀ ਵੀ ਸੀ, ਉਹਦੀ ਪਾਲਿਸੀ ਵੀ ਸੀ, ਉਹਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਅਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਵੀ ਕੀਤਾ ਅਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਬਾਅਦ 'ਚ ਦੋਸਤੀ ਪਾਈ। ਵੈਰ ਨੇ ਵੈਰ ਤਾਂ ਰੱਖਣਾ ਹੀ ਨਹੀਂ। ਇਹ ਵੀ ਦੇਖੋ ਕਿਰਦਾਰ ਆ ਇੱਕ। ਹਾਂਜੀ ਅਸੀਂ ਉਹ ਰੋਜ਼ ਅਰਦਾਸ ਕਰਦੇ ਹਾਂ ਦੇਖ ਕੇ ਅਨਡਿੱਠ ਕੀਤਾ, ਅਨਡਿੱਠ ਕਰਦੇ ਕਿੱਥੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਧ ਦਾ ਭਲਾ, ਹੁਣ ਕੜਾ ਪ੍ਰਸ਼ਾਦ ਦੀ ਦੇਗ ਮਿਲਣੀ ਹੈ, ਪਤਾ ਹੀ ਨਹੀਂ ਉਹ ਕਿਹਨੂੰ ਕਹਿ ਗਿਆ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਧਿਆਨ ਹੀ ਨਹੀਂ ਉੱਥੇ। ਗੁਰੂ ਅਮਰਦਾਸ ਜੀ ਦੇ ਦਾਤੂ ਲੱਤ ਮਾਰਦਾ ਅਤੇ ਗੁਰੂ ਅਮਰਦਾਸ ਜੀ ਉਹਦੇ ਪੈਰ ਘੁੱਟਣ ਲੱਗ ਪੈਂਦੇ ਆ, ਕਹਿੰਦੇ ਬੁੱਢੇ ਦੀਆਂ ਹੱਡੀਆਂ ਸਖਤਾਂ ਤੇਰੇ ਕੋਮਲ ਪੈਰਾਂ ਨੂੰ ਦਰਦ ਨਹੀਂ ਲਿਆ, ਘੁੱਟਦੇ ਆ ਲੱਤ ਪਵੇ ਤਾਂ ਪੈਰ ਫੜ ਲਓ। ਅਸੀਂ ਕਦੀ ਅਮਰੀਕਾ 'ਚ ਲੜਦੇ ਹਾਂ, ਕਦੀ ਯੂਰਪ 'ਚ ਲੜਦੇ ਹਾਂ, ਕਦੀ ਪੰਜਾਬ 'ਚ ਲੜਦੇ ਹਾਂ, ਕਦੀ ਇੰਡੀਆ 'ਚ ਲੜਦੇ ਹਾਂ, ਅਸੀਂ ਪੱਗਾਂ ਲਾਉਂਦੇ ਹਾਂ। ਜਦੋਂ ਗੁਰੂ ਅਮਰਦਾਸ ਦੇ ਲੱਤ ਵੱਜੀ ਸੀ ਦੱਸੋ ਕਿ ਪੱਗ ਲੱਥੀ ਸੀ, ਗੁਰੂ ਜੀ ਕਹਿੰਦੇ ਮੇਰੇ ਬੈਠੋ ਸਫ਼ਾ ਵਸਾਈ ਦੀ, ਫਿਰ ਗੱਲ ਉਹੀ ਆ ਗਈ ਪੜ੍ਹੀਏ ਅਤੇ ਵਿਚਾਰੀਏ, ਸਫ਼ਾ ਵਸਾ ਕੇ ਬਹਿਣਾ ਹੀ ਨਹੀਂ, ਪ੍ਰਸ਼ਟ ਛੱਡਣੀ ਨਹੀਂ, ਈਗੋ ਛੱਡਣੀ ਨਹੀਂ, ਆਪਣੀਆਂ ਪੱਗਾਂ ਲਾਈ ਜਾਣੀ, ਇਹ ਕਿਹੜਾ ਕਿਰਦਾਰ ਹੈ। ਇਹ ਵੀ ਗੱਲਾਂ ਦੇ ਕਿਰਦਾਰ 'ਚ ਆਉਂਦੀਆਂ ਨੇ, ਇਕੱਲਾ ਉਹੀ ਤਾਂ ਨਹੀਂ ਆਉਂਦਾ। ਡਾਕਟਰ ਮਨਮੋਹਨ ਸਿੰਘ ਦਾ ਕਿਰਦਾਰ ਦੇਖੋ, ਕਮਾਲ ਹੈ ਵੈਸੇ ਕਮਾਲ ਭਾਈ। ਸਾਰਾ ਦਫ਼ਤਰ ਐਗਜ਼ਾਮਪਲ ਦੇਣ ਲੱਗਾ, ਸਿਰਫ ਐਗਜ਼ਾਮਪਲ, ਇਹਨੂੰ ਐਗਜ਼ਾਮਪਲ ਲਿਓ, ਸਾਰਾ ਇੱਕ ਦਫ਼ਤਰ ਭ੍ਰਿਸ਼ਟ ਹੋ ਗਿਆ। ਹਰ ਬੰਦਾ ਭ੍ਰਿਸ਼ਟਾਚਾਰੀ ਹੈ, ਉਸ ਦਫ਼ਤਰ ਦਾ ਜਿਹੜਾ ਮੁਖੀਆ ਉਹਦੇ ਉਂਗਲ ਨਾ ਕਰੇ, ਮਤਲਬ ਕੋਈ ਚੀਚੀ ਨਾ ਕਰੇ। ਪੋਲੀਟਿਕਸ ਵਿੱਚ ਬੰਦੇ ਉਹ ਵੈਰੀ ਅਵੇਅਰ ਹੁੰਦੇ ਨੇ, ਕਿਸੇ ਦਾ ਪੁੱਤ ਮਾੜਾ ਨਿਕਲ ਆਵੇ ਤਾਂ ਬੰਦਾ ਨਾਲ ਹੀ ਲਪੇਟ ਦਿੰਦੇ ਨੇ, ਕਿਸੇ ਦਾ ਪੀਏ ਮਾੜਾ ਨਿਕਲ ਆਵੇ ਬੰਦਾ ਨਾਲ ਹੀ ਲਪੇਟ ਦਿੰਦੇ ਨੇ। ਇਹੋ ਜਿਹਾ ਬੰਦਾ ਸਾਰਾ ਦਫ਼ਤਰ ਉਹਦਾ ਭ੍ਰਿਸ਼ਟ, ਸਾਰਿਆਂ ਦੇ ਬਲੇਮ ਉਹਦੇ ਬਾਵਜੂਦ ਕਿਸੇ ਓਪੋਜੀਸ਼ਨ ਨੇ ਅੱਜ ਤੱਕ ਵੀ ਡਾਕਟਰ ਮਨਮੋਹਨ ਸਿੰਘ ਵੱਲ ਚੀਚੀ ਨਹੀਂ ਕੀਤੀ, ਇਹਨੇ ਕੋਈ ਬੇਈਮਾਨੀ ਨਹੀਂ ਕੀਤੀ ਹੈ, ਇਹਨੇ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ, ਇਹਨੇ ਕੋਈ ਘਬਲਾ ਕੀਤਾ, ਇਹਨੇ ਕੋਈ ਕੋਲਾ ਖਾਧਾ, ਇਹਨੇ ਕੋਈ ਟੂਲ ਦੀ ਘਾਲੇ 'ਚ ਕੋਈ ਖਾ ਲਿਆ, ਕੀਤੀ ਮੈਂ ਕਿਸੇ ਨੇ ਚਿੱਕੜ ਦੇ ਵਿੱਚ ਰਹਿ ਕੇ ਵੀ ਕਿਸੇ ਨੇ ਨੀ ਕਿਹਾ ਵੀ ਚਿੱਕੜ ਦੇ ਵਿੱਚ ਖੜਾ ਤੂੰ ਵੀ ਬੜੀ ਝੂਠੇ ਕਹਿ ਦਿੰਦੇ ਨੇ ਰੌਲਾ ਪੈ ਜੂ, ਨਹੀਂ ਕਿਹਾ ਕਿਸੇ ਨੇ। ਇਹ ਕਿਰਦਾਰ ਸਾਡਾ ਬਣਨਾ ਚਾਹੀਦਾ। ਹੁਣ ਹੋਰ ਅੱਗੇ ਦੇਖੋ, ਡਾਕਟਰ ਬ੍ਰਿਜਪਾਲ ਸਿੰਘ ਜਾਣਦੇ ਹੋ ਜੀ, ਇਹਨਾਂ ਨੂੰ ਇਸ ਕਿਰਦਾਰ ਨੂੰ ਜਾਣਦੇ ਹੋ, ਪਟਿਆਲੇ ਰਹਿੰਦਾ ਹੈ। ਇਹ ਮਨਸੂਰੀ 'ਚ ਜਿਹੜੇ ਲੋਕ IAS ਵੀ ਸਿਲੈਕਟ ਹੋ ਜਾਂਦੇ ਹੁੰਦੇ ਸੀ, ਇਹ ਉੱਥੇ ਟ੍ਰੇਨਿੰਗ ਸੈਂਟਰ ਹੈ, ਉੱਥੇ ਉਹਨਾਂ ਨੂੰ ਟ੍ਰੇਨਿੰਗ ਦਿੰਦਾ ਸੀਗਾ, ਜਿਹੜੇ IAS ਅਭਿਸ਼ੇਕ ਬਣ ਕੇ ਆਉਂਦੇ ਨੇ ਉਹਨਾਂ ਨੂੰ ਟ੍ਰੇਨਿੰਗ। ਜਦੋਂ ਉਹਨਾਂ ਨੂੰ ਜਦੋਂ ਰਿਟਾਇਰ ਹੋ ਗਿਆ ਤੇ ਇਹਨਾਂ ਨੇ ਆਪਣੀ ਅਕੈਡਮੀ ਖੋਲ੍ਹ ਲਈ ਕਿ ਜਿੱਥੇ IAS ਜਿਹੜੇ ਕਰਨਾ ਚਾਹੁੰਦੇ ਨੇ ਸਿੱਖ ਬੱਚੇ, ਤਾਂ ਕਿ ਸਾਡਾ ਸਿੱਖੀ ਕਿਰਦਾਰ ਪੜ੍ਹਿਆ ਲਿਖਿਆ ਇੰਟੈਲੈਕਚੁਅਲ ਅੱਗੇ ਜਾਵੇ, ਉਹਨਾਂ ਨੂੰ ਇਹ ਟ੍ਰੇਨਿੰਗ ਦਿੰਦੇ ਰਹੇ ਨੇ। ਹੁਣ ਇਹ ਪਟਿਆਲੇ 'ਚ ਰਹਿੰਦੇ ਨੇ, ਬਹੁਤ ਬਿਰਧ ਨੇ, ਫਿਰ ਵੀ ਇਹ ਥਾਂ ਥਾਂ 'ਤੇ ਲੈਕਚਰ ਕਰਨ ਜਾਂਦੇ ਨੇ, ਫਿਰ ਵੀ ਇਹ ਪੈਸਾ ਇਕੱਠਾ ਕਰਕੇ ਗਰੀਬ ਬੱਚਿਆਂ ਦੀਆਂ ਫੀਸਾਂ ਭਰਦੇ। ਹੁਣ ਇਹ ਵੀ ਇੱਕ ਕਿਰਦਾਰ ਹੈ ਸਾਡੇ ਸਾਹਮਣੇ, ਇਹਨੂੰ ਵੀ ਕਿਰਦਾਰ ਕਹਿੰਦੇ ਨੇ। ਡਾਕਟਰ ਜਸਵੰਤ ਸਿੰਘ ਨੇਕੀ ਹੋਣ ਸਕੈਟਰਿਸਟ, PGI ਦੇ ਡਾਇਰੈਕਟਰ ਰਹੇ ਹੋਣ ਅਤੇ ਉਹਦੇ ਬਾਵਜੂਦ ਸਿੱਖ ਧਰਮ 'ਤੇ ਕਿੰਨੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ। ਇੱਕ ਸਮਰਪਣ ਹੈ ਨਾ, ਇਹ ਵੀ ਤਾਂ ਇੱਕ ਕਿਰਦਾਰ ਹੈ ਨਾ। ਫਿਰ ਜਿਹੜਾ ਭਾਈ ਵੀਰ ਸਿੰਘ ਦਾ ਸਾਹਿਤ ਸਦਨ, ਉਹਦੇ ਮੁਖੀਆਂ ਵਿੱਚੋਂ ਨੇ, ਹੁਣ ਚਲੋ ਦੁਨੀਆਂ 'ਤੇ ਨਹੀਂ ਚੜ੍ਹਾਈ ਕਰ ਗਏ। ਭਗਵੰਤ ਸਿੰਘ ਦਿਲਾਵਰੀ ਇੱਕ ਹੁੰਦਾ IAS,
ਜਦੋਂ ਪੇਪਰ ਦੇ ਕੇ ਬੰਦਾ ਸਿਲੈਕਟ ਹੁੰਦਾ ਨਾ ਤੇ ਜਦੋਂ ਇੰਟਰਵਿਊ ਹੀ ਜਾਂਦਾ ਤੇ ਕਈ ਵਾਰੀ ਆਈ ਪੀ ਐਸ ਤੇ ਆ ਜਾਂਦਾ, ਥੋੜਾ ਥੱਲੇ ਆ ਜਾਂਦਾ ਇੰਡੀਅਨ ਪੁਲਿਸ ਸਰਵਿਸ, ਆਈ ਐਸ ਇੰਡੀਅਨ ਐਡਮਿਨਿਸਟ੍ਰੇਸ਼ਨ ਸਰਵਿਸ, ਤੇ ਕਈ ਵਾਰੀ ਜਿੱਦਾਂ ਕਹਿੰਦਾ ਨੰਬਰ ਜ਼ਿਆਦਾ ਆ ਗਏ ਨੈਟ ਤੋਂ ਤੇ ਉਹਨੂੰ ਜ਼ਿਆਦਾ ਮਿਲ ਗਈ, ਹੈ ਨਾ। ਇਹ ਆਈ ਐਫ ਐਸ ਆਈ ਐਸ ਤੋਂ ਉੱਪਰ ਦਾ ਉਸ ਤੋਂ ਵੀ ਆਉਂਦਾ ਕਿ ਆਈ ਐਸ ਨੂੰ ਥਿੰਕ ਟੈਂਕ ਕਹਿੰਦੇ ਨੇ, ਕਿ ਸਰਕਾਰਾਂ ਨੂੰ ਦੇਸ਼ ਨੂੰ ਇਹ ਦਿੰਦੇ ਨੇ, ਸਰਕਾਰਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਨੇ, ਸਾਰਾ ਦਫ਼ਤਰ ਸਾਰਾ ਐਡਮਿਨਿਸਟ੍ਰੇਸ਼ਨ ਇਹ ਚਲਾਉਂਦੇ ਨੇ। ਆਈ ਏ ਐਸ ਆਈ ਏ ਐਸ ਤੋਂ ਵੀ ਉੱਪਰ ਦਾ ਰੁਤਬਾ ਇਹਨਾਂ ਦੇ ਕੋਲ ਆਈ ਐਫ ਐਸ, ਬਾਹਰ ਦੇ ਦੇਸ਼ਾਂ ਦੇ ਵਿੱਚ ਅੰਬੈਸਡਰ ਬਣ ਕੇ ਇਹ ਲੱਗਦੇ ਰਹੇ ਨੇ। ਇਹਨਾਂ ਨੇ ਦੇਖੋ ਐਡਾ ਵੱਡਾ ਰੁਤਬਾ, ਐਡੀਆਂ ਵੱਡੀਆਂ ਨੌਕਰੀਆਂ, ਇਹਨਾਂ ਦਾ ਸਮਰਪਣ ਕਿੱਥੇ ਹੈ? ਉਧਰੋਂ ਵਿਹਲੇ ਹੋਏ, ਨਾਗਪੁਰ ਦੇ ਕੋਲ ਅਮਰਾਵਤੀ ਇੱਕ ਜਗ੍ਹਾ ਵਾ, ਭਾਵੇਂ ਜਾ ਕੇ ਦੇਖ ਆਇਓ, ਉੱਥੇ ਇਹਨੇ ਇੱਕ ਆਸ਼ਰਮ ਖੋਲਿਆ, ਜਿੰਨੇ ਕੋਹੜੀ ਨੇ, ਅਸੀਂ ਤਾਂ ਕੋਹੜੀ ਨੂੰ ਦੇਖ ਕੇ ਨੱਕ ਬੰਦ ਕਰ ਲੈਂਦੇ ਹਾਂ, ਕਿਉਂਕਿ ਜਿਹੜੇ ਜਾੜਾ ਪੜ ਗਏ ਹੈ ਨਾ ਅਸੀਂ, ਸਾਨੂੰ ਨਫ਼ਰਤ ਆਉਂਦੀ ਹੈ, ਵੋਮਟਿੰਗ ਹੁੰਦੀ ਹੈ, ਜਿੰਨੇ ਕੋਹੜੀ ਨੇ ਸਾਰਿਆਂ ਨੂੰ ਉੱਥੇ ਇਹ ਪਾਲਦੇ ਨੇ। ਹੁਣ ਮੈਨੂੰ ਮਾਫ਼ੀ, ਮੈਨੂੰ ਲੇਟੈਸਟ ਨਹੀਂ ਪਤਾ, ਸੰਪਰਕ ਟੁੱਟਿਆ ਹੋਇਆ, ਮੈਂ ਦਰਸ਼ਨ ਕੀਤੇ ਨੇ ਇਹਨਾਂ ਦੇ ਹੈਦਰਾਬਾਦ 'ਚ, ਹੁਣ ਸੰਪਰਕ ਟੁੱਟਿਆ, ਮੈਨੂੰ ਪਤਾ ਨਹੀਂ ਇਹ ਜਿੰਦਾ ਕਿ ਨਹੀਂ, ਮਾਫ਼ੀ ਜਿੰਦਾ ਨੇ ਅਜੇ, ਵਾਹਿਗੁਰੂ ਇਹਨਾਂ ਦੀ ਲੰਬੀ ਉਮਰ ਕਰੇ। ਮਤਲਬ ਆਹ ਵੀ ਇੱਕ ਕਿਰਦਾਰ ਹੈ ਸਾਡੇ ਸਾਹਮਣੇ। ਹੁਣ ਇੱਕ ਪਾਸੇ ਆਹ ਕਿਰਦਾਰ, ਇੱਕ ਪਾਸੇ ਜੀ ਉੱਦਾਂ ਹੀ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਫਿਸਲ ਗਏ, ਬਹੁਤ ਸਾਰੀਆਂ ਗੱਲਾਂ ਅਸੀਂ ਅਣਜਾਣਪਣ 'ਚ ਵੀ ਉਹ ਕਰ ਜਾਂਦੇ। ਇੱਕ ਬੰਦਾ ਹੁੰਦਾ ਸੀ ਸਾਡੇ ਕੋਲ, ਪੁਰਾਣੀ ਗੱਲ ਹੈ, ਉਹਨੂੰ ਜਦੋਂ ਉਹਨੇ ਪਾਠ ਕਰਾਉਣ ਜਾਣਾ, ਜਿੰਨੇ ਉਹਨਾਂ ਕੋਲ ਸਕੂਲਾਂ ਦੇ ਟੀਚਰ ਸੀ, ਉਹਨੇ ਰੋਜ਼ ਸਵੇਰੇ ਉੱਠ ਕੇ ਲਿਖਣਾ ਜੀ ਮੈਡਮ ਗੁੱਡ ਮਾਰਨਿੰਗ, ਮੈਡਮ ਸਰ ਗੁੱਡ, ਮੈਡਮ ਗੁੱਡ ਮਾਰਨਿੰਗ, ਜਿੰਨੀਆਂ ਮੈਡਮਾਂ ਸੀ ਸਭ ਉਹਨਾਂ ਨੂੰ ਸਵੇਰੇ ਉੱਠ ਕੇ ਮੈਸੇਜ ਗੁੱਡ ਮਾਰਨਿੰਗ ਦਾ, ਗੁੱਡ ਮਾਰਨਿੰਗ ਦਾ ਮੈਸੇਜ ਲੱਗਦਾ ਤੁਹਾਨੂੰ ਵੀ ਪਾਉਣਾ ਜੀ, ਗੱਲਾਂ ਛੋਟੀਆਂ ਛੋਟੀਆਂ ਨੇ, ਇਹਨਾਂ ਗੱਲਾਂ ਨਾਲ ਸਾਡੇ ਕਈ ਵਾਰੀ ਕਿਰਦਾਰ ਡਾਊਨ ਹੋ ਜਾਂਦਾ। ਸੋ ਇਹ ਨਿੱਕੀਆਂ ਗੱਲਾਂ ਵੱਡੀਆਂ ਗੱਲਾਂ, ਅਸੀਂ ਇੱਥੇ ਪਹੁੰਚਣਾ ਵਾ, ਆਹ ਡਿਵੈਲਪਮੈਂਟ ਆਉਣੀ ਹੈ, ਅਸੀਂ ਕਈ ਵਾਰ ਥੱਲੇ ਗਵਾ ਜਾਂਦੇ ਹਾਂ। ਜਨਰਲ ਹਰਬਖਸ਼ ਸਿੰਘ ਜੀ ਨਾ ਨਾਂ ਸੀ ਇਹਦੀ, ਟਾਈਮ ਬਹੁਤ ਥੋੜ੍ਹਾ ਸੀਗਾ, ਮੈਂ ਫੋਟੋ ਨਹੀਂ ਲੱਭ ਪਾਇਆ, ਜਦੋਂ ਜੰਗ ਹੋਈ 1965 ਦੀ, ਕਹਿੰਦੇ ਪਾਕਿਸਤਾਨ ਵੱਲੋਂ ਸੁਨੇਹਾ ਆ ਗਿਆ ਉਹਨਾਂ ਨੇ ਦਿੱਤਾ, ਭਾਈ ਅਸੀਂ ਜਿੱਤ ਰਹੇ ਹਾਂ ਤੁਸੀਂ ਹਾਰ ਰਹੇ ਹੋ, ਅਤੇ ਆਪਣਾ ਵੀ ਬੰਦੇ ਲਵਾਓ ਕੇ ਇਹਨੇ ਆਪਣੀਆਂ ਫੌਜਾਂ ਵਾਪਸ ਬਿਆਸ 'ਤੇ ਲੈ ਲਓ। ਇਹਨਾਂ ਨੇ ਕੀ ਕਿਹਾ ਸੀ, ਕਹਿੰਦਾ ਇਹ ਨਹੀਂ ਹੋ ਸਕਦਾ ਕਿ ਦਰਬਾਰ ਸਾਹਿਬ ਪਾਕਿਸਤਾਨ ਨੇ ਹੱਥਾ, ਮੈਂ ਨਹੀਂ ਇੱਦਾਂ ਕਰ ਕਹਿੰਦਾ, ਨਹੀਂ ਲਿਆ, ਨਹੀਂ ਫੌਜਾਂ ਲੈ ਦਿੱਤੀਆਂ ਨੇ ਆਪਣੀਆਂ, ਅਤੇ ਦੇਖ ਲਓ ਉਹ ਨਹੀਂ ਅੱਗੇ ਵੱਧ ਸਕਦਾ। ਗੱਲ ਤਾਂ ਇੱਕ ਕਮਿਟਮੈਂਟ ਦੀ ਆ, ਇੱਕ ਸਮਰਪਣ ਦੀ ਆ, ਇੱਕ ਭਾਵਨਾ ਦੀ ਆ, ਇੱਕ ਲਗਨ ਦੀ ਆ, ਹੈ ਨਾ, ਸੀਨੇ ਖਿੱਚ ਜਿਹਨਾਂ ਨੇ ਖਾਧੀ ਉਹ ਕੱਲ੍ਹ ਆਰਾਮ ਨਹੀਂ ਦਿੰਦੀ। ਜੇ ਤਾਂ ਮੇਰੇ ਵਾਲੀ ਦਾ ਟਾਈਮ ਦਿੱਤੀ ਜਾਂਦੇ ਨੇ, ਅੱਜ ਮੈਂ ਕੰਮ ਜ਼ਿਆਦਾ ਕਰ ਲਿਆ, ਕੱਲ੍ਹ ਘੱਟ ਕਰਾਂਗਾ, ਅੱਜ ਮੈਂ ਸੰਡੇ ਲਾ ਲਿਆ, ਕੰਮ ਠੀਕ ਹੈਗਾ, ਮੇਰੇ ਵਰਗੇ ਬੰਦੇ ਇੱਥੇ ਦੋਤੀ ਜਾਂਦੇ ਨੇ, ਅਤੇ ਜਿਹਨਾਂ ਦੇ ਅੰਦਰ ਖਿੱਚ ਪੈਦਾ ਹੋ ਗਈ ਉਹਨਾਂ ਨੂੰ ਨੀਂਦ ਨਹੀਂ ਹੁੰਦੀ, ਉਹ ਤਾਂ ਦਿਨ ਨਹੀਂ ਪੈਂਦੇ, ਰਾਤ ਨਹੀਂ ਪੈਂਦੇ। ਇਹ ਵੀ ਇੱਕ ਕਿਰਦਾਰ ਹੈ। ਏਅਰ ਚੀਫ ਮਾਰਸ਼ਲ ਅਰਜਨ ਸਿੰਘ ਕਿੰਨੀ ਸਾਫ਼ ਸੁਥਰੀ ਸ਼ਖਸੀਅਤ, ਕਿੰਨੇ ਏਅਰ ਚੀਫ ਮਾਰਸ਼ਲ ਬਣੇ ਹੋਣਗੇ, ਪਰ ਜਿੰਨਾ ਇਸ ਕਿਰਦਾਰ ਦਾ ਨਾਂ ਪ੍ਰਚਲਿਤ ਹੋਇਆ ਸਾਡੇ ਸਾਹਮਣੇ ਹੈ, ਇੱਥੋਂ ਦੀ ਨਾ ਲੰਘਿਆ ਕਰੋ ਜੀ, ਥੋੜ੍ਹਾ ਜਿਹਾ ਨੀਵਾਂ ਜਿਹਾ ਹੋ ਕੇ ਨਾ ਦਿਲ ਜਾਂਦਾ ਸਾਰਾ। ਗਿਆਨੀ, ਹਾਂ ਇੱਕ ਕਿਰਦਾਰ ਮੈਂ ਤੁਹਾਡੇ ਅੱਗੇ ਰੱਖਣ ਲੱਗਿਆ, ਲਾਗੇ ਰਹਿਣ ਵਾਲੇ ਨਹੀਂ ਜਾਣਦੇ, ਸੰਦੀਪ ਕੌਰ ਜੀ ਕਿੱਥੇ ਹੈ, ਆਈ ਨਹੀਂ, ਅੱਛਾ ਛੋਟੀ ਹੈ ਨਾ, ਦਿੱਖੀ ਨਹੀਂ ਮੈਨੂੰ ਵੀ। ਗਿਆਨੀ ਨਾਰਾਇਣ ਸਿੰਘ ਤੁਹਾਡੇ ਪਿੰਡ ਦੇ ਨੇ, ਤੁਸੀਂ ਨਹੀਂ ਜਾਣਦੇ ਪਤਾ ਮੈਨੂੰ, ਪਰ ਹੁਣ ਦੁਨੀਆਂ ਤਾਂ ਨਹੀਂ ਹੈ ਤਾਂ ਕਰਕੇ ਨਹੀਂ ਜਾਣਦੇ, ਤੁਸੀਂ ਤਾਂ ਵੱਡੇ। ਇਹਨਾਂ ਦਾ ਪਿੰਡ ਹੈਗਾ ਬੂਟਾ ਸਿੰਘ, ਸਨੌੜ ਦੇ ਨਾਲ ਹੀ, ਬੂਟਾ ਸਿੰਘ ਦਾ ਬੂਟਾ ਸਿੰਘ ਵਾਲਾ ਕਾਲੀ ਕਾਲੀ ਸਕੋਲ ਰਹਿ ਗਿਆ ਹੋਣਾ। ਇਹ ਹੁਣ ਮੈਂ ਕਿਹੜੇ ਕਿਰਦਾਰ 'ਤੇ ਆਉਣ ਲੱਗਾ, ਆਹ ਵੀ ਸੁਣ ਲਓ। ਅਸੀਂ ਤਾਂ ਤਨਖਾਹ ਲੈਂਦੇ ਹਾਂ ਜੀ, ਸਾਡੀ ਕਾਹਦੀ ਸੇਵਾ, ਹੈ ਨਾ, ਇਹ ਤਾਂ ਰੋਟੀਆਂ ਖਾਣ ਲਈ ਆਏ ਹਾਂ ਜੀ, ਸਾਡੀ ਕਾਹਦੀ ਸੇਵਾ, ਹੁਣ ਮੈਂ ਇਸ ਕਿਰਦਾਰ 'ਤੇ ਆਉਣ ਲੱਗਾ। ਇਹ ਗਿਆਨੀ ਨਾਰਾਇਣ ਸਿੰਘ, ਇਹ ਨਨਕਾਣਾ ਸਾਹਿਬ ਦੇ ਮੈਨੇਜਰ ਸੀ ਪਾਕਿਸਤਾਨ 'ਚ, ਗੁਰਦੁਆਰਾ ਨਨਕਾਣਾ ਸਾਹਿਬ ਦੇ ਮੈਨੇਜਰ ਸੀ, ਅਤੇ ਨਨਕਾਣਾ ਸਾਹਿਬ ਕਿਹਦੇ ਅੰਡਰ ਹੈ, ਸ਼੍ਰੋਮਣੀ ਕਮੇਟੀ ਦੇ ਅੰਡਰ ਸੀ। ਇਹ ਤਨਖਾਹ ਕਿੱਥੋਂ ਲੈਂਦੇ ਸੀ, ਸ਼੍ਰੋਮਣੀ ਕਮੇਟੀ ਵੱਲੋਂ, ਇਹ ਸ਼੍ਰੋਮਣੀ ਕਮੇਟੀ ਦਾ ਪੈਸਾ, ਇਹ ਤਾਂ ਸੰਬੰਧ ਨਹੀਂ, ਜੇ ਉੱਪਲ ਜੀ ਦਾ ਪੈਸਾ ਤਾਂ ਸੰਬੰਧ ਹੈ, ਇਹ ਤਾਂ ਸੰਬੰਧ ਨਹੀਂ ਸੰਗਤ ਦਾ, ਉੱਥੋਂ ਲੈਂਦੇ ਸੀ। ਪਰ ਉਹਨਾਂ ਨੇ ਜਿਹੜਾ ਕੰਮ ਰਾਹ ਤੱਕ ਤੁਰੇ ਆ, ਉਹਨਾਂ ਨੇ ਉਹ ਇਹਨੂੰ ਰੋਟੀਆਂ ਤੱਕ ਨਹੀਂ ਨਾ ਸੀਮਤ ਰੱਖਿਆ ਕਿ ਚੱਲ ਮੈਨੂੰ ਤਨਖਾਹ ਮਿਲੇਗੀ, ਮੈਂ ਉੱਥੇ ਮੈਨੇਜਰੀ ਕਰਾਂਗਾ, ਮੇਰੇ ਬੱਚੇ ਪਲ ਜਾਣਗੇ।
ਇਹਨਾਂ ਨੇ ਗੁਰੂ ਨਾਨਕ ਮਿਸ਼ਨ ਪਟਿਆਲਾ ਬਣਾਇਆ। ਗੁਰੂ ਨਾਨਕ ਮਿਸ਼ਨ ਮਾਡਲ ਟਾਊਨ ਪਟਿਆਲਾ, ਸੰਜੀਵ ਕੌਰ ਜੀ, ਮਾਡਲ ਟਾਊਨ ਬੜਾ ਵੱਡਾ ਬਿਲਡਿੰਗ ਦੇ। ਇਹਨਾਂ ਨੇ ਉੱਥੇ ਦਾ ਮਦਰ ਆਫ ਖਾਲਸਾ ਮੈਮੋਰੀਅਲ ਟਰੱਸਟ ਬਣਾਇਆ। ਇਹਨਾਂ ਨੇ ਗੁਰਮਤਿ ਕਾਲਜ ਪਟਿਆਲਾ ਬਣਾਉਣ ਦੇ ਵਿੱਚ ਬੜਾ ਅਹਿਮ ਰੋਲ ਨਿਭਾਇਆ। ਅਤੇ ਜਦੋਂ 80 ਸਾਲ ਦੇ ਸੀ, ਸੁਣੋ, ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਉਦੋਂ 80 ਸਾਲ ਦੇ ਸੀ। ਅਤੇ ਜੇ ਇਹਨਾਂ ਦਾ ਦਰਦ ਵੇਖਣਾ ਨਾ, ਅਤੇ ਇਹਨਾਂ ਦਾ ਇੱਕ ਟਰੈਕਟ ਹੈ 40-50 ਪੇਜ ਦਾ, ਮੈਂ ਕਿਉਂਕਿ ਇੱਕਦਮ 4-5 ਦਿਨ ਪਹਿਲਾਂ ਮੈਨੂੰ ਬਣਾਉਣ ਲੱਗਿਆ, ਮੈਂ ਨਹੀਂ ਇਕੱਠਾ ਕਰ ਸਕਿਆ ਸਮਾਨ ਸਾਰਾ, ਅਗਲੀ ਵਾਰੀ ਮੈਂ ਟਰੈਕਟ ਵੀ ਇਹਦਾ ਲੱਭ ਕੇ ਲਿਆਵਾਂਗਾ, ਇਹਦੀ ਇਹਨੂੰ ਅਸੀਂ ਪ੍ਰਿੰਟ ਕਰਾ ਸਕਦੇ ਹਾਂ। ਇਹਨਾਂ ਨੇ ਉਦੋਂ ਫਿਰ ਇੱਕ ਆਪਣਾ ਦਰਦ ਪ੍ਰਗਟ ਕਿੱਦਾਂ ਕੀਤਾ, ਇੱਕ ਟਰੈਕਟ ਲਿਖਿਆ, ਉਹਦਾ ਹੈਡਿੰਗ ਸੀ ਕਿਉਂ ਕੀਤੋ ਵਿਸਾਓ, ਕਿਉਂ ਕੀਤੋ ਵਿਸਾਓ, ਮਤਲਬ ਅਸੀਂ ਜਿਹਨਾਂ 'ਤੇ ਵਿਸ਼ਵਾਸ ਕੀਤਾ ਕਿਉਂ ਕਰ ਲਿਆ, ਇਹਨਾਂ ਨੇ ਸਾਡੇ ਦਰਬਾਰ ਸਾਹਿਬ 'ਤੇ ਟੈਕ ਕਰ ਦਿੱਤਾ, ਹੋਰ ਕੋਈ ਰਾਹ ਨਹੀਂ ਸੀ ਇਹਨਾਂ ਕੋਲ। ਇਹ ਵਾਲਾ ਇਹਨਾਂ ਦਾ ਟਰੈਕਟ ਪੜ੍ਹਨ ਵਾਲਾ ਵਾ, ਮਤਲਬ ਇਹਨਾਂ ਦੇ ਇਹ ਇਹ ਦਰਦ ਜਿਹੜਾ, ਜਿਹਨੂੰ ਮੈਂ ਕਰੰਟ ਕਹਿੰਦਾ ਹੁੰਦਾ ਰਾਜਪਾਲ ਜਸਪਿੰਦਰ ਹੁੰਦੇ ਨੇ, ਇਹ ਇਹਦਾ ਕਰੰਟ ਹੈ ਨਾ, ਇਹ ਕਰੰਟ ਸਾਡੇ ਅੰਦਰ ਆਉਣਾ ਚਾਹੀਦਾ। ਫਿਰ ਇਹ ਕਿਸੇ ਸੰਗਤ ਦੇ ਦਸਵੰਧ ਦਾ ਪੈਸੇ ਨਾਲ ਸਾਡੀ ਕੀਤੀ ਸੇਵਾ ਭਰਵਾਉਣ, ਅਸੀਂ ਗਾਂਹ ਨੂੰ ਚੱਲੀਏ ਵੀ ਹੋਰ ਕੀ ਕਰ ਸਕਦੇ ਹਾਂ, ਹੋਰ ਕੀ ਪੰਥਲੀ ਕਰ ਸਕਦੇ ਹਾਂ, ਹੋਰ ਕੀ ਕਰ ਸਕਦੇ, ਆਪਾਂ ਗਵਾਚ ਨਾ ਜਾਈਏ ਘੰਟਿਆਂ ਮਿੰਟਾਂ ਵਿੱਚ। ਅੱਜ ਕਿੰਨੇ ਘੰਟੇ ਕੰਮ ਕੀਤਾ, ਅੱਛਾ ਆਉਣ ਇੰਨੇ, ਜਾਣ ਇੰਨੇ, ਉੱਥੇ ਇੰਨੇ, ਭਾਈ 8 ਘੰਟੇ ਕੰਮ ਕਰ ਲਓ। ਜੇ ਮੁੜ ਕੇ ਸਰਦਾਰਥੀ ਨਾ ਪਹੁੰਚੇ ਉੱਥੇ, ਜੇ ਉੱਥੇ ਚੌਥੇ ਭਾਗ 'ਤੇ ਬੱਚੇ ਹੀ ਨਾ ਪਹੁੰਚੇ, ਉਹਦਾ ਕੀ ਫਾਇਦਾ ਹੋਊਗਾ। ਗੱਲ ਘੰਟੇ ਆਪਣੇ ਆਪ ਹੀ ਖਤਮ ਹੋ ਜਾਂਦੇ ਆ ਜਦੋਂ ਸਾਡਾ ਸਮਰਪਣ ਹੋ ਜਾਂਦਾ। ਮੇਰੇ ਨਾਲ ਗੁਰਜੀਤ ਸਿੰਘ ਭਾਜੀ ਮੇਰੇ ਨਾਲ ਡਰਾਈਵ ਕਰਦੇ ਨੇ, ਅਸੀਂ ਸਵੇਰੇ 6 ਵਜੇ ਵੀ ਨਿਕਲਦੇ ਹਾਂ, ਰਾਤ ਨੂੰ 7 ਵਜੇ ਵੀ, 6 ਵਜੇ ਵੀ ਆਉਂਦੇ ਹਾਂ। ਤਾਂ ਜੇ ਕਈ ਵਾਰੀ ਲੋਕਲ ਹੋਈ ਹੈ ਤਾਂ ਜੇ ਦੁਪਹਿਰੇ 1 ਵਜੇ ਆ ਜਾਈਏ, ਮੈਂ ਕਹਿੰਦਾ ਜਾ ਕਰ ਕੋਈ ਕੰਮ ਧੰਦਾ ਦੇਖ ਲਾ ਆਪਣਾ। ਕਿਸੇ ਵੇਲੇ ਉਹ ਕਦੇ ਨਾ ਹੀ ਨਹੀਂ ਕਰਦਾ, ਕਦੇ ਛੁੱਟੀ ਨਹੀਂ ਕਰਦਾ। ਜੇ ਕਿਸੇ ਵੇਲੇ ਕੋਈ ਮੈਂ ਘਰੇ ਕੋਈ ਪ੍ਰੋਗਰਾਮ ਆ, ਘਰੇ ਕੰਮ ਕਰਨਾ ਹੁੰਦਾ, ਤਾਂ ਮੈਂ ਉਹਨੂੰ ਕਹਿੰਦਾ ਚੱਲ ਭਾਈ ਤੂੰ ਅੱਜ ਨਾ ਕੋਈ ਆਪਣਾ ਕੋਈ ਘਰ ਦਾ ਦੇਖ ਲਾ, ਕੋਈ ਦਵਾਈ ਲਿਆਉਣ ਵਾਲੀ, ਕੋਈ ਸਿਲੰਡਰ ਬਣਾਉਣ ਵਾਲਾ, ਕੋਈ ਰਿਸ਼ਤੇਦਾਰ ਦੇ ਆਉਣਾ ਜਾਣਾ, ਕੋਈ ਬਿਮਾਰ ਆ, ਕੋਈ ਢਿੱਲਾ ਮੱਠਾ ਵਜਾ। ਆਪਾਂ ਘੰਟਿਆਂ ਵਿੱਚ ਆਪਾਂ ਪੈਂਦੇ ਹੀ ਨਹੀਂ ਉਹਦੇ 'ਚ। ਜਦੋਂ ਇਹ ਸਮਰਪਣ ਆ ਜਾਏਗਾ ਤਾਂ ਘੰਟੇ ਆਪੇ ਮਾਈਨਸ ਹੋ ਜਾਣੇ, ਸਭ ਕੁਝ ਖਤਮ ਹੋ ਜਾਣਾ, ਇਹ ਗਿਣਤੀਆਂ ਖਤਮ ਹੋ ਜਾਣੀਆਂ। ਗਿਣਤੀਆਂ ਇਸ ਕਰਕੇ ਆ ਜੀ ਕਿ ਸਾਡੀ ਉਹ ਅਵਸਥਾ ਬਣ ਜਾਏ, ਬਣੀ ਨਹੀਂ ਆ ਜੀ। ਕਰਮ ਸਿੰਘ ਸਟੋਰੀਅਨ, ਜਿੱਥੇ ਤੱਕ ਮੇਰਾ ਖਿਆਲ ਆ, ਇਹ ਵੀ ਸ਼੍ਰੋਮਣੀ ਕਮੇਟੀ ਦੇ ਇੰਪਲਾਈ ਸੀ, ਉੱਥੇ ਸੇਵਾ ਫਲ ਲੈਂਦੇ ਸੀ। ਅਤੇ ਇਹਨਾਂ ਨੇ ਠਾਣ ਲਿਆ ਕਿ ਮੈਂ ਜਿਹੜਾ ਆਪਣਾ ਇਤਿਹਾਸ ਹੈ ਇਹਦੇ 'ਚ ਰੌਲਾ ਬੜਾ, ਮੈਂ ਇਹਨੂੰ ਵਿਗਿਆਨਕ ਕਸਵੱਟੀ 'ਤੇ ਲਿਆ ਕੇ ਲਿਖਣਾ। ਬੀ ਏ ਦੇ ਪੇਪਰ ਦੇਣੇ ਸੀ, ਇੱਥੇ ਕਿਸੇ ਬੱਚੇ ਦੇ ਬੀ ਏ ਦੇ ਪੇਪਰ ਹੋਣ, ਉਹਨੂੰ ਕਿਹਾ ਜਾਵੇ ਵੀ ਤੂੰ ਪੇਪਰ ਛੱਡ ਦੇ, ਆਹ ਕੰਮ ਬਹੁਤ ਜ਼ਰੂਰੀ ਹੈ, ਨਹੀਂ ਛੱਡੂ। BA ਦੇ ਪੇਪਰ ਦੇਣੇ ਸੀ ਫਾਈਨਲ ਦੇ, ਪਤਾ ਨਹੀਂ ਵੀ ਪੇਪਰ ਸਿਰ 'ਤੇ ਆ ਗਏ ਸੀ ਕਿ ਇੱਕ ਪੇਪਰ ਰਹਿ ਗਿਆ ਸੀ, ਕੀ ਹੋਇਆ ਸੀ? ਹਾਂ, ਨਹੀਂ ਹੋਇਆ ਕੀ ਸੀ ਕਿ ਲਾਹੌਰ ਦੇ ਵਿੱਚ ਪਲੇਗ ਫੈਲ ਗਈ, ਲੋਕ ਮਰਨੇ ਸ਼ੁਰੂ ਹੋ ਗਏ, ਇਹ ਇਤਿਹਾਸ ਲਿਖ ਰਿਹਾ ਸੀ। ਇਹਨੇ ਮਨ 'ਚ ਆਈ ਵੀ ਜੇ ਮੈਂ ਪੇਪਰ ਦਿੰਦਾ ਰਹਿ ਗਿਆ ਤੇ ਪਲੇਗ ਦਾ ਸਭ ਤੋਂ ਜਲਦੀ ਬਿਮਾਰੀ ਜਾਂ ਬੱਚੇ ਨੂੰ ਲੱਗਦੀ ਹੈ, ਬੁੱਢੇ ਨੂੰ ਲੱਗਦੀ ਹੈ, ਜੇ ਉੱਧਰ ਦੇ ਲਾਹੌਰ ਦੇ ਬਜ਼ੁਰਗ ਮਰ ਗਏ, ਕੋਈ 100 ਸਾਲ ਦਾ ਵੀ ਹੋਏਗਾ, ਕੋਈ 105 ਸਾਲ ਦਾ ਵੀ ਹੋਏਗਾ, ਕੋਈ ਕਿਸੇ ਨੇ ਮਹਾਰਾਜਾ ਰਣਜੀਤ ਸਿੰਘ ਰਾਜ ਦੇਖਿਆ ਹੋਏਗਾ, ਕੋਈ ਮਹਾਰਾਜਾ ਕਿਸੇ ਦਾ ਕਿਸੇ ਦੇ 100 ਸਾਲ ਦੇ ਬਜ਼ੁਰਗ ਦੇ ਪਿਓ ਦੇ ਦੇਖਿਆ ਹੋਏਗਾ, ਉਹਨੂੰ ਆਪਣੇ ਬਾਪੂ ਕੋਲੋਂ ਸੁਣਿਆ ਹੋਏਗਾ, ਤੇ ਮੈਂ ਉਹਨਾਂ ਕੋਲ ਜਾ ਕੇ ਜਿੰਦਾ ਦਰਦਾ ਇਤਿਹਾਸ ਸੁਣਨਾ ਵਾ ਤੇ ਲਿਖਣਾ ਵਾ, ਜੇ ਮਰ ਗਏ ਮੈਨੂੰ ਪਤਾ ਨਹੀਂ, ਜਾ ਕੇ ਪੇਪਰ ਛੱਡ ਕੇ ਲਾਹੌਰ ਚਲਾ ਗਿਆ, ਪੇਪਰ ਛੱਡ ਕੇ ਲਾਹੌਰ ਚਲਾ ਗਿਆ। ਕਹਿੰਦੇ ਘਰੋਂ ਕੰਗਣਾ ਸੀ, ਪੈਸਿਆਂ ਵਾਲਾ ਸੀ, ਕਹਿੰਦੇ ਕੰਗਣ ਪਾਏ ਸੀ, ਸੋਨੇ ਦੇ ਕੰਗਣ ਕੀ ਹੁੰਦੇ, ਕੰਗਣ ਪਾਏ ਹੋਏ ਸੀ। ਕਹਿੰਦੇ ਇੱਕ ਬਜ਼ੁਰਗ ਸੀ, ਮੇਰਾ ਸੁਭਾਅ ਹੁੰਦਾ, ਕਹਿੰਦਾ ਬਾਪੂ ਜੀ ਮੈਂ ਇਤਿਹਾਸ ਲਿਖਣਾ, ਮੈਨੂੰ ਮਹਾਰਾਜਾ ਰਣਜੀਤ ਸਿੰਘ ਦੇ ਤੁਸੀਂ ਰਾਜ ਵਿੱਚ ਜੀ ਕੋਈ ਤੁਹਾਨੂੰ ਕੋਈ ਗੱਲ ਚਾਹਦਾ, ਕੋਈ ਉਹਨਾਂ ਦੇ ਘਟਨਾ ਹੋ ਗਈ, ਮੈਨੂੰ ਸੁਣਾਓ ਮੈਂ ਲਿਖ ਲਵਾਂ। ਕਹਿੰਦੇ ਉਹ ਬਜ਼ੁਰਗ ਸੀ ਉਹਨਾਂ ਦਾ, ਕਹਿੰਦਾ ਮੈਂ ਕੁਛ ਸੁਣਾਵਾਂ ਲਿਆ ਤੂੰ ਲਿਖਣ, ਕਹਿੰਦਾ ਸੁਣਾਓ ਕਿਤੇ ਲਿਖਾ ਗਿਆ, ਪਹਿਲੇ ਕਹਿੰਦੇ ਪਹਿਲਾਂ ਕੰਗਣ ਦੇ ਆਪਣਾ, ਕਹਿੰਦੇ ਕੰਗਣ ਲਾ ਕੇ ਉਹਦੇ ਹਵਾਲੇ ਕਰਦਾ, ਤਾਂ ਤੂੰ ਕੰਗਣ ਪੜ੍ਹ ਪਰ ਮੈਨੂੰ ਮਹਾਰਾਜੇ ਦੇ ਜਿਹੜੇ ਰਾਜ ਦੀਆਂ ਕੋਈ ਗੱਲਾਂ ਸੁਣਾ, ਉਹ ਗੱਲਾਂ ਸੁਣਨ ਵਾਸਤੇ ਕੰਗਣ ਲਾ ਗਏ। ਠੀਕ, ਆਹ ਵੀ ਇੱਕ ਕਿਰਦਾਰ ਆ ਜਿਹੜਾ ਸਾਡੇ ਸਾਹਮਣੇ ਹੈ, ਜਿਹੜਾ ਜੰਗ ਨਾਲ ਜੀ ਪ੍ਰਕਾਰ ਤੋਂ ਲੈ ਕੇ ਆਇਆ, ਬਲੋਚਿਸਤਾਨ ਤੋਂ ਲੈ ਕੇ ਆਇਆ,
ਕੱਤਕ ਵਿਸਾਖੀ ਵੀ ਇਹਨੇ ਲੱਭਿਆ ਹੁਣ ਭਾਈ ਕਾਨ ਸਿੰਘ ਨਾਭਾ ਇਹਨੂੰ ਤਨਖਾਹ ਕਿੱਥੋਂ ਮਿਲਦੀ ਸੀ ਇਹ ਰੋਟੀ ਕਿੱਥੋਂ ਖਾਂਦਾ ਸੀ ਜਿਹਨੇ ਇੱਡੀ ਵੱਡੀ ਸੇਵਾ ਕੌਮ ਦੀ ਕੀਤੀ ਇਹ ਇਹ ਇਨਫੀਰੀਅਰ ਕੰਪਲੈਕਸ ਕੱਢ ਦਈਏ ਵੀ ਅਸੀਂ ਤਾਂ ਤਨਖਾਹ ਲੈਂਦੇ ਹਾਂ ਪਰ ਭਾਵਨਾ ਉਹ ਲਿਆਉਣੀ ਪਏਗੀ ਹੈ ਨਾ ਹੁਣ ਭਾਈ ਕਾਨ ਸਿੰਘ ਨਾਭਾ ਦਾ ਜਦੋਂ ਮੈਂ ਜੀਵਨ ਪੜ੍ਹਦਾ ਤੇ ਇਹਨਾਂ ਨੇ ਨਾਭਾ ਰਿਆਸਤ ਵਿੱਚ ਰਿਆਸਤਾਂ ਕਿਹਦੀਆਂ ਸਿੱਖਾਂ ਦੀਆਂ ਉੱਥੇ ਨੌਕਰੀ ਕੀਤੀ ਹੈ ਜਦੋਂ ਨੌਕਰੀ ਮਿਲ ਗਈ ਪੈਸਾ ਮਿਲਣ ਲੱਗ ਪਿਆ ਆਪਣੇ ਕੰਮ ਤੇ ਲੱਗ ਗਏ ਇਹਨਾਂ ਨੇ 28 ਸਾਲ ਮਿਹਨਤ ਕੀਤੀ ਹੈ ਤੇ ਆ ਮਹਾਨ ਕੋਰਸ ਲਿਖਿਆ ਜਿਹਨੂੰ ਇਨਸਾਈਕਲੋਪੀਡੀਆ ਆਫ ਸਿੱਖਿਜ਼ਮ ਕਹਿੰਦੇ ਆ ਸਿੱਖ ਲਿਟਰੇਚਰ ਦਾ ਹਰ ਮੀਨਿੰਗ ਇਹਦੇ ਵਿੱਚੋਂ ਸਾਨੂੰ ਮਿਲ ਜਾਂਦਾ ਇਹ ਭਾਈ ਕਾਨ ਸਿੰਘ ਨਾਭਾ ਦਾ ਮਹਾਨ ਕੋਰਸ ਹੈ ਔਰ ਇਹਨਾਂ ਦੀ ਇੱਕ ਹੋਰ ਗੱਲ ਦੇਖੋ ਵੀ 3 ਵਾਰੀ ਨੌਕਰੀ ਤੋਂ ਕੱਢਿਆ ਆਹ ਗੱਲ ਨੋਟ ਕਰਿਓ ਕਿਉਂ ਕੱਢਿਆ ਮਹਾਰਾਜੇ ਵੀ ਬੰਦੇ ਸੀ ਨਾ ਉਹ ਹਿਊਮਨ ਬੀਂਗ ਸੀ ਕੰਨਾਂ ਦੇ ਕਹਿੰਦਾ ਕੱਚਾ ਵੀ ਕਈ ਕਈ ਚੁਗਲੀ ਲਾ ਦਿੰਦੇ ਆ ਹੈ ਨਾ ਤੇ ਉਹ ਕਹਿੰਦਾ ਵੀ ਹਾਂ ਹਾਂ ਇਹਨੂੰ ਕੱਢੋ 2 ਵਾਰੀ ਤਾਂ ਕੱਢਿਆ ਸੀ 3 ਵਾਰੀ ਉਹਨੇ ਆਪ ਛੱਡਿਆ ਸੀ ਇਹ ਹਰ ਸਾਲ ਪਹਾੜਾਂ ਦੀ ਸੈਰ ਕਰਨ ਜਾਂਦਾ ਹੁੰਦਾ ਸੀ ਤੇ ਇਹਨੂੰ ਜਾਣ ਨਹੀਂ ਦਿੱਤਾ ਛੁੱਟੀ ਨਹੀਂ ਦਿੱਤੀ ਇਹਨੂੰ ਰਿਜ਼ਾਈਨ ਦੇ ਕੇ ਤੁਰ ਗਿਆ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਨਾ ਉਹ ਸੁਣੋ ਵੀਰ ਜੀ ਉਹ ਨਾ ਕਿਤੇ ਗਵਾ ਦੇ ਮੈਂ ਵੀ ਥੋੜ੍ਹਾ ਉਖੜ ਗਿਆ 2 ਵਾਰੀ ਕੱਢਿਆ ਪੰਥ ਦੀ ਸੇਵਾ ਨਹੀਂ ਛੱਡੀ ਅਸੀਂ ਕਹਿੰਦੇ ਅੱਗੇ ਤਨਖਾਹ ਮਿਲਦੀ ਸੇਵਾ ਕਰਦੇ ਹੁਣ ਮੈਂ ਕਿੱਥੋਂ ਕਰਾਂ ਸੇਵਾ ਥੋੜ੍ਹਾ ਮੈਂ ਕਰ ਸਕਦਾ ਜਦੋਂ ਤਨਖਾਹ ਨਾ ਮਿਲੇ ਮੈਂ ਗੱਲ ਕਰਦਾ ਮਤਲਬ ਕਿੱਥੇ ਪਹੁੰਚ ਗਏ ਹੋ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਜੋ ਮੂਰਤੀਆਂ ਚੁਕਵਾਈਆਂ ਜਿਹੜੀਆਂ ਹਿੰਦੂ ਦੇਵੀ ਦੇਵਤਿਆਂ ਦੇ ਲੱਗੀਆਂ ਸੀ ਅੰਗਰੇਜ਼ ਡਿਪਟੀ ਕਮਿਸ਼ਨਰ ਨੂੰ ਕਨਵਿੰਸ ਕਰਕੇ ਬਹੁਤ ਕਿਤਾਬਾਂ ਇਹਨਾਂ ਨੇ ਸਿਧਾਂਤਕ ਲਿਖੀਆਂ ਬੜਾ ਲੰਬਾ ਮੈਂ ਕਿਉਂਕਿ ਅੱਜ ਇਹ ਟੌਪਿਕ ਇਹ ਨਹੀਂ ਹੈਗਾ ਵੀ ਇਹਨਾਂ ਦਾ ਜੀਵਨ ਕੀ ਆ ਅੱਜ ਤਾਂ ਅਸੀਂ ਸਿਰਫ ਕਿਰਦਾਰ ਦੀ ਇੱਕ ਗੱਲ ਲੈ ਰਹੇ ਹਾਂ ਕਵੀ ਸੰਤੋਖ ਸਿੰਘ ਇਹਨਾਂ ਨੇ ਵੀ 2 ਸਾਲ ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਪਾਸ ਨੌਕਰੀ ਕੀਤੀ ਫਿਰ ਕੈਂਥਲ ਦੇ ਰਾਜਾ ਭਾਈ ਸਾਹਿਬ ਸਿੰਘ ਭਾਈ ਸਾਹਿਬ ਉਦੇ ਸਿੰਘ ਕੋਲ ਆ ਗਏ ਫਿਰ ਪੱਕੇ ਤੌਰ 'ਤੇ ਨੌਕਰੀ ਮਿਲ ਗਈ ਉੱਥੋਂ ਪੈਸਾ ਮਿਲਦਾ ਸੀ ਉਹਦੇ ਨਾਲ ਰੋਟੀ ਪਾਣੀ ਪਰਿਵਾਰ ਚੱਲਦਾ ਸੀ ਫਿਰ ਇਹਨਾਂ ਨੇ ਭਰਮਣ ਕਰਕੇ ਸਾਰੀ ਦੁਨੀਆਂ ਦਾ ਅਤੇ ਇਹਨਾਂ ਨੇ ਸਿੱਖ ਇਤਿਹਾਸ ਲਿਖਿਆ ਹੁਣ ਕਈ ਗੱਲਾਂ ਇਹਨਾਂ ਦੀਆਂ ਗਲਤ ਨੇ ਪਰ ਭਾਈ ਵੀਰ ਸਿੰਘ ਨੇ ਐਡੀਟਿੰਗ ਕਰਦਿਆਂ ਉਹਦੇ ਉੱਤੇ ਕਮੈਂਟ ਦੇ ਦਿੱਤੇ ਵੀ ਆਹ ਗੱਲਾਂ ਗਲਤ ਨੇ ਸਾਡਾ ਇਤਿਹਾਸ ਹੀ ਨਹੀਂ ਸੀ ਲਿਖਿਆ ਗਿਆ ਸਾਡਾ ਇਤਿਹਾਸ ਹੈ ਬੜਾ ਵਧੀਆ ਲਿਖਿਆ ਹੀ ਨਹੀਂ ਕਿਸੇ ਨੇ ਬੰਦੇ ਨੇ ਜ਼ਿੰਦਗੀ ਲਾ ਦਿੱਤੀ ਕੁਝ ਗੱਲਾਂ ਜਿੱਦਾਂ ਉਹਨੇ ਵਹੀ ਖਾਤੇ ਇੱਧਰੋਂ ਉੱਧਰੋਂ ਸੁਣੀਆਂ ਸੁਣਾਈਆਂ ਲਿਖ ਦਿੱਤੀਆਂ ਕੁਝ ਗੱਲਾਂ ਗਲਤ ਹੋ ਗਈਆਂ ਹੁਣ ਅਸੀਂ ਕਈ ਡਾਂਗ ਚੱਕੀ ਫਿਰਦੇ ਕਵੀ ਸੰਤੋਖ ਸਿੰਘ ਜਿਹੜੇ ਥੋੜ੍ਹਾ ਜਿਹਾ ਅੱਜ ਕੱਲ੍ਹ ਜ਼ਿਆਦਾ ਉਹ ਮਿਸ਼ਨਰੀ ਸਪਿਰਿਟ ਬਣ ਜਾਂਦੀ ਹੈ ਨਾ ਉਹ ਫਿਰ ਡਾਂਗਾਂ ਚੱਕ ਲੈਂਦੇ ਉਹ ਭਾਈ ਸਾਹਿਬ ਇਸ ਬੰਦੇ ਨੇ ਇੱਕ ਇਤਿਹਾਸ ਲਿਖਣ ਵਾਲੇ ਪਾਸੇ ਰੁੱਖ ਮੋੜਿਆ ਮਾੜੀਆਂ ਗੱਲਾਂ ਜਿਹੜੀਆਂ ਭਾਈ ਵੀਰ ਸਿੰਘ ਕਹਿ ਗਏ ਉਹ ਕੱਢ ਦਿਓ ਇਤਿਹਾਸ ਗਲਤ ਹੈ ਬਾਕੀ ਦੇ ਠੀਕ ਹੈ ਗਲਤ ਉੱਥੋਂ ਤੁਰੀ ਇਤਿਹਾਸ ਦੀ ਫਿਰ ਗਿਆਨੀ ਗਿਆਨ ਸਿੰਘ ਨੇ ਇਤਿਹਾਸ ਲਿਖਿਆ ਉਹ ਵੀ ਇੱਕ ਕਿਰਦਾਰ ਹੈ ਉਹ ਵੀ ਤਨਖਾਹ ਲੈਂਦਾ ਸੀ ਪ੍ਰੋਫੈਸਰ ਸਾਹਿਬ ਸਿੰਘ ਦੀ ਗੱਲ ਸਭ ਨੇ ਸੁਣੀ ਜਿੰਨੇ ਮੈਂ ਲੈਕਚਰ ਸੁਣੇ 4-5 ਨਵੇਂ ਬੱਚੇ ਛੱਡ ਗਏ ਜਿਹਨਾਂ ਨੂੰ ਮੇਰਾ ਲੈਕਚਰ ਨਹੀਂ ਸੁਣਿਆ ਸਕੂਲਾਂ 'ਚ ਬੱਚਿਆਂ 'ਚ ਹੁਣ ਇਹ ਸਾਹਿਬ ਸਿੰਘ ਜਿਹੜੇ ਡਾਕਟਰ ਸਾਹਿਬ ਸਿੰਘ ਇਹ ਸ਼੍ਰੋਮਣੀ ਕਮੇਟੀ 'ਚ ਨੀਤ ਸਕੱਤਰ ਸੀ ਇਹਨਾਂ ਦੀ ਗੱਲ ਧਾਰਨਾ ਕਰਨੀ ਹੈ ਕਿਰਦਾਰ ਦੀ ਧਿਆਨ ਸੁਣੇ ਇਹ ਸ਼੍ਰੋਮਣੀ ਕਮੇਟੀ ਵਿੱਚ ਕੀ ਸੀਗਾ ਜੀ ਨੀਤ ਸਕੱਤਰ ਇਹਨਾਂ ਨੇ ਕੀ ਗੱਲ ਹੋ ਗਈ ਥੱਕ ਗਏ ਸਾਰੇ ਵਾਹਿਗੁਰੂ ਜੀ ਹਾਂ ਇਹ ਸ਼੍ਰੋਮਣੀ ਕਮੇਟੀ 'ਚ ਕੀ ਸੀਗੇ ਨੀਤ ਸਕੱਤਰ ਤਨਖਾਹ ਲੈਂਦੇ ਸੀ ਸ਼੍ਰੋਮਣੀ ਕਮੇਟੀ ਇਹਨਾਂ ਨੇ ਜਪਣ ਦੇ ਦੇਣ ਕਿੰਨੀ ਵੱਡੀ ਗੁਰਬਾਣੀ 'ਚ ਗ੍ਰਾਮਰ ਲਿਖੀ ਗੁਰੂ ਦਾ ਇਤਿਹਾਸ ਲਿਖਿਆ 10 ਵਾਲੀਅਮ ਗੁਰੂ ਗ੍ਰੰਥ ਸਾਹਿਬ ਦੇ ਅਰਥ ਲਿਖੇ ਕਿੰਨੇ ਨਾਵਲ ਲਿਖੇ ਸੋਰੀ ਮਾਫੀ ਜੀ ਉਹ ਭਾਈ ਵੀਰ ਸਿੰਘ ਤੋਂ ਚਲਾ ਗਿਆ ਪਰ ਕਿੰਨੀ ਇਹਨਾਂ ਦੀ ਕੰਟਰੀਬਿਊਸ਼ਨ ਸੀ ਕੌਮ ਨੂੰ ਜਿਹੜੀ ਇਹਨਾਂ ਦੇ ਮੈਂ ਸਮਰਪਣ ਦੀ ਗੱਲ ਕਰਨ ਲੱਗਿਆ ਜਦੋਂ ਸਮਰਪਣ ਆ ਗਿਆ ਜਦੋਂ ਤਨਖਾਹਾਂ ਨੇ ਕਿਤੇ ਖੜਦੀਆਂ ਹੀ ਇਹਨਾਂ ਨੂੰ 250 ਰੁਪਏ ਤਨਖਾਹ ਮਿਲਦੀ ਸੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਸੁਣਿਓ ਗੱਲ ਉਹ 250 ਰੁਪਏ ਦਾ ਮਤਲਬ ਅੱਜ ਦਾ 1 ਲੱਖ ਰੁਪਈਆ ਦੇਖੋ ਸਕੱਤਰ ਨੂੰ ਕਿੰਨੀ ਤਨਖਾਹ ਮਿਲਦੀ ਹੈ ਇਹਨਾਂ ਨੇ ਸੋਚਿਆ ਮੈਂ ਸਵੇਰੇ ਦਫ਼ਤਰ ਜਾਣਾ ਸਾਰਾ ਦਿਨ ਫਾਈਲਾਂ ਨਾਲ ਮੱਥਾ ਮਾਰਦਾ ਰਾਤ ਪੈ ਜਾਂਦੀ ਹੈ ਫਾਈਲਾਂ ਨਾਲ ਟੱਕਰਾਂ ਮਾਰਦੇ ਹਾਂ ਕੰਮ ਸਾਰੇ ਨਿਪਟਾਉਂਦੇ ਹਾਂ ਫਿਰ ਮੈਂ ਘਰ ਜਾ ਕੇ ਥੱਕ ਕੇ ਸੌ ਜਾਂਦਾ ਮੈਂ ਕੌਮ ਨੂੰ ਕੁਛ ਦੇਣਾ ਚਾਹੁੰਦਾ ਕਹਿੰਦਾ ਦਿਆ ਉਹਨੇ ਸੋਚਿਆ ਵੀ ਜੇ ਮੈਂ ਕੋਈ ਹੋਰ ਨੌਕਰੀ ਕਰਨਾ ਜਿੱਥੇ 2-3 ਵਜੇ ਛੁੱਟੀ ਹੋ ਜਾਏ ਕਦੇ ਤਾਂ ਕਿ ਉਹ ਆਪਣਾ ਲਿਖਣਾ ਕੰਮ ਸ਼ੁਰੂ ਕਰਨਾ ਇਹਨਾਂ ਨੇ ਫਿਰ ਕਿਉਂਕਿ ਪੜ੍ਹ ਗਏ ਸੀ ਇਹਨਾਂ ਨੇ ਲੈਕਚਰਾਰ ਦੀ ਨੌਕਰੀ ਲੈ ਲਈ
ਕਾਜਵੇ ਚ ਲੱਗ ਗਏ, ਉੱਥੇ ਤਨਖਾਹ ਸੀ 150 ਰੁਪਏ। ਹੁਣ 100 ਰੁਪਈਆ ਰੱਖੋ, ਉਹ 100 ਰੁਪਈਆ ਦਾ ਮਤਲਬ ਅੱਜ ਦਾ 30-40 ਹਜ਼ਾਰ ਰੁਪਈਆ ਜਿਹੜਾ ਸਾਹਿਬ ਸਿੰਘ ਨੇ ਘਾਟਾ ਸਹਿ ਲਿਆ। ਕਾਹਦੇ ਲਈ ਕਿ ਮੈਂ 2 ਵਜੇ ਫ੍ਰੀ ਹੋ ਕੇ ਕੌਮ ਲਈ ਕੁਝ ਲਿਖਾਉਂ, ਕੁਛ ਕਰ ਲਵਾਂ। ਇੱਕ ਇਹ ਗੱਲ, ਫਿਰ ਇਹਨਾਂ ਨੇ ਆ ਸਾਰੇ ਕੰਮ ਕੀਤੇ। ਇੱਕ ਹੋਰ ਗੱਲ, ਰਿਟਾਇਰ ਹੋ ਗਏ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਇਹਨਾਂ ਨੇ ਲੈਟਰ ਲਿਖਿਆ, ਤੁਸੀਂ ਗੁਰਬਾਣੀ ਦੀ ਗ੍ਰੈਮਰ ਲਿਖੀ ਹੈ, ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਪੰਜਾਬੀ ਦੀ ਗ੍ਰੈਮਰ ਲਿਖਦੇ ਹੋ, ਅਸੀਂ ਸਕੂਲਾਂ ਦਵਾਉਣੀ ਤਾਂ ਤੁਹਾਨੂੰ 20,000 ਰੁਪਏ ਮਿਲਣ, ਜਿੱਦਾਂ ਬਦਲੇ ਚ ਪੈਸੇ ਦਿੰਦੀਆਂ ਨਾ ਯੂਨੀਵਰਸਿਟੀਆਂ, ਕੋਈ ਕੰਮ ਕਿਹਨੂੰ ਦੇ ਦਿੰਦੀਆਂ ਨੇ ਜਾਂ ਕੰਮ ਕਰਦੇ ਤੁਹਾਨੂੰ ਇੰਨਾ ਤੁਹਾਨੂੰ ਪੈਸਾ ਦਾਂਗੇ। 20,000 ਰੁਪਏ ਉਹ ਜ਼ਮਾਨੇ ਚ ਅੱਜ ਕੈਲਕੂਲੇਟ ਕਰ ਲਓ ਕਿੰਨਾ ਬਣਦਾ, ਕਿੰਨਾ ਨੇ ਠੁਕਰਾ ਦਿੱਤਾ। ਆਪਾਂ ਕਹੀ ਕਰੋ ਦੱਸਾਂ ਜੀ ਉਹਨੇ ਕੀ ਜਵਾਬ ਦਿੱਤਾ ਸੀ, ਕਹਿੰਦੇ ਮੈਂ ਹੁਣ ਰਿਟਾਇਰਮੈਂਟ ਦੀ ਮੇਰੀ ਲਾਈਫ ਹੈ, ਪਤਾ ਨਹੀਂ ਰੱਬ ਅੱਜ ਬੁਲਾ ਲਏ ਕੱਲ ਬੁਲਾ ਲਏ, ਮੈਂ ਤੁਹਾਡੀ ਗ੍ਰੈਮਰ ਲਿਖਣ ਲੱਗ ਪਿਆ। ਜੇ ਮੈਂ ਤੁਹਾਡੀ ਗ੍ਰੈਮਰ ਲਿਖਣ ਲੱਗ ਪਿਆ, ਜੇ ਕਿਤੇ ਇਸ ਵਿੱਚ ਮੇਰੀ ਮੌਤ ਹੋ ਗਈ ਤਾਂ ਗੁਰੂ ਗ੍ਰੰਥ ਸਾਹਿਬ ਤਾਂ ਧੂਰੇ ਰਹਿ ਜਾਂਦੇ। ਮੈਂ ਪਹਿਲਾਂ ਆਹ ਕੰਮ ਕਰਨਾ ਤੇ 20,000 ਰੁਪਇਆ ਠੁਕਰਾ ਦਿੱਤਾ ਉਹ ਜ਼ਮਾਨੇ ਦਾ 20,000 ਰੁਪਇਆ। ਇਹ ਕਿਰਦਾਰ ਹੈ, ਇਹ ਮੈਂ ਗੱਲਾਂ ਤਾਂ ਕਰਿਆ ਵਾ ਵੀ ਜਿਹੜੇ ਅਸੀਂ ਪਿੰਡ ਚ ਚੱਲੇ ਆ ਨਾ, ਆਹ ਕਿਰਦਾਰ ਸਾਡਾ ਹੋਣਾ ਚਾਹੀਦਾ। ਫਿਰ ਕਦੀ ਸੁਪਰਵਾਈਜ਼ਰ ਪੁੱਛੇਗਾ ਨੀ ਤੂੰ ਕਿੰਨੇ ਘੰਟੇ ਕੰਮ ਕੀਤਾ, ਉਹਦਾ ਵੀ ਕੰਮ ਘੱਟ ਜੂਗਾ, ਹੈ ਨਾ ਜੀ। ਅੱਗੇ ਚਲੀਏ, ਡਾਕਟਰ ਜੋਤ ਸਿੰਘ, ਹੁਣ ਇਹਨਾਂ ਦੀ ਫਿਰ ਗੱਲ ਤਨਖਾਹ ਦੀ ਆ ਗਈ, ਇਹ ਬਣ ਗਏ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਸੁਣਿਓ ਗੱਲ, ਇਹਨਾਂ ਨੂੰ ਤਨਖਾਹ ਮਿਲੀ, ਅੱਧੇ ਪੈਸੇ ਅੱਧੇ ਪਤਾ ਨਹੀਂ ਕਿੰਨੇ ਗਿਣ ਕੇ ਰੱਖ ਲਏ, ਬਾਕੀ ਪੈਸੇ ਗਜਾਂਜਲ ਵਾਪਸ ਭੇਜ, ਨਾਲ ਇੱਕ ਨੋਟ ਲਿਖ ਕੇ ਭੇਜਿਆ। ਨੋਟ ਤੇ ਪਤਾ ਕੀ ਲਿਖਿਆ, 1 ਮਹੀਨੇ ਦਾ ਨਿਰਬਾਹ ਚਲਾਉਣ ਲਈ ਮੈਨੂੰ ਇੰਨੇ ਪੈਸੇ ਚਾਹੀਦੇ ਆ, ਬਾਕੀ ਯੂਨੀਵਰਸਿਟੀ ਦੇ ਖਜ਼ਾਨੇ 'ਚ ਜਮ੍ਹਾਂ ਕਰ ਲਓ। ਲੋਕੀ ਤੇ ਰੇਤਾ ਖਾਈ ਜਾਂਦੇ, ਬੱਜਰੀ ਖਾਈ ਜਾਂਦੇ, ਸੀਮਿੰਟ ਖਾਈ ਜਾਂਦੇ, ਅਭਿਆਸ ਦਾ ਰੇਤਾ ਪੱਠੇ ਖਾ ਗਿਆ, ਹਾਂਜੀ ਇੱਥੇ ਲੋਕ ਸੜਦੇ ਹੀ ਕੁਝ ਨਹੀਂ, ਕਣਕਾਂ ਦੇ ਗੋਦਾਮ ਢਿੱਡ ਭਰ ਪਾ ਲੈਂਦੇ ਨੇ, ਅਸੀਂ ਤੇ ਰੋਟੀਆਂ 2 ਖਾਂਦੇ ਹਾਂ ਤੇ 1 ਬੋਰੀ ਕਿੰਨੇ ਮਹੀਨੇ ਕੱਢ ਜਾਂਦੀ ਆ, ਉਹ ਗੋਦਾਮਾਂ ਦੇ ਗੋਦਾਮ ਹੀ ਹੜੱਪ ਕਰਕੇ ਰਾਤੇ ਰਾਤ ਦਿਨ ਚੜ੍ਹਦੇ ਨੂੰ ਕਹਿੰਦੇ ਜੀ ਚੋਰੀ ਹੋ ਗਿਆ ਸਭ ਕੁਛ, ਹਾਂਜੀ ਬੰਦਾ ਰੱਜਦਾ ਹੀ ਨਹੀਂ। ਇਹ ਤਨਖਾਹ ਵੀ ਆਪਣੀ ਇਹਨਾਂ ਨੇ ਛੱਡ ਦਿੱਤੀ, ਬੰਦਾ ਕਹਿੰਦਾ ਸਰਕਾਰੀ ਘਰ ਦੀ ਤਨਖਾਹ ਕੱਢ ਨਹੀਂ ਛੱਡਣੀ, ਸਰਕਾਰੀ ਘਰ ਦੀ ਤਨਖਾਹ ਕੱਢ ਨਹੀਂ ਛੱਡਣੀ ਹੈ, ਸਰਕਾਰ ਵੀ ਸਾਡੇ ਟੈਕਸ ਲੈਂਦੀ ਆ, ਅਸੀਂ ਕੋਈ ਛੱਡੀਏ, ਅੱਧੀ ਤਨਖਾਹ ਛੱਡ ਤੇ ਇਹ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਬਰੀਆਂ ਭਾਰ, ਹੈ ਨਾ। ਕਾਰ ਵਾਲੇ ਸਾਈਕਲ ਵਾਲੇ ਨੂੰ ਬਾਈਕ ਚਾਹੀਦਾ, ਬਾਈਕ ਵਾਲੇ ਨੂੰ ਕਾਰ ਚਾਹੀਦੀ ਹੈ, ਕਾਰ ਵਾਲੇ ਨੂੰ ਜਹਾਜ਼ ਚਾਹੀਦਾ, ਜਹਾਜ਼ ਵਾਲੇ ਨੂੰ ਆਪਣਾ ਏਅਰਪੋਰਟ ਚਾਹੀਦਾ। ਬਿਨਾਂ ਸੰਤੋਖ ਨਹੀਂ ਕੋ ਰੱਜ, ਰੱਜ ਆਉਂਦਾ ਕਿੱਦਾਂ, ਦੇਹ ਨਾਮ ਸੰਤੋਖੀ ਆ ਪੁੱਤਰੇ ਮਨ ਕੀ ਭੁੱਖ। ਗੱਲ ਫਿਰ ਆ ਗਈ ਵੀ ਇਕੱਲਾ ਪੜ੍ਹਨਾ ਨਹੀਂ, ਵਿਚਾਰ ਕੇ ਤੇ ਜਦੋਂ ਵਿਚਾਰਾਂਗੇ ਤੇ ਫਿਰ ਜੀਵਨ ਚ ਆ ਹੀ ਜਾਂਦਾ ਸਾਰਾ ਕੁਝ। ਡਾਕਟਰ ਜੋਤ ਸਿੰਘ ਤੋਂ ਆਪਾਂ ਹੋਰ ਅੱਗੇ ਚੱਲਦੇ ਹਾਂ, ਪ੍ਰੋਫੈਸਰ ਗੁਰਬਖਸ਼ ਸਿੰਘ। ਹੁਣ ਇੱਕ ਹੋਰ ਗੱਲ ਦੇਖੋ, ਕਿਸੇ ਨੂੰ ਕੋਈ ਝਿੜਕ ਵੱਜ ਜਾਏ ਉਹ ਨਰਾਜ਼ ਹੋ ਜਾਂਦਾ, ਹੈ ਨਾ, ਮੈਂ ਇੰਨੀ ਸੇਵਾ ਕਰਦਾ ਉਹਨੂੰ ਝਿੜਕ ਵੱਜ, ਤੁਹਾਨੂੰ ਪਤਾ ਨਾ ਉਹਨੂੰ ਕਿੰਨੀ ਵੱਡੀ ਝਿੜਕ ਵੱਜੀ ਹੈ, ਪਤਾ ਕਿਸੇ ਨੂੰ, ਰੋ ਪਾਓਗੇ ਸਾਰੇ। ਜਦੋਂ ਸਾਡੇ ਇੱਥੇ 2 ਵੱਡੇ ਹਮਲੇ ਸੀ, ਇੱਕ ਆਰੀਆ ਸਮਾਜੀਆਂ ਦਾ, ਇੱਕ ਈਸਾਈਆਂ ਦਾ। ਆਰੀਆ ਸਮਾਜੀ ਕਹਿੰਦੇ ਸਿੱਖ ਹਿੰਦੂ ਹੈ, ਈਸਾਈਆਂ ਦੇ ਸਕੂਲ ਸੀ, ਸਾਡਾ ਕੱਖ ਨਹੀਂ ਸੀ, ਨਾ ਸਾਡਾ ਸਕੂਲ, ਨਾ ਸਾਡਾ ਕਾਲਜ, ਨਾ ਸਾਡੀਆਂ ਸਿੱਖ ਸਭਾਵਾਂ, ਨਾ ਸਾਡੀ ਪੰਜਾਬੀ ਦੀ ਪ੍ਰਿੰਟਿੰਗ ਪ੍ਰੈਸ, ਕੱਖ ਵੀ ਨਹੀਂ ਸੀ। ਇਹਨਾਂ ਨੇ ਸਿੱਖ ਸਭਾ ਮੂਵਮੈਂਟ ਦੀ ਜਾਨ ਪਾਈ ਚਾਰ ਬੰਦਿਆਂ ਨੇ, ਇੱਕ ਨਾਂ ਲਿਆ ਭਾਈ ਮਾਨ ਸਿੰਘ ਨਾਭਾ, ਇੱਕ ਪ੍ਰੋਫੈਸਰ ਗੁਰਮੁਖ ਸਿੰਘ, ਇੱਕ ਗਿਆਨੀ ਦਿੱਤ ਸਿੰਘ, ਇੱਕ ਭਾਈ ਵੀਰ ਸਿੰਘ। ਇਹਨਾਂ ਨੇ ਜਾਨ ਪਾਈ ਉਸ ਵੇਲੇ ਆਪਣੀ ਆਈਡੈਂਟੀਟੀ ਨੂੰ ਬਚਾਇਆ ਤੇ ਮਿਲਿਆ ਕੀ, ਪਤਾ ਕੀ ਹੋਇਆ, ਝੂਠੀ ਤੋਹਮਤ ਲਾ ਕੇ ਪੰਥ ਵਿੱਚੋਂ ਸੇਕ ਦਿੱਤਾ, ਪੰਥ ਵਿੱਚੋਂ ਕਹਿੰਦੇ ਨਾ ਕਾਲ ਤਖ਼ਤ ਪੰਥ ਚੋਂ ਕੱਢ ਦਿੱਤਾ। ਗੱਲ ਪਤਾ ਕੀ ਸੀ, ਇਹ 2 ਧੜੇ ਬਣ ਗਏ, ਦੂਜਾ ਧੜਾ ਬੇਦੀ ਧੜਾ ਸੀ, ਉਹ ਮੱਥਾ ਟਕਾਉਂਦਾ ਸੀ ਕਿ ਮੈਂ ਬਾਬੇ ਨਾਨਕ ਦੀ ਕੁੱਲ ਵਿੱਚੋਂ ਹਾਂ ਬੇਦੀ, ਤੇ ਉਹ ਗੱਦੀ ਲਾ ਕੇ ਬੈਠਾ ਸੀ ਇਹ ਵਿਰੋਧ ਕਰਦੇ। ਉਹ ਜਨੂਨ ਕਾਸਟ ਨੂੰ ਕਾਲ ਤਖ਼ਤ ਨਹੀਂ ਚੜ੍ਹ ਦਿੰਦੇ ਵੀ ਇਹਦੀ ਦੇਵੀ ਜਿਹੜੀ ਹੈ ਪੁੱਟੀ ਜਾਣੀ ਹੈ ਤੁੱਟੀ ਜਾ, ਇਹ ਕਹਿੰਦੇ ਸੀ ਮਾਨਸਕੀ ਜਸ ਵੇ ਕਿਵੇਂ ਜਾ, ਉਹਦਾ ਵਿਰੋਧ ਕਰਦੇ ਸੀ। ਮਤਲਬ ਇਹੋ ਜਿਹਾ ਵਿਰੋਧ, ਇਹੋ ਜਿਹਾ ਹਾਲਾਤ
ਇਹਨਾਂ ਕੋਲ ਪ੍ਰਿੰਟਿੰਗ ਪ੍ਰੈਸ ਲਾਈ ਇਹਨਾਂ ਨੇ ਭਾਈ ਵੀਰ ਸਿੰਘ ਨੇ, ਉਹ ਪ੍ਰਿੰਟਿੰਗ ਪ੍ਰੈਸ ਲਾਹੌਰ ਲੈ ਕੇ ਜਾਣੀ ਜਲ ਸਿੰਘ ਚਲਾਉਂਦੇ ਸੀ, ਮਤਲਬ ਉਹ ਪ੍ਰੈਸ ਬੰਦ ਕਰਾਤੀ। ਅੰਗਰੇਜ਼ ਜਿਹੜੇ ਆ ਉਹਨਾਂ ਦੇ ਪਿੱਠੂ ਸੀ ਵੀ ਗੁਰਦੁਆਰਾ ਸੰਸਥਾ ਕਮਜ਼ੋਰ ਰੱਖੋ, ਇਸ ਕਰਕੇ ਜਥੇਦਾਰ ਵੀ ਉਹਨਾਂ ਦੇ ਪ੍ਰਭਾਵ ਵਿੱਚ ਸੀ। ਇਹਨਾਂ ਨੂੰ 1898 ਦੇ ਵਿੱਚ ਪੰਥ ਵਿੱਚੋਂ ਕੱਢ ਦਿੱਤਾ। ਇੱਕ ਚੰਗਾ ਬੱਚਾ ਮਾਂ ਪਿਓ ਘਰੋਂ ਕੱਢ ਦਿੰਦਾ, ਮਾਂ ਪਿਓ ਕਹਿੰਦਾ ਵੀ ਜਿਹੜਾ ਵੱਡਾ ਮੁੰਡਾ ਨਾ ਵੀ ਹੁਣ ਮੈਨੂੰ ਇਹਦੀ ਮੰਨਣੀ ਪੈਂਦੀ ਹੈ, ਮੈਂ ਤੁਹਾਡਾ ਕੱਢ ਦਿੰਦਾ। ਇੱਕ ਵੇਲਾ ਆ ਜੇ ਕਿ ਮਾਂ ਪਿਓ ਦੇ ਬਸ ਸਮਝ ਹੋ ਜੇ, ਉਹ ਭੁੱਲ ਹੀ ਜਾਵੇ ਆਪਣੇ ਮੁੰਡੇ। ਕਹਿੰਦਾ ਇੱਦਾਂ ਵੀ 1921 ਵਿੱਚ ਸ਼੍ਰੋਮਣੀ ਅਕਾਲੀ ਦਲ ਬਣ ਗਿਆ, ਸ਼੍ਰੋਮਣੀ ਕਮੇਟੀ ਬਣ ਗਈ, ਜਥੇਦਾਰ ਆਪ ਨਹਾਉਣ ਲੱਗ ਪਏ। ਇਹਨਾਂ ਨੂੰ ਕਿਸੇ ਨੇ ਕਿਹਾ ਨਹੀਂ ਵੀ ਤੁਸੀਂ ਲੱਖ ਹੋਊਗਾ ਵੱਧ ਰਹੇ ਹੋ। 1931, 1941, 51, 61, 71, 81, 91, 92, 93, 94, 95 ਕਿੰਨੇ ਸਾਲ ਬਣ ਗਏ? 97 ਸਾਲ, ਇੱਕ ਸਦੀ ਇਹ ਕੌਮ ਦਾ ਹੀਰਾ ਪੰਥ ਤੋਂ ਵੱਧ ਹੈ। 1995 'ਚ ਇੱਕ ਵਰਲਡ ਸਿੱਖ ਸਬਮਿਟ ਹੋਈ ਸੀ ਅੰਮ੍ਰਿਤਸਰ ਤੇ ਪ੍ਰੋਫੈਸਰ ਮਨਜੀਤ ਸਿੰਘ ਅਕਾਲ ਤਖ਼ਤ ਦੇ ਐਕਟਿਵ ਜਥੇਦਾਰ ਹੁੰਦੇ ਸੀ, ਉਹ ਪੜ੍ਹੇ ਲਿਖੇ ਸੀ, ਉਹ ਉਹਨਾਂ ਨੇ ਇਸ ਕੌਮੀ ਹੀਰੇ ਦੀ ਵਾਪਸੀ। ਭਾਈ ਬਾਬੇ ਨਾਨਕ ਨੂੰ ਪੱਥਰ ਮਾਰੇ ਲੋਕਾਂ ਨੇ, ਸਾਨੂੰ ਵੀ ਝਟਕ ਮਾਰੇ ਸੀ, ਕਹਿੰਦੇ ਨਾਲੇ ਸੇਵਾ ਕਰਦੇ ਰਾਜੇ ਕਰ ਦਿੰਦੀ। ਇਹ ਵਿਚਾਰੇ ਇੰਨਾ ਇੱਕ ਸਦੀ ਇਹ ਪੰਥ ਚੋਂ ਬਾਹਰ ਰਹੇ ਨੇ। ਆਹ ਸਾਡੀ ਕੌਮ ਨੇ ਇਹਨਾਂ ਨੂੰ ਅਭਿਆਨਾ ਦਿੱਤਾ, ਇਹਨਾਂ ਨੂੰ ਮਾਣ ਦਿੱਤਾ, ਇਹਨਾਂ ਦੀ ਸੇਵਾ, ਇਹਨਾਂ ਦੀ ਆਪਣੀ ਆਈਡੈਂਟੀ ਬਚਾਉਣ ਦਾ। ਪਰ ਇਹ ਪੰਥ ਨਹੀਂ ਕਰਦੇ ਸੀ, ਲੋਕਾਂ ਨੇ ਨਹੀਂ ਸੀ ਕਰਦੇ। ਜੇ ਨਹੀਂ ਕਿਸੇ ਨੇ ਕਦਰ ਪਾਈ ਜਾਣਾ ਸੀ, ਅਸੀਂ ਦੁਨਿਆਵੀ ਕਦਰ ਦੀ ਪਰਵਾਹ ਕਿਉਂ ਕਰਦੇ ਹਾਂ? ਅਸੀਂ ਰੱਬ ਕੋਲੋਂ ਖੁਸ਼ੀਆਂ ਲੈਣੀਆਂ ਨੇ, ਉਹਦੀ ਪਰਵਾਹ ਕਰੋ, ਮਿਲਦਾ ਸਾਰਾ ਕੁਝ। ਉਹ ਕਿੱਥੇ ਨੇ ਵੀਰ? ਅੰਮ੍ਰਿਤ ਜੀ ਖੜੇ ਹੋਏ ਖੜੇ ਹੋਏ, ਇਹ ਸਹਿਜ ਪਾਠ ਦੀ ਸੇਵਾ ਕਰਦੇ ਨੇ। ਆ ਕਰਨ ਆ ਗਏ, ਦੇਖ ਰਹੇ ਪਹਿਲਾਂ ਨੈੱਟ ਨਹੀਂ ਸੀ ਕਲੀਅਰ ਹੁੰਦਾ, ਅਸੀਂ ਕਲੀਅਰ ਹੋ ਗਿਆ। ਵਧਾਈਆਂ ਦਾ ਉਹਦੀ ਸਾਰੇ ਜੂਰ ਜੀ ਸੀ, ਨੈੱਟ ਕਲੀਅਰ ਹੋ ਗਿਆ ਜਾਣਾ ਦਾ, ਬਹੁਤ ਵਧਾਈਆਂ ਦੀ। ਜਦੋਂ ਸੇਵਾ ਕਰਦੇ ਹੋ ਸਾਰੇ ਮੇਰੇ ਦੌੜੇ ਆਉਂਦੇ ਮਗਰ ਮਗਰ। ਇਹ ਇੱਕ ਮੈਂ ਪਰਸਨੈਲਿਟੀ ਹਰਭਜਨ ਸਿੰਘ ਤੁਹਾਨੂੰ ਇੰਟਰੋਡਿਊਸ ਕਰਾਉਣੀ ਹੈ। ਇਹ ਗੁਰੂ ਗੋਬਿੰਦ ਸਿੰਘ ਸਾਡੇ ਸਾਹਿਬ ਦੇ ਸਿੱਖ ਬੁੱਕ ਸੈਂਟਰ ਤੇ ਹੁੰਦੇ ਸੀ ਦੁਨੀਆਂ ਦੇ ਨਹੀਂ। ਇਹ ਰੇਲਵੇ ਦੀ ਨੌਕਰੀ ਕਰਦੇ ਸੀ। ਇਹਨਾਂ ਨੇ ਜਦੋਂ ਨੌਕਰੀ ਛੱਡੀ ਨਾ 1990 ਦੇ ਲਾਗੇ ਸਾਗੇ, ਇੱਕ 2 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ ਜਾਂ ਉਦੋਂ, ਤੇ ਇਹ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਸਾਡੇ ਸਾਹਿਬ ਦੇ ਦਫ਼ਤਰ ਆ ਗਏ। ਉੱਥੇ ਵੀ ਜੇਪੀ ਸਿੰਘ ਹੁੰਦੇ ਸੀ, ਉਹਨਾਂ ਦਾ ਵੀ ਜੇਪੀ ਸਿੰਘ ਸੀ, ਜਿੱਦਾਂ ਸਾਡੇ ਵੀ ਜੇਪੀ ਸਿੰਘ। ਕਹਿੰਦੇ ਵੀ ਮੈਂ ਸੇਵਾ ਕਰਨੀ ਹੈ, ਤੇ ਵੀਰ ਜੀ ਕਹਿਣ ਲੱਗੇ ਵੀ ਜਿੱਥੇ ਕੋਈ ਬੰਦਾ ਨਹੀਂ ਪਹੁੰਚਦਾ, ਕੋਈ ਹਥਿਆਰ ਨਹੀਂ ਪਹੁੰਚਦਾ, ਅੱਖਰ ਪਹੁੰਚ ਕੇ ਵਾਰ ਕਰਦਾ, ਤੇ ਸਾਡਾ ਲਿਟਰੇਚਰ ਵਾਲਾ ਫੀਲਡ ਖਾਲੀ ਪਿਆ, ਕੋਈ ਨਹੀਂ ਲਿਟਰੇਚਰ ਬਣਦਾ, ਸਾਰੇ ਬਲਗਾਂ ਢਾਟਾ ਬਣਾਈ ਜਾਂਦੇ ਨੇ, ਪੱਖਾ ਲੱਗੂਗਾ, ਪੀੜੀਆਂ ਪੜ੍ਹਨੀਆਂ, ਲਿਟਰੇਚਰ ਬਣ ਦਿੱਤਾ, ਪਾੜ ਦੇਗਾ, ਸਾਡਾ ਨਾਂ ਨਹੀਂ ਰਹਿਣਾ, ਆਹ ਫੀਲਡ ਖਾਲੀ ਹੈ, ਤੇ ਤੁਸੀਂ ਇੱਥੇ ਸੇਵਾ ਕਰੋ। ਉਹਨਾਂ ਨੇ ਇਹਨਾਂ ਨੂੰ ਮੈਨੂੰ ਯਾਦ ਆ ਕਿ 500 ਰੁਪਈਆ ਦਿੱਤਾ ਸੀ, ਕਹਿੰਦੇ ਸਾਡੇ ਕੋਲ ਪੈਸੇ ਹਨ ਨਹੀਂ, ਤੁਸੀਂ ਚਲੋ ਗੁਰੂ ਦਾ 500-1000 ਰੁਪਏ ਦਾ ਅੱਜ ਦਾ ਤੁਸੀਂ 5000 ਕਹਿ ਲਓ, 10000 ਕਹਿ ਲਓ, ਬਸ ਇੰਨਾ। ਇਹਨਾਂ ਨੇ 2-2 ਰੁਪਏ ਵਾਲੇ ਟਰੈਕਟ ਜਿਹੜੇ ਹੁੰਦੇ ਨਾ ਕੰਪਨੀ ਦੇ, ਉਹ ਲੈਣੇ, ਸੜਕਾਂ ਤੇ ਖੜ ਕੇ ਵੇਚਣੇ, ਪੈਸਾ ਮਲਟੀਪਲਾਈ ਕਰਨਾ। ਬੱਸ ਸਟੈਂਡ ਤੋਂ ਜਦੋਂ ਇਹਨਾਂ ਨੇ ਜਾਣਾ, ਕਿਤਾਬਾਂ ਲੈਣ ਪੰਜਾਬੀ ਵਿੱਚ ਤਿਆਰੇ, ਕਦੀ ਕਿਤੇ ਕਦੀ ਦਰਬਾਰ ਸਾਹਿਬ ਅੰਮ੍ਰਿਤਸਰ, ਔਰ ਇਹਨਾਂ ਨੇ ਬੱਸ ਸਟੈਂਡ ਤੋਂ ਲੁਧਿਆਣੇ ਮਾਡਲ ਟਾਊਨ ਤੱਕ ਪੈਦਲ ਆ ਜਾਓ। ਇੱਕ ਵਾਰੀ ਮੈਂ ਪੁੱਛਿਆ ਦਾਰ ਜੀ, ਤੁਸੀਂ ਪੈਦਲ ਆਏ ਹੋ, ਰਿਕਸ਼ਾ ਕਰ ਲੈਂਦੇ? ਉਦੋਂ ਰਿਕਸ਼ਾ 2 ਰੁਪਏ ਲੈਂਦਾ ਹੁੰਦਾ ਸੀ, ਹੁਣ 20-25 ਰੁਪਏ ਲੈਂਦਾ ਉੱਥੋਂ ਮਾਡਲ ਟਾਊਨ। ਮੈਂ ਕਿਹਾ ਤੁਸੀਂ ਪੈਦਲ ਆਏ ਹੋ, ਰਿਕਸ਼ਾ ਕਰ ਲੈਣਾ ਸੀ? ਉਹਨਾਂ ਦਾ ਜਵਾਬ ਸੀ 2 ਰੁਪਈਏ ਕੌਮ ਦੇ ਬਚ ਗਏ। ਕੰਨ ਗੋਰੇ ਹੋ ਗਏ, ਮਸੀਨ ਲੱਗ ਗਈ, ਹੱਥ ਕੰਬਣ ਲੱਗ ਪਏ, ਸਟੱਡੀ ਸਰਕਲ ਤਾਂ ਵੀ ਸੇਵਾ ਕਰਦੇ ਸੀ ਕਿਤਾਬਾਂ ਦੀ। ਉਹਨਾਂ ਨੇ ਚੱਕ ਕੇ ਘਰ ਉਠਾਤਾ, ਚਲੋਪਾ ਪਾ ਕੇ ਸਾਡਾ ਇਹ ਘਰ, ਤੇ ਤੁਸੀਂ ਹੁਣ ਵੱਡੇ ਹੋ ਗਏ, ਬਹਿ ਜਾਓ, ਤੁਹਾਨੂੰ ਸੁਣਦਾ ਹੋਵੇ, ਤੁਹਾਡੇ ਹੱਥ ਨਹੀਂ ਚੱਲਦੇ। ਇਹਨਾਂ ਨੇ ਘਰ ਬੈਠ ਕੇ ਦੁਨੀਆਂ ਦੀ ਹਰ ਨੁੱਕਰ ਤੇ ਪਾਰਸਲ ਕਰ ਕਰਕੇ ਲਿਟਰੇਚਰ ਭੇਜਿਆ, ਦੁਨੀਆਂ ਦੀ ਹਰ ਨੁੱਕਰ ਤੇ, ਜਿੱਥੇ ਕਿਸੇ ਨੂੰ। ਜਦੋਂ ਮੈਂ ਉਦੋਂ ਸਾਰੀ ਦੁਨੀਆਂ ਸੀ ਸਰਦਾਰ ਕੋਲ ਭੇਟਾਂ ਦੀ, ਮਤਲਬ ਏਦਾਂ
ਇਹਨਾਂ ਨੇ ਪੂਰਾ ਇੰਡੀਆ ਰਮੇਸ਼ਵਰਮ ਕਿੱਥੇ ਸਮੁੰਦਰ ਦੇ ਵਿੱਚ ਚੇਨਈ ਮੁੰਬਈ ਹੈਦਰਾਬਾਦ ਆਂਧਰਾ ਪ੍ਰਦੇਸ਼ ਸੋਰੀ ਸਿਕੰਦਰਾਬਾਦ ਇੱਧਰ ਜੰਮੂ ਕਸ਼ਮੀਰ ਉੱਧਰ ਕੰਨਿਆਕੁਮਾਰੀ ਇਹਨਾਂ ਕੋਲ ਰੇਲਵੇ ਦਾ ਪਾਸ ਸੀ ਇਹਨਾਂ ਨੇ ਪੂਰੀ ਦੁਨੀਆਂ ਵਿੱਚ ਟ੍ਰੇਨਾਂ ਦੇ ਰਾਹੀਂ ਜਾ ਜਾ ਕੇ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਇੱਥੇ ਆ ਕੇ ਤੇ ਪੈਸਾ ਧੇਲਾ ਘੰਟੇ ਸਭ ਖਤਮ ਹੋ ਜਾਂਦਾ ਇੱਕ ਵਸਤਾ ਵਾ ਕਿਰਦਾਰ ਹੈ ਜਿਹੜੇ ਕਿਰਦਾਰ ਤੇ ਆਪਾਂ ਪਹੁੰਚਣਾ ਭਾਈ ਸੱਤਾ ਜੀ ਬਲਵੰਡ ਜੀ ਇਹ ਵੀ ਜਦੋਂ ਕਹਿੰਦੇ ਵੀ ਧੀ ਦਾ ਵਿਆਹ ਸੀ ਤੇ ਕਿਸੇ ਨੇ ਚੱਕ ਦਿੱਤਾ ਵੀ ਤੁਸੀਂ ਕੀਰਤਨ ਕਰਦੇ ਹੋ ਤੇ ਗੁਰੂ ਘਰ ਚ ਪੈਸਾ ਤਾਂ ਆਉਂਦਾ ਤੇ ਤੁਸੀਂ ਪੈਸਾ ਮੰਗੋ ਗੁਰੂ ਜੀ ਕੋਲੋਂ ਆਪਣੀ ਧੀ ਦੇ ਵਿਆਹ ਲਈ ਤੇ ਨਾਰਾਜ਼ ਹੋ ਕੇ ਘਰ ਬਹਿ ਗਏ ਸੀ ਤੇ ਗੁਰੂ ਜੀ ਆਪਣੀ ਕੀਰਤਨ ਕਰਦਾ ਕਾਰ ਸਰਵ ਉੱਤੇ ਵੀ ਜੇ ਮੈਂ ਸੜਦਾਗਾ ਜੇ ਰਾਜਪਾਲ ਸਿੰਘ ਛੱਡ ਦੇਣਗੇ ਤੁਹਾਨੂੰ ਕਿਹਾ ਕਰਦੇ ਸਾਹਿਬ ਮੂਵਮੈਂਟ ਬੰਦ ਹੋ ਜਾਏਗੀ ਤੇ ਸਾਡੀ ਮੂਵਮੈਂਟ ਥੋੜਾ ਜਿਹਾ ਸਰਦ ਕਰਨਾ ਬੰਦ ਹੋ ਜਾਣੀ ਹੈ ਇਹ ਤਾਂ ਵਾਹਿਗੁਰੂ ਦੀ ਮੂਵਮੈਂਟ ਆ ਹੋਵੇ ਨਾਨਕ ਦੀ ਮੂਵਮੈਂਟ ਹੈ ਹੈਨਾ ਸੋ ਇਹ ਵਾਲੇ ਵੀ ਜਿਹੜੇ ਇਹੋ ਜਿਹੇ ਸਤਿਕਾਰਯੋਗ ਨੇ ਸਾਡੇ ਲਈ ਪਰ ਕਿਤੇ ਨਾ ਕਿਤੇ ਹਿਊਮਨ ਬੀਂਗ ਭਾਈ ਮਰਦਾਨਾ ਜੀ ਦਾ ਹੁਣ ਕਿਰਦਾਰ ਦੇਖਦਾ ਮੈਂ ਵੀ ਕਈ ਵਾਰੀ ਕਹਿ ਦਿੰਦਾ ਜਦੋਂ ਸਵੇਰੇ ਨਿਕਲਿਆ ਰਾਤੀ ਘਰ ਆਇਆ ਜੀ ਥੱਕ ਗਿਆ ਹੈਨਾ ਸਾਨੂੰ ਤਾਂ ਰਾਤ ਇਤਿਹਾਸਕ ਗੁਰਦੁਆਰੇ ਮਿਲ ਜਾਂਦੇ ਨੇ ਚੱਲ ਵੀ ਗੁਰਦੀਪ ਸਿੰਘ ਲੰਗਰ ਸਕੀਏ ਨਾਲੇ ਚਾਹ ਵੀ ਮਿਲ ਜਾਣੀ ਉੱਥੋਂ ਗੱਡੀ ਰੋਕ ਕੇ ਲੰਗਰ ਸਕ ਲੈਂਦੇ ਹਾਂ ਭਾਈ ਮਰਦਾਨਾ ਜੀ ਤਾਂ ਪੜ੍ਹਦੇ ਆ ਨਾ ਭੁੱਖ ਲੱਗ ਗਈ ਖਾਣ ਨੂੰ ਕੁਝ ਨਹੀਂ ਤੁਰੇ ਗਏ ਤੁਰੇ ਗਏ ਕਿੰਨਾ ਕਿੰਨਾ ਸਾਨੂੰ ਲੱਗਦਾ ਰਹਿੰਦਾ ਸਾਡਾ ਭਵਿੱਖੀ ਆ ਲੱਗਦਾ ਨਾ ਕਿਤੇ ਨਾ ਕਿਤੇ ਯਾਰ ਕਿੱਦਾਂ ਹੋਏਗਾ ਕਿੱਦਾਂ ਕਿੱਦਾਂ ਘਰ ਪਰਿਵਾਰ ਚੱਲੇਗਾ ਇਹਨਾਂ ਦਾ ਤੁਸੀਂ ਦੇਖੋ ਦ੍ਰਿੜ ਵਿਸ਼ਵਾਸ ਗੁਰੂ ਉੱਤੇ ਕੋਈ ਪਰਵਾਹ ਨਹੀਂ ਬਸ ਸਮਰਪਣ ਕਰ ਦਿੱਤਾ ਤਿਆਗ ਤੇ ਨਿਸ਼ਕਾਮਤਾ ਇਹ ਸੁਣਿਆ ਜੇ ਭਾਈ ਸਾਹਿਬ ਦੇ ਜੀਵਨ ਚੋਂ ਲੈਣਾ ਹੋਵੇ ਜਿੰਨੇ ਪ੍ਰਚਾਰਕ ਜਿੰਨੇ ਗ੍ਰੰਥੀ ਸਿੰਘ ਜਿੰਨੇ ਕੀਰਤਨੀਏ ਸਾਰਿਆਂ ਨੂੰ ਲੈਣਾ ਸੀ ਆਹ ਵਾਲਾ ਕਿਰਦਾਰ ਭਾਈ ਲਾਲੋ ਦੇ ਕਿਰਦਾਰ ਮੇਰੇ ਖਿਆਲ ਗੱਲ ਪਹਿਲਾਂ ਕਰ ਹੀ ਚੁੱਕੇ ਹਾਂ ਇੱਕ ਗੱਲ ਇੱਥੇ ਭਾਈ ਲਾਲੋ ਨੂੰ ਮੈਂ ਕਹਿਣੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਲਾਲੋ ਕੀ ਪਿਆ ਕਰਦਾ ਹੈ ਕਹਿੰਦਾ ਮਹਾਰਾਜ ਕਿੰਨੇ ਪਿਆ ਕਰਦਾ ਗੁਰੂ ਜੀ ਕਹਿੰਦੇ ਸਾਰੀ ਉਮਰ ਕਿੰਨੇ ਘੱਟਦਾ ਰਹੇਗਾ ਲੱਖਾਂ ਲੋਕ ਨੇ ਲੱਖਾਂ ਵਿੱਚੋਂ ਕਿਹਨੂੰ ਕਿਹਾ ਭਾਈ ਲਾਲੋ ਕਿੰਨੇ ਘੱਟਦਾ ਰਹੇਗਾ ਬੜੀ ਕ੍ਰਮਸ ਸੀ ਕਿੰਨੇ ਘੱਟਦਾ ਰਹੇਗਾ ਜਾਂ ਮਨੁੱਖਤਾ ਲਈ ਵੀ ਕੁਝ ਕਰੀਏ ਕਿੱਲੇ ਕਰਕੇ ਤਾਂ ਆਪਣਾ ਢਿੱਡ ਭਰ ਲਏਗਾ ਆ ਮਨੁੱਖਤਾ ਨੂੰ ਕਿਹਨੇ ਸਾਹਮਣਾ ਦੇਖ ਲਓ ਵੀ ਭਾਈ ਲਾਲੋ ਦਾ ਘਰ ਧਰਮਸਾਲ ਬਣ ਗਿਆ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵੇ ਠਾਕਰ ਸਿੰਘ ਸੰਧਾ ਵਾਲੀਆ ਦੀ ਸਮਰਪਣ ਦੀ ਇੱਕੋ ਹੀ ਗੱਲ ਹੁਣ ਆਪਾਂ ਸਮਾਪਤੀ ਕਰਦੇ ਬੜੀ ਜਲਦੀ ਬਹਿ ਜਾਓ ਜੀ ਥੋੜ੍ਹਾ ਜਿਹਾ ਗਿਆ ਇਹਨਾਂ ਦੀ ਜਿਹੜੀ ਕੌਮ ਪਰ ਸੋਚ ਹੈ ਉਹਦੀ ਗੱਲ ਕਰਨ ਲੱਗੇ ਕੰਵਰ ਦਲੀਪ ਸਿੰਘ ਦੀ ਗੱਲ ਸਭ ਨੇ ਕਿਉਂਕਿ ਕਈ ਵਾਰੀ ਸੁਣੀ ਹੋਈ ਹੈ ਵੀ ਜਦੋਂ ਅੰਗਰੇਜ਼ਾਂ ਨੂੰ ਈਸਾਈ ਬਣਾ ਦਿੱਤਾ ਜਦੋਂ ਆ ਕੇ ਮਾਂ ਨੂੰ ਮਿਲਿਆ ਕਲਕੱਤੇ ਚ ਉਹਨੂੰ ਪਤਾ ਲੱਗਿਆ ਕਿ ਮੈਂ ਤਾਂ ਮਹਾਰਾਜਾ ਸੀ ਤੇ ਇਹ ਤਾਂ ਮੇਰਾ ਧੋਖਾ ਕੀਤਾ ਉਹਨਾਂ ਨੇ ਤੇ ਜਦੋਂ ਵਾਪਸ ਜਾ ਕੇ ਉਹਨੇ ਆਪਣੇ ਚਾਚਾ ਨੂੰ ਚਿੱਠੀ ਲਿਖੀ ਕੀ ਨਾਮ ਕੰਵਰ ਠਾਕਰ ਸਿੰਘ ਸੰਧਾ ਵਾਲੀਆ ਨੂੰ ਉਹਨੂੰ ਚਿੱਠੀ ਲਿਖੀ ਚਾਚਾ ਜੀ ਇੰਗਲੈਂਡ ਆਓ ਇਹ ਇੰਗਲੈਂਡ ਪਹੁੰਚ ਗਏ ਸਮਰਥਨ ਦੇਖੋ ਇੰਗਲੈਂਡ ਪਹੁੰਚ ਗਏ ਉੱਥੇ ਜਾ ਕੇ ਕੰਵਰ ਦਲੀਪ ਸਿੰਘ ਨੂੰ ਗੁਰਦੁਆਰੇ ਬੁਲਾਇਆ ਦੋਨੇ ਇਕੱਠੇ ਹੋਏ ਤੇ ਉਹਦਾ ਈਸਾਈ ਧਰਮ ਤੋਂ ਸਿੱਖ ਧਰਮ ਚ ਈਸਾਈ ਧਰਮ ਤੋਂ ਸਿੱਖ ਧਰਮ ਦੇ ਵਿੱਚ ਪ੍ਰਵੇਸ਼ ਕਰਵਾਇਆ ਇਹ ਇੱਕ ਇਹ ਸਿੰਘ ਸਭਾ ਜਿਹੜੀ ਲਹਿਰ ਵਾ ਉਹਦਾ ਮੁੱਢ ਬੰਧਣ ਵਾਲੇ ਇਹੀ ਨੇ ਬਾਅਦ ਵਿੱਚ ਭਾਵੇਂ ਪ੍ਰੋਫੈਸਰ ਗੁਰਮੁਖ ਸਿੰਘ ਸਾਰਿਆਂ ਨੇ ਜਾਨ ਪਾਤੀ ਉਹਦੇ 'ਚ ਮਤਲਬ ਇੰਨੇ ਜ਼ਿਆਦਾ ਇਹ ਮਹਾਰਾਜ ਰਣਜੀਤ ਸਿੰਘ ਦੇ ਨੇੜੇ ਦੇ ਰਿਸ਼ਤੇਦਾਰਾਂ 'ਚੋਂ ਸੀ ਸੋ ਅੱਛਾ ਹੁਣ ਅਸੀਂ ਸਿੰਘ ਬ੍ਰਦਰ ਸਾਪੀ ਜਾਂਦਾ ਅਸੀਂ ਚੱਕ ਚੱਕ ਕੇ ਮੰਡੀ ਜਾਂਦੇ ਹਾਂ ਪੱਥੀਆਂ ਉਦੋਂ ਪ੍ਰਿੰਟਿੰਗ ਪ੍ਰੈਸ ਵੀ ਨਹੀਂ ਹੁੰਦੀ ਇੱਕ ਡਾਕੂ ਹੋਵੇ ਵਿਧੀ ਚੰਦ ਅਤੇ ਗੁਰੂ ਦੀ ਸ਼ਰਨ 'ਚ ਆ ਗਿਆ ਇਨਸਾਨ ਬਣ ਗਿਆ ਸਿੱਖ ਬਣ ਗਿਆ ਬਣ ਗਿਆ ਨਾ ਤੇ ਜੇ ਅਸੀਂ ਸੰਗਤ ਰਹਿ ਕਰਕੇ ਵੀ ਪਿਸਲਾਂਗੇ ਬੈਡ ਨਿਊਜ਼ ਆਉਣਗੀਆਂ ਫਰਕ ਤਾਂ ਕਿਤੇ ਹੈਗਾ ਹੀ ਆ ਦੂਜੀ ਗੱਲ ਇਹ ਵਿਧੀ ਮਤਲਬ ਇਹਨਾਂ ਦਾ ਦੇਖੋ ਵੀ ਚਲੋ ਇਹਦਾ ਵੱਖਰਾ ਇਤਿਹਾਸ ਆ ਉਹ ਨਹੀਂ ਸਾਂਝਾ ਕਰਨਾ ਇੱਕੋ ਗੱਲ ਫਿਰ ਇਹਨਾਂ ਨੇ ਜਿੱਥੇ ਗੁਰੂ ਸਾਹਿਬ ਜਾ ਕੇ ਰੱਖੇ ਕਿ ਮੇਰੇ ਬੜਾ ਕੁਝ ਬੜਾ ਵੱਖਰਾ ਇਤਿਹਾਸ ਆ ਧੋਇਆਂ ਦੀ ਸਾਖੀ ਬੜਾ ਕੁਝ ਹੈ ਸੈਂਚੀਆਂ ਦੇ ਪੋਥੀਆਂ
ਹੱਥ ਨਾਲ ਲਿਖਦੇ ਸ਼ੁਰੂ ਕੀਤੇ ਕੀ ਸੋਚ ਕੇ ਵੀ ਜਿੰਨੀਆਂ ਲਿਖਾਂ ਗਏ ਘਰ ਘਰ ਜਾਣਗੀਆਂ ਤਾਂ ਸੰਗਤ ਬਾਣੀ ਦੇ ਜੁੜ ਜੇ ਜਿੱਦਾਂ ਮੈਂ ਗੁਰੂ ਨਾਲ ਜੁੜ ਕੇ ਬੜਾ ਡਾਕੂ ਤੋਂ ਬਚ ਕੇ ਬੰਦਾ ਬਣ ਗਿਆ ਇਨਸਾਨ ਬਣ ਗਿਆ ਤੇ ਜਿਹੜੇ ਲੋਕ ਬਾਣੀ ਨਾਲ ਜੁੜ ਜਾਣਗੇ ਉਹ ਇਨਸਾਨ ਬਣ ਜਾਣਗੇ ਅਸੀਂ ਤਾਂ ਪ੍ਰਿੰਟ ਕਿੰਨੀਆਂ ਗ੍ਰੇਸ ਚੱਕ ਕੇ ਬਣਦੀ ਹੈ ਫਿਰ ਉਹ ਵੀ ਨਹੀਂ ਨਿਕਲ ਜਾਂਦੇ ਇੱਕ ਮਹੀਨਾ ਪਹਿਲਾਂ ਕੁਆਰਟਰ ਆਪਣਾ ਕਰਾਇਆ ਹੁੰਦਾ ਪੋਥੀਆਂ ਪਹੁੰਚ ਜਾਏਗੀ ਉੱਥੇ ਇਹੋ ਜਿਹੀਆਂ ਘਟਨਾਵਾਂ ਵੀ ਹੈਗੀਆਂ ਨੇ ਹਾਂਜੀ ਤੇ ਇਹ ਤੁਸੀਂ ਦੇਖ ਲਓ ਆਪ ਲਿਖ ਲਿਖ ਕੇ ਵੰਡੀਆਂ ਇਹਨਾਂ ਨੇ ਸੋ ਇਹ ਵੀ ਸਾਡੇ ਲਈ ਕਿਰਦਾਰ ਜਿਹੜੇ ਪ੍ਰੇਰਨਾ ਸਰੋਤ ਨੇ ਗਿਆਨੀ ਗਿਆਨ ਸਿੰਘ ਦੀ ਗੱਲ ਪਈ ਵੀ ਨੌਕਰੀ ਕਰਦੇ ਸੀ ਪਰ ਇਹਨਾਂ ਨੇ ਵੀ ਇਤਿਹਾਸ ਲਿਖ ਦਿੱਤਾ ਆਪਣਾ ਇੱਕ ਲੁਧਿਆਣੇ ਦੇ ਨੇ ਜੀ ਅਹਿਮਦਗੜ੍ਹ ਦੇ ਬਹਾਦਰਗੜ੍ਹ ਅਹਿਮਦਗੜ੍ਹ ਦੇ ਦਰਸ਼ਨ ਸਿੰਘ ਸਕੂਲ ਦੇ ਵਿੱਚ ਲੈਕਚਰ ਆ ਰਹੇ ਨੇ ਇੰਗਲਿਸ਼ ਦੇ ਇਹ ਜਦੋਂ ਸਕੂਲ ਚ ਪੜ੍ਹਾਉਂਦੇ ਸੀ ਨਾ ਮੈਂ ਜਦੋਂ ਛੋਟਾ ਹੁੰਦਾ ਮਤਲਬ ਜਦੋਂ ਸਟੇਡੀ ਸੈਂਟਰ ਨਾਲ ਆਇਆ ਮੈਂ ਉਦੋਂ ਤੋਂ ਜਾਣਦਾ ਐਡੀ ਲੰਬੀ ਦਾੜੀ ਹੈ ਨਾ ਦੇਖ ਲਓ ਹੁਣ ਛੋਟੀ ਹੋ ਗਈ ਮੈਂ ਜਦੋਂ ਛੋਟੇ ਨਾਲ ਘੜ ਗਈ ਬਹੁਤ ਦਿੱਕਤ ਜਾਂਦੀ ਇਹਨਾਂ ਕੋਲ ਸਕੂਟਰ ਸੀ ਸਕੂਲ ਟੀਚਰ ਸੀ ਗੌਰਮੈਂਟ ਦੇ ਇਹਨੂੰ ਸਰਵਿਸ ਟ੍ਰੇਨਿੰਗ ਤੋਂ ਸੈਂਟਰ ਤੋਂ ਡਿਊਟੀ ਲਵਾਉਂਦੇ ਸੀ ਆਪਣੀ ਸਕੂਲਾਂ ਦੀ ਟ੍ਰੇਨਿੰਗ ਦੇਣੀ ਟੀਚਰਾਂ ਨੂੰ ਐਡਾ ਲੰਬਾ ਇਹਨਾਂ ਕੋਲ ਸਾਫਾ ਹੁੰਦਾ ਸੀ ਪੂਰਾ ਮੂੰਹ ਤੇ ਬੰਨ ਦੇ ਦਾੜੀ ਸਾਰੀ ਰੁਕ ਜਾਏ ਤੇ ਜਿਹੜਾ ਸਕੂਟਰ ਲਾਉਣਾ ਘਟਾਣਾ ਪਾਉਂਦੇ ਸਿੱਖ ਸੀ ਉਹ ਸਿੱਖ ਮਿਸਤਰੀ ਕੋਲ ਤੋਂ ਜਾਣਾ ਉੱਥੋਂ ਨੇ ਟੀਚਰ ਚੱਕਣਾ ਸਟੱਡੀ ਸੈਂਟਰ ਚੱਕਣਾ ਇਹਨਾਂ ਨੇ ਸਕੂਲਾਂ 'ਚ ਜਾ ਕੇ ਲੈਕਚਰ ਤੇ ਲੈਕਚਰ ਹੁਣ ਇਹਨਾਂ ਦੀ ਬਹੁਤ ਬੁੱਢੇ ਹੋ ਗਏ ਨੇ ਰਿਟਾਇਰਮੈਂਟ ਹੋਈ ਵੀ ਪੰਦਰਾਂ ਸੋਲਾਂ ਸਾਲ ਹੋ ਗਏ ਨੇ ਉਹਨਾਂ ਕੋਲ ਬਹੁਤਾ ਬੋਲਿਆ ਵੀ ਜਾਂਦਾ ਅੱਜ ਦੀ ਡੇਟ ਵਿੱਚ ਵੀ ਇਹ ਸਕੂਲਾਂ 'ਚ ਜਾ ਕੇ ਲੈਕਚਰ ਕਰਦੇ ਹਾਂਜੀ ਔਰ ਇਹਨਾਂ ਦੇ ਏਰੀਆ 'ਚ 15-20 ਸਕੂਲਾਂ ਕਾਲਜਾਂ 'ਤੇ ਇਹਨਾਂ ਨੇ ਸਾਡੇ ਲੈਕਚਰ ਬੁੱਕ ਕਰਵਾਏ ਨੇ ਅਤੇ ਨਾਲ ਜਾ ਕੇ ਕਰਵਾਏ ਪ੍ਰੋਫੈਸਰ ਪੂਰਨ ਸਿੰਘ ਜਿਹੜਾ ਨੇ ਸਿੱਖ ਇਤਿਹਾਸ ਸੋਰੀ ਜਿਹੜੇ ਚਿੰਤਕ ਕਵੀ ਸਾਹਿਤ ਕਵੀ ਹੋਏ ਨੇ ਉਹਨਾਂ ਦੀ ਮੈਂ ਤੁਹਾਡੀ ਗੱਲ ਇੱਕੋ ਗੱਲ ਦੱਸਣੀ ਆ ਬਈ ਇਹ ਨਾ 1926 'ਚ ਪੰਜਾਬ ਗੌਰਮੈਂਟ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਅਤੇ ਅਵਾਰਡ ਦਿੱਤਾ ਅਤੇ ਇੱਕ ਜਿਹੜੇ ਘਾਹ ਦਿੱਤਾ ਇਹਨਾਂ ਨੂੰ 15 ਮੁਰੱਬੇ ਪੜੋਸਾ ਘਾਹ ਲਾਉਂਦੇ ਘਾਹ ਦੇ ਕੋਈ ਕੁਆਲਿਟੀ ਹੈ ਉਸ ਦਾ ਘਾਹ ਮੈਨੂੰ ਇਹ ਪਤਾ ਨਹੀਂ ਪਤਾ ਮੈਂ ਕਿਤਾਬ ਚੋਂ ਪੜਿਆ ਮੈਨੂੰ ਪਤਾ ਕੀ ਹੁੰਦਾ ਤੇ ਕਹਿੰਦੇ ਹਾਰ ਆ ਗਿਆ ਫਿਕਰ ਕੀ ਹੋਣਾ ਚਾਹੀਦਾ ਤੇ ਜਿਹੜੀ ਚੀਜ਼ ਮੈਂ ਇਨਾਮ 'ਚ ਮਿਲੀ ਹੈ ਕਿ ਰੁੜ ਨਾ ਜਾਏ ਇਹਨੂੰ ਫਿਕਰ ਕੀ ਸੀ ਜਿਹੜਾ ਮੈਂ ਸਾਹਿਤ ਲਿਖਿਆ ਕਿ ਰੁੜ ਨਾ ਜਾਏ ਅਣ ਸਪਿਆ ਸੀ ਇਹਨੇ ਟਰੰਕ ਭਰੇ ਸਿਰ ਤੇ ਚੱਕੇ ਤੇ ਪਹਾੜ ਤੇ ਚੜ ਗਿਆ ਥੱਲੇ ਹਰ ਪਾਣੀ ਵਗ ਰਿਹਾ ਸਾਰਾ ਘਾਹ 15 ਮੁਰੱਬੇ ਘਾਹ ਰੁੜ ਗਿਆ ਤੇ ਉੱਥੇ ਬੈਠਾ ਦੇਖਦਾ ਪਿਆ ਕਿ ਘਾਹ ਰੁੜ ਗਿਆ ਤੇ ਸਾਹਿਤ ਮੈਂ ਬਚਾ ਲਿਆ ਤੇ ਪਤਾ ਕੀ ਕਹਿਣ ਲੱਗਾ ਭਲਾ ਹੋਇਆ ਮੇਰਾ ਕੰਠਾ ਟੁੱਟਾ ਜੇ ਤਾਂ ਅਜਾਬੋ ਚੁੱਕੀ ਆਪਾਂ ਕਿਵੇਂ ਵਰਦੇ ਹਾਂ ਨਾ ਇਹ ਇਹਨਾਂ ਨੇ ਕਿਹਾ ਤੇ ਪਹਾੜ ਦੇ ਉੱਪਰ ਗਿਆ ਥੱਲੇ ਘਾਹ ਰੁੜਦਾ ਜਾਂਦਾ ਵੇਖ ਚੰਗਾ ਹੋਇਆ ਘਾਹ ਰੁੜ ਗਿਆ ਨਹੀਂ ਤਾਂ ਘਾਹ ਰੁੜਦੇ ਰਹਿ ਜਾਣਾ ਸੀ ਹੁਣ ਮੈਂ ਆਪਣਾ ਸਾਹਿਤ ਲਿਖਾਂਗਾ ਕਿਰਦਾਰ ਹੈ ਚੰਗਾ ਹੋਇਆ ਇਹ ਘਾਹ ਰੁੜ ਗਿਆ ਮੇਰਾ ਮੈਂ ਬਚ ਗਿਆ ਉਧਰੋਂ ਹੁਣ ਮੈਂ ਇੱਧਰ ਕੰਮ ਕਰਾਂਗਾ ਇਹਨਾਂ ਨੇ ਤੁਹਾਡੀ ਪਰਸਨੈਲਿਟੀ ਦੇਖੀ ਹੈ ਕਿ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾ ਕਰਨ ਮਰਤੀ ਨਹੀਂ ਡਰਦੇ ਪਿਆਰ ਨਾਲ ਇਹ ਕੰਮ ਗੁਲਾਮੀ ਜਾਨ ਕੋ ਆਪਣੀ ਵਾਰ ਦਿੰਦੇ ਪਰ ਟੈਨ ਮਰਨ ਕਿਸੇ ਦੀ ਅਰਜਨ ਡੰਗਣ ਬੁੱਢੇ ਦੀ ਗੁਲਾਮ ਬੜੀ ਬੇਖੂਬ ਤੁਹਾਡੀ ਪਰਸਨੈਲਿਟੀ ਕੀ ਕਹਿੰਦਾ ਕਿ ਪੰਜਾਬੀ ਪਿਆਰ ਵਾਲੇ ਪਹਿਲਾਂ ਕਹਿੰਦਾ ਵੀ ਇਹ ਮੌਤ ਨੂੰ ਡਰਦੇ ਤੇ ਬੇਪਰਵਾਹ ਦੇ ਦੂਜਾ ਤੁਹਾਡਾ ਗੁਣ ਕਹਿੰਦਾ ਵੀ ਇਹ ਪਿਆਰ ਵਾਲੇ ਆ ਇਹਨੂੰ ਪਿਆਰ ਕਰੋ ਜਾਨ ਮਾਰ ਦੇਣਗੇ ਕਰਕੇ ਤਾਂ ਕਰੋ ਪਿਆਰ ਜਾਨ ਮਾਰ ਦੇ ਕੋਈ ਟੈਲੀਵਿਜ਼ਨ ਕਦੇ ਗੀਤ ਸੁਣਿਆ ਕਿਸੇ ਨੇ ਅਸੀਂ ਪਿਆਰ ਵਾਲੇ ਹਾਂ ਅਸੀਂ ਡਾਂਗਾ ਸੋਨੇ ਹਾਂ ਸਾਨੂੰ ਹਥਿਆਰਾਂ ਦਾ ਸ਼ੌਕ ਹੈ ਅਸੀਂ ਬੜਕਾ ਮਾਰਦੇ ਹਾਂ ਹੁਣ ਜੱਟਾਂ ਦੇ ਪੜਦੇ ਵੀ ਦੱਸਦੇ ਅਸੀਂ ਪਟਾਖੇ ਪਾਉਂਦੇ ਹਾਂ ਅਸੀਂ ਆਹ ਕਰਦੇ ਹਾਂ ਅਸੀਂ ਉਹ ਕਰਦੇ ਹਾਂ ਅਸੀਂ ਵਾਲੇ ਹਾਂ ਨਾ ਹੋਟਲ ਵਾਲਾ ਕਮਰਾ ਇੱਕ ਦਿਨ ਦਿੱਲੀ ਦੇ ਦਿਆ ਜੀ ਚਾਰਾਂ ਦਿਨਾਂ ਬਹਿ ਕੇ ਦਾਰੂ ਪੀਣੀਆਂ ਨੀ ਭਰਿਆ ਮਨ ਸਾਹਿਬ ਜੀ ਕਿਤਾਬਾਂ ਕਿੱਥੇ ਲੈ ਕੇ ਪੜ੍ਹਨੀਆਂ ਜੇ ਠੇਕੇ ਛੱਡ ਕੇ ਹੋਟਲ ਤੇ ਦਾਰੂ ਪੀਣੀ ਆ ਤਾਂ ਪੜ੍ਹਾਈ ਕਿੱਥੇ ਜਾ ਕੇ ਕਰਦੀ ਕਦੀ ਕਦੀ ਨੀ ਗੀਤ ਆਇਆ ਕਿ ਅਸੀਂ ਪਿਆਰ ਹੋਵੇ ਇੱਕ ਗੀਤ ਆਇਆ ਸੀ ਬੜਾ ਵਧੀਆ ਦਾਰੂ ਨਾ ਪੀਂਦਾ ਹੋਵੇ ਜਾਂਦਾ ਨਾ ਖਾਂਦਾ ਹੋਵੇ ਇਹੋ ਜਿਹਾ ਕਹੋ ਦੇ ਪ੍ਰਾਹੁਣਾ ਮੈਂ ਮੇਰੀਏ ਜੇ ਤੂੰ ਮੈਨੂੰ ਚਾਹੁੰਦੀ ਹੈ ਵਿਆਹਣਾ ਉਹ ਗੀਤ ਲੁੱਪਾ ਹੀ ਨੀ ਜਿਹੜੇ ਟੁੱਟੇ ਟੁੱਟੇ ਗੀਤ ਨੇ 15-15 ਸਾਲਾਂ ਪੁਰਾਣੇ ਉਹ ਸਾਰੇ ਗੀਤ ਜਿਹੜੇ ਤੁਹਾਨੂੰ ਲੱਭ ਰਹੇ ਇਹਨਾਂ ਗੀਤਾਂ ਵਾਲੇ ਪਾਸੇ ਨਾ ਚੱਲ ਪਾਵਾਂ ਮੈਂ ਸਿਰਫ ਤੁਹਾਨੂੰ ਇਹਨਾਂ ਦਾ ਕਿਰਦਾਰ ਦੱਸਿਆ ਤੀਜਾ ਜਿਹੜਾ ਕਿਰਦਾਰ ਇਹਨੇ ਲਿਖਿਆ ਉਹ ਵੀ ਸੁਣ ਲਓ ਕਹਿੰਦਾ ਪਰ ਟੈਨ ਮੰਨਣ ਕਿਸੇ ਦੀ ਹਰਜਨ ਡਾਂਗਾ ਮੋਢੇ ਦੀ ਤਲਾਕ ਕਹਿੰਦਾ ਜਿਹਨੂੰ ਪਿਆਰ ਕਰਨਾ ਆਉਂਦਾ ਨਾ
ਤੁਸੀਂ ਦੰਗ ਵੀ ਚਾਉਣੀ ਹੁੰਦੀ ਹੈ। ਪਿਆਰ ਕਰੋਗੇ ਤੇ ਜਾਨ ਮਾਰ ਦੇਣਗੇ ਤੁਹਾਡੇ ਭਾਂਡਿਆਂ ਦੀ। ਜੇਕਰ ਅਸੀਂ ਅੰਨ ਤੋਂ ਸੁੰਘਿਆ ਨਾ ਇਹ ਡਾਂਗਾ ਮਾਰ ਮਾਰ ਕੇ ਸਿਰ ਕੇ ਨਾ ਨਹੀਂ ਜਾਂਦੇ। ਇਹ ਸਾਡਾ ਕਿਰਦਾਰ ਲਿਖਿਆ ਹੋਇਆ। ਹਾਂਜੀ ਕੋਈ ਅੱਗੇ ਚਲੀਏ। ਨਵਾਬ ਕਪੂਰ ਸਿੰਘ ਇਹ ਕਿਰਦਾਰ ਦੇਖ ਲਓ ਕਿ ਨਵਾਬ ਬਣ ਗਏ ਕਹਿੰਦੇ ਘੋੜਿਆਂ ਦੀ ਲਿੱਤ ਚੁੱਕਣ ਵਾਲੀ ਸੇਵਾ ਨਾ ਮੇਰੇ ਕੋਲ ਹੈਨਾ। ਨਹੀਂ ਤਾਂ ਬੰਦਾ ਜਦੋਂ ਪ੍ਰਧਾਨ ਬਣ ਜਾਵੇ ਤੇ ਉਹ ਤਾਂ ਕਹਿੰਦਾ ਵੀ ਹੁਣ ਮੇਰੀ ਕਾਰ ਦਾ ਦਰਵਾਜ਼ਾ ਕੋਈ ਹੋਰ ਖੋਲੇ ਹੈਨਾ, ਮੇਰੀਆਂ ਜਰਾਬਾਂ ਕੋਈ ਹੋਰ ਲਾਵੇ, ਜਦ ਮੈਂ ਨਹਾ ਕੇ ਨਿਕਲਾਂ ਤਾਂ ਮੇਰੇ ਕਮੀਜ਼ ਦੀਆਂ ਬਟਨ ਕੋਈ ਹੋਰ ਬੰਦ ਕਰੇ। ਇੱਦਾਂ ਹੀ ਆ ਜੀ, ਕਿਤੇ ਲੀਡਰਾਂ ਨੂੰ ਕਿਤੇ ਮਿਲ ਕੇ ਦੇਖਿਓ ਕਿਤੇ ਘਰਾਂ ਵਿੱਚ ਜਾ ਕੇ। ਗਿਆਨੀ ਦਿੱਤ ਸਿੰਘ ਕਿਆ ਬਾਤ ਆ, ਪ੍ਰੋਫੈਸਰ ਪੂਰਨ ਕਿਹੜਾ ਸੀ ਮੈਂ ਨਾਂ ਲਿਆ ਸੀ ਜਿਹਨੂੰ ਪਰਸੋਂ ਛੇਕਿਆ ਸੀ, ਪ੍ਰੋਫੈਸਰ ਗੁਰਮੁਖ ਸਿੰਘ ਦਾ ਮਤਲਬ ਜਾਰਾ ਦਾ ਜਾਰਾ। ਯਾਰ ਦੋਸਤੀ ਨਿਭਾਉਣੀ ਕਿੱਦਾਂ ਵਾ, ਉਹਨੂੰ ਪੰਚੂ ਛੇਕ ਦਿੱਤਾ ਇਹਨੇ ਦੋਸਤੀ ਨਹੀਂ ਛੱਡੀ, ਇਹਨੇ ਡਟ ਕੇ ਪ੍ਰਚਾਰ ਕੀਤਾ, ਇਹਦੀ ਪ੍ਰਿੰਟਿੰਗ ਪ੍ਰੈਸ ਬੰਦ ਕਰਤੀ, ਇਹਨੂੰ ਧਮਕੀ ਦੇ ਦਿੱਤੀ ਔਰ ਇਹਦੀ ਪ੍ਰੈਸ ਬੰਦ ਹੋ ਗਈ, ਇਹਨੂੰ ਜੁਰਮਾਨਾ ਕਰ ਦਿੱਤਾ, ਇਹਨੇ ਫਿਰ ਜੁਰਮਾਨਾ ਤਾਰ ਕੇ ਕਿਸੇ ਤਰ੍ਹਾਂ ਫਿਰ ਪ੍ਰੈਸ ਸ਼ੁਰੂ ਕਰ ਲਈ। ਮਤਲਬ ਸਿੱਖ ਕੌਮ ਦੇ ਹੀਰੇ ਨੇ ਇਹ ਲੋਕ, ਇਹ ਕਿਰਦਾਰ। ਇਹ ਪੈਸਿਆਂ ਵੱਲ ਨਹੀਂ ਸੀ ਦੇਖਦੇ, ਇਹ ਦੇਖਦੇ ਸੀ ਕਿ ਮੈਂ ਆਪਣੀ ਕੌਮ ਨੂੰ ਬਚਾਉਣਾ ਕਿੱਦਾਂ। ਹਾਂਜੀ ਸੋ ਇਹ ਲੰਬੀ ਗੱਲ ਹੋ ਜਾਏਗੀ, ਸਮਾਂ ਬੜਾ ਹੋ ਗਿਆ। ਇਹ ਲਾਸਟ ਜੀ ਆਖਰੀ ਗੱਲ ਤੇ ਆ ਗਿਆ ਜੀ, ਮੈਂ ਇੰਨੇ ਕਿਰਦਾਰ ਤੋਂ ਬਾਅਦ ਅਸੀਂ ਤੁਸੀਂ ਸਾਰੇ ਪ੍ਰਚਾਰਕ ਹਾਂ, ਨਿਆਰੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਤੇ ਦੇਖਣਾ ਲੋਚਦੇ, ਸਾਡਾ ਇਹੀ ਸਾਡਾ ਮਿਸ਼ਨ ਹੈ ਜੀ ਰਾਜਪਾਲ ਜੀ। ਅਸੀਂ ਆਪਣੇ ਪੰਥ ਨੂੰ ਚੜ੍ਹਦੀ ਕਲਾ ਤੇ ਦੇਖਣਾ ਲੋਚਦੇ ਹਾਂ, ਸਾਡਾ ਇਹੀ ਮਿਸ਼ਨ ਹੈ। ਯਾਦ ਰੱਖਣਾ ਪ੍ਰਚਾਰਕ ਉਹ ਨਹੀਂ ਜੋ ਪ੍ਰਚਾਰ ਕਰਨਾ ਜਾਣਦਾ, ਪ੍ਰਚਾਰ ਉਹ ਹੈ ਜੋ ਮਨੁੱਖ ਬਣਾਉਣਾ ਜਾਣਦਾ ਹੈ। ਹਾਂ ਰਾਜਪਾਲ ਜੀ ਨੇ ਬੜੀ ਵਧੀਆ ਗੱਲ ਕਹੀ, ਮਾਸਟਰ ਤਾਰਾ ਸਿੰਘ ਕਹਿੰਦੇ ਹੁੰਦੇ ਸੀ ਮੈਂ ਮਰਾਂ ਪੰਥ ਜੀਵੇ, ਅਸੀਂ ਪਤਾ ਕੀ ਮੈਂ ਬੇਇੱਜ਼ਤ ਹੋਵਾਂ ਪੰਥ ਦੀ ਇੱਜ਼ਤ ਬਣੀ। ਅੱਜ ਲੀਡਰ ਕੀ ਕਹਿੰਦੇ ਨੇ ਮੇਰੀ ਕੁਰਸੀ ਕਾਇਮ ਰਵੇ ਫਿਰ ਵੀ ਕੋਲ ਲੱਗ ਜਾਏ ਪੰਥ ਜਾਵੇ ਡੱਠੇ ਖੂਹ ਚ, ਏਦਾਂ ਹੀ ਹੈ। ਕੁਰਸੀਆਂ ਬਚਾਉਣ ਵਾਸਤੇ ਸਾਡੇ ਮੂੰਹ ਬੰਦ ਹੋ ਗਏ, ਸਾਡੇ ਮੁੱਦੇ ਬੰਦ ਹੋ ਗਏ, ਸਾਡਾ ਆਹ ਦੇਖੋ ਹੁਣ ਚਲੋ ਸਾਡਾ ਮੁੱਦਾ ਨੀਗਾ, ਆਹ ਜੋ ਬਰਗਾਰੀ ਹੋਇਆ ਜੋ ਉੱਥੇ ਹੋਇਆ ਜੋ ਆਪੇ ਹੀ ਸਰਕਾਰ ਨੇ ਕਮੇਟੀ ਬਣਾਈ ਕਮਿਸ਼ਨ ਬਿਠਾਇਆ, ਆਹ ਉਹਦੀ ਰਿਪੋਰਟ ਆਈ, ਹੁਣ ਉਹ ਸਰਕਾਰੀ ਰਿਪੋਰਟ ਹੈ, ਉਹ 'ਚ ਪੁਲਿਸ ਵਾਲਿਆਂ ਦੇ ਨਾਂ ਨੇ ਜਿਹਨਾਂ ਨੇ ਗੋਲੀਆਂ ਚਲਾਈਆਂ, ਹੁਣ ਬਿਨਾਂ ਨਾਂ ਤੋਂ ਅਣਪਛਾਤੇ ਪੁਲਿਸ ਵਾਲਿਆਂ ਦਾ ਮੁਕਦਮਾ ਦਰਜ, ਵੀ ਡਿਊਟੀ 'ਤੇ ਕਿਹੜੇ ਸੀ ਉਹ, ਕਮਿਸ਼ਨ ਦੇ ਕਿਹੜੇ ਨਾਂ ਲਿਖੇ ਨੇ, ਹੈਨਾ। ਸਭ ਕੁਝ ਬੰਦ ਹੋ ਗਿਆ ਇੱਕ ਕੁਰਸੀ ਦੇ ਪਿੱਛੇ, ਸਾਰਾ ਪੰਥ ਗਹਿਣੇ ਪੈ ਗਿਆ। ਉਹ ਕਹਿੰਦੇ ਹੁੰਦੇ ਸੀ ਮੈਂ ਮਰਾਂ ਪੰਥ ਜੀਵੇ, ਮੈਂ ਬੇਇੱਜ਼ਤ ਹੋਵਾਂ ਪੰਥ ਦੀ ਇੱਜ਼ਤ ਬਣ, ਇੱਕ ਗੱਲ ਕਹਿੰਦੇ ਹੁੰਦੇ ਸੀ ਉਹ। ਸੁਣ ਲਓ ਗੱਲ, ਟਾਈਮ ਤਾਂ ਹੋ ਗਿਆ, ਪੰਥ ਖਤਰੇ 'ਚ ਆ, ਰਾਜਪਾਲ ਨੇ ਯਾਦ ਵਾਤਾ, ਕਹਿੰਦੇ ਹੁੰਦੇ ਸੀ ਪੰਥ ਖਤਰੇ 'ਚ ਆ, ਅੱਜ ਲੀਡਰ ਵੀ ਕਹਿੰਦੇ ਪੰਥ ਖਤਰੇ 'ਚ, ਇਹ ਉਹ ਕਹਿਣਾ ਇਹਨਾਂ ਨੇ ਜਦੋਂ ਜੋ ਕੁਰਸੀ ਪੁੱਛਦੀ ਹੈ ਉਹ ਅਕਸਰ ਕਹਿੰਦੇ ਹੁੰਦੇ ਸੀ। ਕਹਿੰਦੇ ਇੱਕ ਵਾਰੀ ਗੁਰਚਰਨ ਸਿੰਘ ਟੌੜਾ ਤੇ ਪੁੱਛਿਆ, ਗੁਰਚਰਨ ਜੀ ਸਿੰਘ ਲਾਂਬਾ ਦੀ ਪੁਸਤਕ ਆਏ ਤੋਂ ਖੁੱਲ ਜੀ ਗਿਆ, ਉਹਨੇ ਪੁੱਛਿਆ ਵੀ ਜਥੇਦਾਰ ਜੀ ਖਤਰਾ ਕਦੋਂ ਟਲੇਗਾ, ਕਹਿੰਦੇ ਜੇ ਖਤਰਾ ਟਲ ਗਿਆ ਪੰਥ ਨੇ ਬੰਦ ਨਹੀਂ ਲੈਣ, ਕਹਿੰਦੇ ਸਮਝ ਨਹੀਂ ਆਏ, ਕਹਿੰਦੇ ਸੜਕਾਂ ਦੇ ਮੱਝਾਂ ਦਾ ਗੋਹਾ ਪਿਆ ਹੁੰਦਾ ਲੋਕੀ ਪੈਰ ਬਚਾ ਕੇ ਰਹਿੰਦੇ ਹੁੰਦੇ, ਜੇ ਸੋਨਾ ਪਿਆ ਹੋਵੇ ਪੈਰ ਬਚਾ ਕੇ ਲੱਗਦਾ ਨਾ, ਲੋਕੀ ਤਾਂ ਕੇ ਜੇਲ੍ਹ ਪਾਉਂਦੇ ਆ, ਮੁੱਲ ਹੈ ਗੋਹੇ ਦਾ, ਮੁੱਲ ਹੀ ਨਹੀਂ ਉਹ ਜੇਲ੍ਹ ਪਾ ਲੈਂਦੇ। ਕਹਿੰਦਾ ਵੀ ਜਿਹੜਾ ਗੁਰੂ ਪੰਥ ਕੋਲ ਗੁਰੂ ਗ੍ਰੰਥ ਹੈ ਨਾ, ਸੋਨੇ ਦਾ ਇੱਕ ਮੁੱਲ ਹੁੰਦਾ ਲੱਖ ਦਾ ਕਰੋੜ ਦਾ, ਜਿਹੜਾ ਗੁਰੂ ਪੰਥ ਕੋਲ ਗੁਰੂ ਗ੍ਰੰਥ ਆ ਉਹਦਾ ਮੁੱਲ ਅਪ ਟੂ ਅਨਪਰਿੰਟ ਅਮੁੱਲ ਹੈ, ਪੂਰੀ ਦੁਨੀਆਂ ਨੂੰ ਸੇਧ ਦੇਣ ਦੇ ਸੁਣਾ। ਤੇ ਕਹਿੰਦੇ ਉਹਨੂੰ ਖਤਰਾ ਕਿੰਨਾ ਹੋਏਗਾ ਬੜੇ, ਕਹਿੰਦਾ ਦੇਖੋ ਆਹ ਖਤਰੇ ਹੀ ਹੈ, ਕਿੰਨੇ ਦੇਹਧਾਰੀ ਬਣ ਕੇ ਬਹਿ ਗਏ ਕਿੰਨੇ ਸਾਰੇ, ਆਨੰਦਪੁਰ ਸਾਹਿਬ ਵੀ ਦੇਖੋ 1984 ਤੋਂ ਪਹਿਲਾਂ ਕਿੰਨੇ ਡੇਰੇ ਦਾ ਜਦੋਂ ਕਿੰਨੇ ਡੇਰੇ, ਚਾਰ ਪੰਜ ਡੇਰੇ ਲੱਭ ਲੋਗੇ, ਚਾਰ ਪੰਜ ਹੀ ਮੈਂ ਕਹਿ ਰਿਹਾ। ਮਤਲਬ ਕੀ ਹੈ ਵੀ ਆਹ ਜੋ ਹੁਣ ਕੁਝ ਵਾਪਰ ਰਿਹਾ ਵੀ ਇਹਨਾਂ ਨੂੰ ਆਪਣੇ ਮਰਦ ਕਰ ਲਓ, ਪਿਆਰ ਕਰੋ ਅਕੜੀ ਚ ਲੈ ਕੇ, ਜੋ ਵਰਤਮਾਨ ਸਰਕਾਰ ਦੀ ਨੀਤੀ ਹੈ ਸਾਡੇ ਪਰ ਕਿਉਂ ਵਿਕਾਸ ਸਾਡੇ ਮਾਫ ਕਰਿਓ, ਮੈਂ ਸੌਖ ਨਹੀਂ ਗਾ ਕਿਉਂ ਸਾਡੇ ਪਰ ਲੀਡਰ ਕਹਿਣੇ ਪਈ ਜਾਂਦੇ ਇਸੇ ਕਰਕੇ। ਸੋ ਉਹ ਤੁਹਾਡੀ ਗੱਲ ਤੋਂ ਗੱਲ ਯਾਦ ਆ ਗਈ ਵੀ ਸਾਡਾ ਵੀ ਉਹ ਕਿਰਦਾਰ ਹੋਣਾ ਚਾਹੀਦਾ ਕਿ ਅਸੀਂ ਕੱਲ੍ਹ ਨੂੰ ਕਿਤੇ ਵਿਕ ਨਾ ਜਾਈਏ ਕਿ ਉੱਥੇ ਚਾਰ ਪੈਸੇ ਵੱਧ ਮਿਲਦੇ ਆ, ਸਾਡੇ ਸਿਰ ਪੜਦੀ ਲਹਿਰ ਹੈਨਾ, ਉੱਥੋਂ ਵੱਧ ਮਿਲ ਜਾਣੇ ਆਪਾਂ ਉੱਥੇ ਚੱਲਦੇ ਹਾਂ ਹੈਨਾ। ਇੱਕ ਬੜਾ ਵਧੀਆ ਕਿਸੇ ਕਵੀ ਦਾ ਨਾਂ ਭੁੱਲ ਗਿਆ ਮੈਨੂੰ, ਉਹਨੇ ਲਿਖਿਆ ਜਦੋਂ ਕੋਈ ਕੌਮ ਦਾ ਹੀਰਾ ਦੋ ਟੱਕਿਆਂ ਤੇ ਵਿਕ ਜਾਂਦਾ, ਗਰਜੋ ਕੋਰਿਆ ਸਿੰਘਾ ਤੇਰੀ ਫਿਰ ਯਾਦ ਆਉਂਦੀ ਹੈ। ਪਰ ਉਹ ਪੁਰਾਤਨ ਸਿੰਘ ਉਹ ਵਿਕਦੇ ਨਹੀਂ ਸੀ, ਤਾਂ ਹੀ
ਤਾਂ ਹੀ ਖਾਲਸਾ ਰਾਜ ਤੱਕ ਪਹੁੰਚ ਗਏ ਆਪਾਂ, ਹੁਣ ਕਿਉਂ ਨਹੀਂ ਪਹੁੰਚਦੇ ਆਪਾਂ? ਕਿਉਂਕਿ ਹੁਣ ਅਸੀਂ ਸਾਡੇ ਕਿਰਦਾਰ ਖਤਮ ਹੋ ਗਏ ਨੇ। ਸੋ ਮੈਂ ਅਖੀਰਲੀ ਗੱਲ, ਪ੍ਰਚਾਰਕ ਉਹ ਨਹੀਂ ਜੋ ਪ੍ਰਚਾਰ ਕਰਨਾ ਜਾਣਦਾ ਹੈ, ਪ੍ਰਚਾਰਕ ਉਹ ਹੈ ਜੋ ਮਨੁੱਖ ਬਣਾਉਣਾ ਜਾਣਦਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਕਿਰਪਾ ਕਰੇ ਸਾਡਾ ਸਾਰਿਆਂ ਦਾ ਕਿਰਦਾਰ ਇੱਦਾਂ ਦਾ ਬਣ ਪਾਵੇ। ਸੋ ਇਹ ਅਰਦਾਸ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।